ਜੇ ਰਣਜੀਤ ਸਿੰਘ ਇਹ ਸੋਚਦੇ ਆ ਕਿ ਜਿਹੜਾ ਸਰਬੱਤ ਖਾਲਸਾ ਨੇ ਪੰਥ ਚ ਦੁਬਧਾ ਖੜੀ ਕੀਤੀ ਜਾਂ ਮੇਰੇ ਜਥੇਦਾਰ ਬਣ ਨਾਲ ਦੁਬਧਾ ਖੜੀ ਹੋਈ ਤੇ ਭਾਈ ਰਣਜੀਤ ਸਿੰਘ ਨੂੰ ਮੈਂ ਇਸ ਗੱਲ ਦਾ ਚੈਲੰਜ ਕਰਦਾ ਕਿ ਮੇਰੇ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਚੱਲਣ ਮੇਰੇ ਨਾਲ, ਠੀਕ ਹੈ। ਮੈਂ ਉੱਥੇ ਤਖ਼ਤ ਦਮਦਮਾ ਸਾਹਿਬ ਜੋ ਸਰਬੱਤ ਖਾਲਸਾ ਨੇ ਮੇਰੀ ਸੇਵਾ ਲਾਈ, ਮੈਂ ਉੱਥੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਅਸਤੀਫ਼ਾ ਰੱਖ ਦੂੰਗਾ। ਇਹ ਕਰੀ ਤੁਸੀਂ ਦਾਵੇ ਨਾ ਕਹਿ ਰਹੇ, ਏਦਾਂ ਤਾਂ ਨਹੀਂ ਵੀ ਬਾਅਦ ਚ ਤੁਸੀਂ ਵੀ ਮੁਕਰ ਜਾਓ। ਕਹਿੰਦਾ ਮੈਂ ਕਦੋਂ ਦਰਬਾਰ ਸਾਹਿਬ ਨੂੰ ਨੀ ਮੰਨਦਾ, ਮੈਂ ਅਕਾਲ ਤਖ਼ਤ ਨੂੰ ਨੀ ਮੰਨਦਾ, ਮੈਂ ਅੰਮ੍ਰਿਤ ਸਰੋਵਰ ਨੂੰ ਨੀ ਮੰਨਦਾ, ਮੈਂ ਅੰਮ੍ਰਿਤ ਸੰਚਾਰ ਨੂੰ ਨੀ ਮੰਨਦਾ, ਮੈਂ ਜਿਹੜਾ ਹੈਗਾ ਸਿੱਖ ਇਤਿਹਾਸ ਨੂੰ ਨੀ ਮੰਨਦਾ, ਮੈਂ ਤਾਂ ਸਾਰੇ ਕਾਸੇ ਨੂੰ ਮੰਨਦਾ। ਹੁਣ ਉਹ ਕਹੀ ਜਾਂਦਾ ਮੈਂ ਸਾਰੇ ਕਾਸੇ ਨੂੰ ਮੰਨਦਾ। ਟੀਚਰ ਜੀ ਅੰਗ ਜਿੱਦਾਂ ਤੁਸੀਂ ਬੋਲਦੇ ਆ ਸਟੇਜ ਤੇ ਜੀ, ਸਾਡੇ ਜਿਹੜੇ ਬੰਦੇ ਮੋਹਰੇ ਬੈਠੇ ਆ, ਜਿਹੜੇ ਬੇ ਇਹਨਾਂ ਚੋਂ ਜੇ ਕਿਤੇ ਇਹਨਾਂ ਦੇ ਆਪਣੇ ਸੰਗਤ ਵਿੱਚ ਜਾਂ ਬਾਬਿਆਂ ਦੇ ਮੋਹਰੇ ਜਾ ਕੇ ਬਹਿ ਜਾਂਦਾ ਤੇ ਇਹਨਾਂ ਨੂੰ ਕਥਾ ਵੀ ਭੁੱਲ ਜਾਂਦੀ। ਜ਼ਰੂਰ ਵਾਕਿਆ ਹੀ ਕਤਲੇਆਮ ਕਰਾਉਣਾ ਚਾਹੁੰਦੇ, ਬੜੇ ਤਰੀਕੇ ਦੇ ਨਾਲ ਜਿਹੜਾ ਹੈਗਾ ਉਹ ਏਦਾਂ ਦਾ ਪਿੜ ਤਿਆਰ ਕਰ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਵਾਜ਼ੇ ਕੌਮ ਦੇ ਦਰਸ਼ਕ ਇੱਕ ਵਾਰੀ ਫੇਰ ਹਾਜ਼ਰ ਹੋਏ ਹਾਂ ਤੁਹਾਡੇ ਲਈ ਇੱਕ ਨਵਾਂ ਪ੍ਰੋਗਰਾਮ ਲੈ ਕੇ। ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਕੁਝ ਪੰਥਕ ਮਸਲਿਆਂ ਬਾਰੇ ਤੇ ਕੁਝ ਇਹੋ ਜਿਹੀਆਂ ਗੱਲਾਂ ਜਿਹੜੀਆਂ ਮਤਲਬ ਕਾਫੀ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਆ। ਪਿਛਲੇ ਦਿਨੀ ਭਾਈ ਰਣਜੀਤ ਸਿੰਘ ਜੀ ਢੱਡੀਆਂ ਵਾਲਿਆਂ ਨੇ ਪਰਮੇਸ਼ਰ ਦਰਬਾਰ ਦੇ ਵਿੱਚ ਇੱਕ ਪ੍ਰੋਗਰਾਮ ਕੀਤਾ, ਜਿਹਦੇ ਵਿੱਚ ਉਹਨਾਂ ਨੇ ਜਿੱਥੇ ਬਾਕੀ ਹੋਰ ਪੰਥਕ ਸ਼ਖਸੀਅਤਾਂ ਨੂੰ ਨਿਸ਼ਾਨਾ ਬਣਾਇਆ, ਉੱਥੇ ਸਰਬੱਤ ਖਾਲਸਾ ਵੱਲੋਂ ਚੁਣੇ ਹੋਏ ਜਥੇਦਾਰ ਭਾਈ ਸਾਹਿਬ ਭਾਈ ਬਲਜੀਤ ਸਿੰਘ ਜੀ ਦਾਦੂਵਾਲ ਦਾ ਨਾਮ ਬਹੁਤ ਜਪਿਆ ਗਿਆ ਹੈ। ਅਤੇ ਅਸੀਂ ਇਹ ਗੱਲਬਾਤ ਕਰਨ ਵਾਸਤੇ ਅੱਜ ਉਹਨਾਂ ਨੂੰ ਸਟੂਡੀਓ ਦੇ ਵਿੱਚ ਸੱਦਾ ਦਿੱਤਾ ਆ। ਗੱਲਾਂ ਬਾਤਾਂ ਹੋਰ ਵੀ ਕਰਾਂਗੇ, ਪਰ ਇਹਦੇ 'ਤੇ ਆਪਣਾ ਮੇਨ ਗੱਲ ਹੋਊਗੀ ਵੀ ਕਿਉਂ ਇਹਨਾਂ ਦਾ ਇੰਨਾ ਨਾਮ ਜਪਿਆ ਗਿਆ, ਕਿਉਂ ਇਹੋ ਜਿਹੀਆਂ ਗੱਲਾਂ ਜਿਹੜੀਆਂ ਮੁੜ ਮੁੜ ਕੇ ਲੋਕਾਂ ਨੂੰ ਭੜਕਾਉਣ ਲਈ ਕੀਤੀਆਂ ਗਈਆਂ, ਇਹ ਸਾਰੀ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਸਿੰਘ ਸਾਹਿਬ ਨੂੰ ਜੀ ਆਇਆਂ ਕਹਿੰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲਾਂ ਤੁਸੀਂ ਇੰਗਲੈਂਡ ਦੇ ਵਿੱਚ ਤਕਰੀਬਨ ਹਫ਼ਤਾ ਹੋ ਹੀ ਚੱਲਿਆ, ਹੁਣ ਆਇਆਂ ਨੂੰ ਚਾਰ ਪੰਜ ਦਿਨ ਹੋ ਚੁੱਕੇ ਆ। ਤੇ 4-5 ਦਿਨਾਂ ਦੇ ਵਿੱਚ ਪੰਜਾਬ ਦੇ ਮਤਲਬ ਜਿੱਥੇ ਚਲੋ ਕਹੀਏ ਕਹਿੰਦੇ ਨਾ ਸਿਆਸੀ ਮਾਹੌਲ, ਉੱਥੇ ਜਿਹੜੇ ਧਰਮ ਦੇ ਵਿੱਚ ਮਤਲਬ ਧਰਮ ਦੇ ਨਾਂ 'ਤੇ ਲਾ ਲਓ ਜਾਂ ਕਾਫ਼ੀ ਉਥਲ ਪੁਥਲ ਹੋਈ ਆ, ਅਤੇ ਕਾਫ਼ੀ ਭਾਈ ਰਣਜੀਤ ਸਿੰਘ ਢੱਡੀਆਂ ਵਾਲਿਆਂ ਨੇ ਜਿਹੜੇ ਪ੍ਰੋਗਰਾਮ ਕੀਤੇ ਉਹਦੇ ਵਿੱਚ ਤੁਹਾਡਾ ਨਾਮ ਬੜਾ ਚੱਕਿਆ ਗਿਆ, ਆਪਾਂ ਇਸ 'ਤੇ ਬਾਅਦ ਆਵਾਂਗੇ। ਪਹਿਲਾਂ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ, ਇੰਗਲੈਂਡ ਦੇ ਵਿੱਚ ਆਏ ਹਾਂ, ਜਿਹੜੇ ਪ੍ਰੋਗਰਾਮ ਤੁਸੀਂ ਧਰਮ ਦਾ ਪ੍ਰਚਾਰ ਕਰਨ ਆਏ ਹਾਂ, ਇੱਕ ਫੈਮਿਲੀ ਦੌਰੇ 'ਤੇ ਵੀ ਆਏ ਹਾਂ, ਅਤੇ ਕਿੱਥੇ ਕਿੱਥੇ ਤੁਸੀਂ ਜਾ ਚੁੱਕੇ ਹੋ? ਦੇਖੋ ਭਾਈ ਰਘਵੀਰ ਸਿੰਘ ਜੀ, ਅਸੀਂ ਕੱਲ੍ਹ ਜਿਹੜੇ ਪ੍ਰੋਗਰਾਮ ਸੀਗੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਲੋਹ, ਠੀਕ, ਜਿੱਥੇ ਸਵੇਰੇ ਪਹਿਲਾਂ ਉੱਥੇ 10:30 ਤੋਂ ਤਕਰੀਬਨ 11:15 ਤੱਕ ਹਾਜ਼ਰੀ ਭਰੀ ਸੀਗੀ ਗੁਰਮਤ ਵਿਚਾਰਾਂ ਦੀ, ਬਹੁਤ ਵੱਡੀ ਗਿਣਤੀ 'ਚ ਸੰਗਤਾਂ ਇਕੱਤਰ ਸੀਗੀਆਂ। ਉਸ ਤੋਂ ਬਾਅਦ ਸ੍ਰੀ ਗੁਰੂ ਸਿੰਘ ਸਭਾ ਸਾਊਥ ਹਾਲ ਪਾਰਕ ਐਵੀਨਿਊ, ਹਾਂਜੀ, ਉੱਥੇ ਹਾਜ਼ਰੀ ਭਰੀ ਸੀਗੀ। ਉੱਥੇ ਕੁੱਝ ਪ੍ਰਬੰਧਕਾਂ ਦੇ ਵੱਲੋਂ ਜਿਹੜਾ ਸੀਗਾ ਉਹ ਸਵਾਲ ਵੀ ਦਿੱਤੇ ਗਏ ਜੋ ਸੰਗਤਾਂ ਦੇ ਵੱਲੋਂ ਸੀ, ਉਹਦੇ ਬਾਅਦ ਹਾਂ ਕੋਈ ਉਹਨਾਂ ਨੇ ਸਵਾਲ ਦਿੱਤੇ ਸੀ ਵੀ ਸੰਗਤਾਂ ਦੇ ਸਵਾਲ ਆ, ਤੇ ਉਹ ਵੀ ਅਸੀਂ ਸੰਗਤਾਂ ਦੇ ਨਾਲ ਜਿਹੜਾ ਸੀ ਉਹ ਸਾਂਝੇ ਕੀਤੇ ਗੁਰਬਾਣੀ ਕਥਾ ਕੀਰਤਨ ਵਿਚਾਰ ਦੇ ਦੌਰਾਨ, ਤੇ ਸੰਗਤਾਂ ਦੀ ਤਸੱਲੀ ਹੋਈ ਉਹਦੇ ਨਾਲ, ਠੀਕ ਹੈ, ਔਰ ਉਹਨਾਂ ਨੇ ਸਨਮਾਨ ਕੀਤਾ। ਉੱਥੇ ਪ੍ਰਬੰਧਕ ਕਮੇਟੀ ਸੀਗੀ, ਸਰਦਾਰ ਬੁੱਲੇ ਖਾਨ ਦਰਵੇਸ਼ ਸਿੰਘ ਲੱਲੀ ਪ੍ਰਧਾਨ ਸੀਗੇ, ਨਾਲ ਸਰਦਾਰ ਕੁਲਵੰਤ ਸਿੰਘ ਭਿੰਡਰ
ਜੋ ਉੱਥੇ ਗੁਰਦੁਆਰਾ ਪ੍ਰਬੰਧਕ ਕਮੇਟੀ ਚ ਔਰ ਹੋਰ ਬਹੁਤ ਸਾਰੇ ਉਹਨਾਂ ਦੇ ਸਾਥੀ ਔਰ ਬਹੁਤ ਵੱਡੀ ਗਿਣਤੀ ਚ ਸੰਗਤਾਂ, ਤੁਹਾਨੂੰ ਪਤਾ ਜੀ ਉੱਥੇ ਸਾਰਾ ਦਿਨ ਹੀ ਸੰਗਤਾਂ ਦਾ ਆਉਣ ਜਾਣ ਬਣਿਆ ਰਹਿੰਦਾ ਗੁਰਦੁਆਰਾ ਸਿੰਘ ਸਭਾ ਪਾਰਕ ਐਵੀਨਿਊ ਜੋ ਸਾਊਥ ਹਾਲ ਠੀਕ ਔਰ ਸ਼ਾਮ ਦਾ ਦੀਵਾਨ ਜਿਹੜਾ ਸੀ ਉਹ ਗੁਰਦੁਆਰਾ ਕਰਮਸਰ ਏਅਰਫੋਰਡ ਵਿਖੇ ਉੱਥੇ ਤਕਰੀਬਨ 7 to 8:30 ਦਾ ਪ੍ਰੋਗਰਾਮ ਸੀਗਾ ਉੱਥੇ ਘੰਟਾ ਕੁ ਮੈਂ ਹਾਜ਼ਰੀ ਜਿਹੜੀ ਸੀ ਉਹ ਭਰੀ ਸੀਗੀ ਠੀਕ ਹੈ ਬੜੀ ਵੱਡੀ ਗਿਣਤੀ ਚ ਸੰਗਤਾਂ ਜਿਹੜੀਆਂ ਸੀ ਉੱਥੇ ਹਾਜ਼ਰ ਸੀਗੀਆਂ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ ਮੇਰੀ ਅਕਸਰ ਇਹ ਜਿਹੜੀ ਇੱਛਾ ਰਹਿੰਦੀ ਹੈ ਕਿ ਜਿਹੜੇ ਗੁਰੂ ਘਰਾਂ ਦੇ ਅੰਦਰ ਇਸ ਤਰ੍ਹਾਂ ਗੁਰਮਤਿ ਸਮਾਗਮ ਉਹਦੇ ਵਿੱਚ ਗੁਰਬਾਣੀ ਗੁਰ ਇਤਿਹਾਸ ਗੁਰਮਤਿ ਵਿਚਾਰਾਂ ਜਿਹੜੀਆਂ ਸੰਗਤਾਂ ਨਾਲ ਸਾਂਝੀਆਂ ਕੀਤੀਆਂ ਜਾਣ ਠੀਕ ਹੈ ਜਿਹੜੇ ਹਾਲਾਤ ਚੱਲ ਰਹੇ ਆ ਜਿਵੇਂ ਸਿਆਸੀ ਹਾਲਾਤ ਆ ਜਾਂ ਧਾਰਮਿਕ ਹਾਲਾਤ ਆ ਇਹ ਪੰਜਾਬ ਦੇ ਆ ਚਾਹੇ ਇੱਥੇ ਦੇ ਆ ਉਹਨਾਂ ਦੀਆਂ ਵਿਚਾਰਾਂ ਤਾਂ ਅਕਸਰ ਆਪਾਂ ਟੀਵੀ ਚੈਨਲਾਂ ਦੇ ਉੱਤੇ ਡਿਬੇਟ ਹੋ ਜਾਂਦੀ ਹੈ ਚਾਹੇ ਉਹ ਵੈਬ ਚੈਨਲ ਆ ਚਾਹੇ ਸੈਟੇਲਾਈਟ ਚੈਨਲ ਆ ਕੇ ਟੀਵੀ ਦੇ ਉੱਤੇ ਵਿਚਾਰ ਹੋਈ ਆ ਪਹਿਲਾਂ ਇੰਡੀਆ ਦੇ ਵਿੱਚ ਬੜੇ ਜਿਹੜੇ ਨੈਸ਼ਨਲ ਚੈਨਲ ਉਹਨਾਂ ਦੇ ਵਿਚਾਰਾਂ ਹੋਈਆਂ ਵੈਬ ਚੈਨਲਾਂ ਤੇ ਕੱਲ ਨੂੰ ਅਕਾਲ ਚੈਨਲ ਵੱਲੋਂ ਵੀ ਸਮਾਂ ਰੱਖਿਆ ਗਿਆ ਤੁਹਾਡੇ ਵਾਜੇ ਕੌਮ ਦੇ ਉੱਤੇ ਵੀ ਜਿਹੜੀਆਂ ਵਿਚਾਰ ਚਰਚਾ ਹੋਈ ਆ ਕਿਉਂਕਿ ਅਸੀਂ ਹਮੇਸ਼ਾ ਸੰਗਤਾਂ ਦੀ ਸੇਵਾ ਚ ਹਾਜ਼ਰ ਆ ਜਦੋਂ ਵੀ ਕੋਈ ਅਖਬਾਰਾਂ ਦੇ ਪੱਤਰਕਾਰ ਹੋਣ ਜਾਂ ਟੀਵੀ ਚੈਨਲਾਂ ਦੇ ਹੋਣ ਉੱਥੇ ਵਿਚਾਰ ਚਰਚਾ ਜਿਹੜੇ ਗੁਰੂ ਘਰਾਂ ਦੇ ਸਮਾਗਮ ਆ ਉੱਥੇ ਸਾਡੀ ਹਮੇਸ਼ਾ ਕੋਸ਼ਿਸ਼ ਰਹਿੰਦੀ ਆ ਕਿ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਗੁਰਬਾਣੀ ਗੁਰ ਇਤਿਹਾਸ ਗੁਰਮਤਿ ਵਿਚਾਰਾਂ ਦੀ ਸਾਂਝ ਪਾਈਏ ਜਿਵੇਂ ਆਉਣ ਵਾਲੇ ਦਿਨਾਂ ਦੇ ਅੰਦਰ ਵੀ 12 ਤਰੀਕ ਨੂੰ ਜੋ ਗੁਰੂ ਨਾਨਕ ਗੁਰਦੁਆਰਾ ਗਰੀਬਸ ਐਂਡ ਉੱਥੇ ਦਿਨੇ 11 to 12 ਤੱਕ ਜਿਹੜਾ ਹੈ ਉੱਥੇ ਹਾਜ਼ਰੀ ਭਰਨੀ ਹੈ ਗਰੀਬਸ ਐਂਡ ਕੈਂਟ ਔਰ ਫਿਰ 13 ਤਰੀਕ ਰਾਤ ਦਾ ਜਿਹੜਾ ਨਾਨਕ ਸਿੱਖ ਨਾਨਕ ਸਾਹੀ ਜਿਹੜਾ ਸਾਲ ਆਰੰਭ ਹੋਣਾ ਉਸਦਾ ਜਿਹੜਾ ਪ੍ਰੋਗਰਾਮ ਆ 13 ਤਰੀਕ ਨੂੰ ਸ੍ਰੀ ਗੁਰੂ ਅਰਜਨ ਦੇਵ ਗੁਰਦੁਆਰਾ ਜੋ ਡਰਬੀ ਆ ਵੱਡਾ ਗੁਰੂ ਘਰ ਉਸ ਜਗ੍ਹਾ ਤੇ ਹਾਜ਼ਰੀ ਭਰਨੀ ਹੈ ਫਿਰ ਇਸੇ ਤਰ੍ਹਾਂ ਜਿਹੜਾ ਐਤਵਾਰ ਦਾ ਪ੍ਰੋਗਰਾਮ ਹੈ ਉਹ ਸਵੇਰੇ ਜਿਵੇਂ 12 to 1 ਤੱਕ ਮੈਂਸਫੀਲਡ ਵਿਖੇ ਜਿਹੜਾ ਗੁਰਦੁਆਰਾ ਸਾਹਿਬ ਆ ਉੱਥੇ ਹਾਜ਼ਰੀ ਸੀ ਇਸ ਤਰ੍ਹਾਂ ਜਿੱਥੇ ਜਿੱਥੇ ਸੰਗਤਾਂ ਨੇ ਹੁਕਮ ਕੀਤਾ ਉੱਥੇ ਸੰਗਤਾਂ ਦੇ ਦਰਸ਼ਨ ਨਜ਼ਾਰੇ ਜਿਹੜੇ ਉਹ ਕਰ ਰਹੇ ਆ ਪਹਿਲਾਂ ਕੋਈ ਪ੍ਰੋਗਰਾਮ ਦੇਖਿਆ ਨਹੀਂ ਸੀਗਾ ਕਿਉਂਕਿ ਜਿਵੇਂ ਤੁਹਾਨੂੰ ਪਹਿਲਾਂ ਵੀ ਪਤਾ ਕਿ ਪਰਿਵਾਰਕ ਮਿਲਣੀ ਕਿਉਂਕਿ ਵੱਡੇ ਭੈਣ ਇੱਥੇ ਰਹਿੰਦੇ ਆ ਠੀਕ ਹੈ ਤਾਂ ਪਰਿਵਾਰਕ ਤੌਰ ਤੇ ਜਿਵੇਂ ਸਿੰਘਣੀ ਵੀ ਬੱਚੇ ਵੀ ਨਾਲ ਆਏ ਹੋਏ ਆ ਤਾਂ ਪਰ ਜਿੱਥੇ ਜਿੱਥੇ ਸੰਗਤਾਂ ਨੇ ਹੁਕਮ ਕੀਤਾ ਗੁਰੂ ਘਰਾਂ ਦੇ ਵਿੱਚ ਸਾਡੇ ਘਰੇਲੂ ਕੰਮਾਂ ਦੇ ਵਿੱਚ ਵੀ ਪੰਥਕ ਕੰਮ ਹੁੰਦੇ ਆ ਤੇ ਪੰਥਕ ਕੰਮਾਂ ਦੇ ਨਾਲ ਨਾਲ ਘਰੇਲੂ ਕੰਮ ਜਿਹੜੇ ਉਹ ਵੀ ਚੱਲਦੇ ਰਹਿੰਦੇ ਜ਼ਿੰਮੇਵਾਰੀਆਂ ਸਤਿਗੁਰ ਦੀ ਕਿਰਪਾ ਵਾ ਸੰਗਤਾਂ ਨਾਲ ਪਿਆਰ ਬਣਿਆ ਹੋਇਆ ਕਿਉਂਕਿ ਪਿਛਲੇ ਤਕਰੀਬਨ 2001 ਤੋਂ ਇੰਗਲੈਂਡ ਦੇ ਵਿੱਚ ਪਹਿਲੀ ਵਾਰ ਆਏ ਸੀ ਠੀਕ ਹੈ ਤਾਂ ਧਰਮ ਪ੍ਰਚਾਰ ਜਿੱਥੇ ਭਾਰਤ ਦੇ ਅੰਦਰ ਉੱਥੇ ਜਦੋਂ ਦਮਦਮੀ ਟਕਸਾਲ ਦੇ ਵਿੱਚ ਵਿਦਿਆ ਪ੍ਰਾਪਤ ਕੀਤੀ ਮਹਿਤਾ ਚੌਂਕ ਵਿਖੇ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਜੋ ਦਮਦਮੀ ਟਕਸਾਲ ਦਾ ਹੈੱਡਕੁਆਟਰ ਆ ਤੇ ਉਸ ਵੇਲੇ ਦੇ ਮੌਜੂਦਾ ਮੁਖੀ ਜਿਹੜੇ ਆਏ ਸੱਚਖੰਡ ਵਾਸੀ ਸਨ ਬਾਬਾ ਠਾਕੁਰ ਸਿੰਘ ਜੀ ਉਹਨਾਂ ਦਾ ਪਿਆਰ ਸਤਿਕਾਰ ਮਿਲਿਆ ਉੱਥੇ ਜੋ ਵਿਦਿਆ ਪ੍ਰਾਪਤ ਕੀਤੀ ਤਾਂ ਉੱਥੋਂ ਧਰਮ ਪ੍ਰਚਾਰ ਕਰਦਿਆਂ ਡਿਊਟੀਆਂ ਨਿਭਾਉਂਦਿਆਂ ਸੇਵਾਵਾਂ ਕਰਦਿਆਂ ਸੋ ਇੱਥੇ 2001 ਚ ਪਹਿਲੀ ਵਾਰ ਆਏ ਉਸ ਤੋਂ ਬਾਅਦ ਲਗਾਤਾਰ ਤਕਰੀਬਨ ਕਈ ਵਾਰੀ ਸਾਲ ਚ 2-2-3-3 ਵਾਰ ਵੀ ਇੱਥੇ ਜਿਹੜਾ ਸੰਗਤਾਂ ਦੇ ਦਰਸ਼ਨ ਲਾਰੇ ਹੋਏ ਤੇ ਇਸ ਕਾਰਨ ਕਰਕੇ ਹੁਣ ਜਦੋਂ ਆਏ ਆ ਤਾਂ ਪਿਛਲੇ ਸਾਲ ਵੀ ਜਦੋਂ ਆਏ ਸੀ ਉਦੋਂ ਵੀ ਕਈ ਗੁਰੂ ਘਰਾਂ ਚ ਦਰਸ਼ਨ ਦਾਰੇ ਕੀਤੇ ਤੇ ਇਸ ਵਾਰ ਵੀ ਜਿੱਥੇ ਜਿੱਥੇ ਸੰਗਤਾਂ ਦਾ ਹੁਕਮ ਆ ਪ੍ਰਬੰਧਕਾਂ ਦਾ ਉੱਥੇ ਦਰਸ਼ਨ ਦਾਰੇ ਕਰ ਰਹੇ ਔਰ ਕੋਸ਼ਿਸ਼ ਆ ਕਿ ਗੁਰੂ ਘਰਾਂ ਦੇ ਅੰਦਰ ਗੁਰਬਾਣੀ ਗੁਰ ਇਤਿਹਾਸ ਗੁਰਮਤਿ ਵਿਚਾਰਾਂ ਜਿਹੜੀਆਂ ਸੰਗਤਾਂ ਨਾਲ ਸਾਂਝੀਆਂ ਕੀਤੀਆਂ ਹੋਵੇ ਚਾਹੇ ਧਾਰਮਿਕ ਹੋਵੇ ਪੰਜਾਬ ਦੇ ਉੱਪਰ ਖਾਸ ਤੌਰ ਤੇ ਲੱਗੀ ਹੋਈ ਅੱਜ ਕੱਲ ਹੋਰ ਮਸਲੇ ਹੋਰ ਪੰਥਕ ਕਾਰਜ ਲੋਕੀ ਘੱਟ ਕਰਦੇ ਆ ਇਹ ਪੁੱਛਦੇ ਆ
ਉਹ ਦੇਖੋ ਜੀ ਢੱਡੀਆਂ ਵਾਲੇ ਨੇ ਕੀ ਬੋਲਿਆ, ਦਾਦੂਵਾਲ ਸਾਹਿਬ ਨੇ ਅੱਜ ਕੀ ਬੋਲਿਆ, ਜਾਂ ਅਜਨਾਲਾ ਸਾਹਿਬ ਨੇ ਕੀ ਬੋਲਿਆ, ਜਾਂ ਹੋਰ ਜਿਹੜੇ ਮਤਲਬ ਪ੍ਰਚਾਰ ਗਿਆ ਉਹਨਾਂ ਦਾ ਨਾਂ, ਤੇ ਤੁਹਾਨੂੰ ਵੀ ਇੱਦਾਂ ਲੋਕ ਮਿਲਦੇ ਹੋਣਗੇ ਜੀ, ਦੇਖੋ ਜੀ ਆਹ ਕੀ ਹੋ ਰਿਹਾ ਪੰਥ ਦੇ ਵਿੱਚ, ਢੱਡੀਆਂ ਵਾਲੇ ਦਾ ਜਿਹੜਾ ਵਿਵਾਦਿਤ ਮਸਲਾ ਇਹਨੂੰ ਹੱਲ ਕਰੋ, ਇਹ ਕਿਉਂ ਨੀ ਹੱਲ ਹੁੰਦਾ, ਲੋਕ ਫਿਕਰਮੰਦ ਵੀ ਆ, ਏਦਾਂ ਵੀ ਤੁਹਾਨੂੰ ਲੋਕ ਮਿਲੇ? ਬਿਲਕੁਲ, ਜਿਹੜੇ ਕੁਝ ਲੋਕ ਜਿਹੜੇ ਧੜਿਆਂ ਚ ਖੜੇ ਆ, ਉਹ ਤਾਂ ਚਲੋ ਹੁੰਦੇ ਹੀ ਆ, ਵੀ ਕੋਈ ਕਿਸ ਪੱਖ ਚ ਖੜਾ, ਕੋਈ ਕਿਸ ਪੱਖ, ਜਿਹੜੇ ਨਿਊਟਰਲ ਆ ਹਾਂਜੀ, ਉਹਨਾਂ ਦੀ ਹਮੇਸ਼ਾ ਚਿੰਤਾ ਰਹਿੰਦੀ ਆ ਪੰਥ ਦਰਦੀ ਲੋਕਾਂ ਦੀ, ਕਿ ਜਿਹੜੇ ਇਸ ਤਰ੍ਹਾਂ ਦੇ ਵਿਵਾਦ ਜਿਹੜੇ ਉਹ ਪੈਦਾ ਨਾ ਹੋਣ। ਠੀਕ ਹੈ, ਹਮੇਸ਼ਾ ਉਹਨਾਂ ਦੇ ਜਿਹੜੇ ਦੇਸ਼ਾਂ ਪ੍ਰਦੇਸ਼ਾਂ ਜੋ ਮੈਨੂੰ ਫੋਨ ਵੀ ਆਏ, ਮਿਲੇ ਵੀ, ਇੱਥੇ ਵੀ ਮਿਲੇ, ਇੰਗਲੈਂਡ ਦੇ ਵਿੱਚ ਵੀ ਤੇ ਇੰਡੀਆ ਦੇ ਵਿੱਚ ਵੀ, ਇਸ ਚੀਜ਼ ਨੂੰ ਨਿਬੇੜਿਆ ਜਾਵੇ। ਮੈਨੂੰ ਉਹ ਪਿਛਲੀ ਗੱਲ ਕਰਕੇ ਕਿ ਤੁਸੀਂ ਉਦੋਂ ਬੱਬੂ ਮਾਨ ਵਾਲਾ ਰੌਲਾ ਜਿਹੜਾ ਸੀ ਭਾਈ ਰਣਜੀਤ ਸਿੰਘ, ਉਹ ਤੁਸੀਂ ਨਿਬੇੜਿਆ ਸੀਗਾ, ਤੇ ਹੁਣ ਵੀ ਤੁਸੀਂ ਜਿਹੜਾ ਇਸ ਚੀਜ਼ ਨੂੰ ਨਿਬੇੜੋ। ਠੀਕ ਹੈ, ਇਸ ਤਰ੍ਹਾਂ ਬਹੁਤ ਸਾਰੇ ਸਿੰਘ ਜਿਹੜੇ ਆ ਉਹ ਮਿਲਦੇ ਆ, ਵੀ ਇਸ ਚੀਜ਼ ਨੂੰ ਜਿਹੜਾ ਹੈਗਾ ਉਹ ਨਿਬੇੜਿਆ ਜਾਵੇ, ਪੰਥ ਵਿੱਚ ਟਕਰਾਅ ਨਾ ਬਣੇ, ਵਿਖੇੜਾ ਨਾ ਬਣੇ, ਤੇ ਕਿੱਦਾਂ ਸਾਡੇ ਜਿੱਦਾਂ ਹੁਣ ਸਿੱਖ ਤਿਉਹਾਰ ਹੋਲਾ ਮਹੱਲਾ, ਹੋਲੇ ਮਹੱਲੇ ਦੇ ਦਿਨ ਮੈਂ ਸੰਗਤਾਂ ਨੂੰ ਮੁਬਾਰਕ ਵੀ ਦੇਣੀ ਚਾਹੁੰਦਾ ਇਸ ਗੱਲ ਦੀ, ਸਾਰਿਆਂ ਨੂੰ ਲੱਖ ਲੱਖ ਮੁਬਾਰਕ। ਹੋਲਾ ਮਹੱਲਾ ਜੋ ਸਿੱਖਾਂ ਦੀ ਜਾਹੋ ਜਲਾਲ ਦਾ ਪ੍ਰਤੀਕ ਹੈ, ਚੜ੍ਹਦੀ ਕਲਾ ਦਾ ਪ੍ਰਤੀਕ ਆ, ਜੋ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੇ ਸਿੰਘਾਂ ਨੂੰ ਬਖਸ਼ਿਸ਼ ਕੀਤੀ ਆ, ਜੋ ਸ੍ਰੀ ਅਨੰਦਪੁਰ ਸਾਹਿਬ ਤੋਂ, ਤੇ ਅੱਜ ਲੱਖਾਂ ਸੰਗਤਾਂ ਵਹੀਰਾ ਘੱਟ ਕੇ ਸ੍ਰੀ ਅਨੰਦਪੁਰ ਸਾਹਿਬ ਨੂੰ ਜਾ ਰਹੀਆਂ ਨੇ। ਆ ਕੋਰੋਨਾ ਵਾਇਰਸ ਵਰਗੀ ਬਿਮਾਰੀ ਜਿਹੜੀ ਉਹ ਫੈਲੀ ਹੋਈ ਆ, ਪਰ ਇਸ ਦੇ ਬਾਵਜੂਦ ਵੀ ਸੰਗਤਾਂ ਦੇ ਮਨਾਂ ਚ ਕਿਸੇ ਤਰ੍ਹਾਂ ਦਾ ਡਰ ਨਹੀਂ, ਭੈ ਨਹੀਂ ਆ। ਸਥਾਨਕ ਸਰਕਾਰਾਂ ਵੱਡੇ ਇਕੱਠਾਂ ਤੇ ਪਾਬੰਦੀਆਂ ਲਾ ਰਹੀਆਂ ਹਰ ਕੰਟਰੀ ਦੇ ਅੰਦਰ, ਪਰ ਉੱਥੇ ਜਿਹੜਾ ਹੈਗਾ ਸ੍ਰੀ ਅਨੰਦਪੁਰ ਸਾਹਿਬ, ਦੇਖੋ ਸੰਗਤਾਂ ਦਾ ਪਿਆਰ, ਗੁਰੂ ਦੇ ਨਾਲ ਸਤਿਕਾਰ ਇੰਨਾ ਕਿ ਉਹ ਚੜ੍ਹਦੀ ਕਲਾ ਦੇ ਨਾਲ ਉਧਰ ਨੂੰ ਵੀ ਹੀਰਾ ਘਾਤ ਰਹੇ। ਸੋ ਇਹੋ ਜਿਹੇ ਹਾਲਾਤਾਂ ਵਿੱਚ ਮੈਂ ਸਮਝਦਾ ਕਿ ਜਿੱਥੇ ਜਿਹੜੇ ਚਿੰਤਤ ਸਿੱਖ ਆ, ਉਹ ਚਾਹੁੰਦੇ ਆ ਕਿ ਆਪਾਂ ਆਪਣੇ ਤਿਉਹਾਰ ਚੜ੍ਹਦੀ ਕਲਾ ਨਾਲ ਮਨਾਈਏ, ਉਹਨਾਂ ਚੋਂ ਜਿਹੜੀ ਕੌਮ ਨੂੰ ਕੋਈ ਸੇਧ ਮਿਲੇ, ਕੌਮ ਚੜ੍ਹਦੀ ਕਲਾ ਵਾਲੇ ਪਾਸੇ ਜਾਵੇ, ਵੀ ਏਦਾਂ ਦੇ ਜਿਹੜੇ ਵਿਵਾਦ ਆ ਉਹ ਖਤਮ ਹੋਣੇ ਚਾਹੀਦੇ। ਤੇ ਮੇਰੀ ਆਪਣੀ ਇੱਛਾ, ਤਾਂ ਹੀ ਮੈਂ ਇਸ ਜਿਹੜਾ ਮਸਲਾ ਸੀ ਇਹਦੇ ਵਿੱਚ ਆਪਣੀ ਸਲਾਹ ਜਿਹੜੀ ਅਪੀਲ ਕੀਤੀ ਸੀ ਭਾਈ ਰਣਜੀਤ ਸੋਹਣਾ ਨੂੰ, ਵੀ ਵਿਵਾਦ ਨਾ ਪੈਦਾ ਹੋਵੇ। ਪਰ ਉਹ ਜਿਸ ਤਰ੍ਹਾਂ ਕਹਿੰਦੇ ਆ ਕਿ ਉਹ ਹਰਨਾਕਸ਼ ਵਾਲੀ ਬਿਰਤੀ ਬਣ ਜਾਂਦੀ ਆ, ਹਰਨਾਕਸ਼ ਕਹਿੰਦਾ ਸੀ ਭਗਵਾਨ ਤੋਂ ਹੀ ਵਰ ਲੈ ਕੇ, ਤੇ ਭਗਵਾਨ ਦੇ ਹੀ ਖਿਲਾਫ਼ ਖੜ ਗਿਆ ਕਿ ਹੁਣ ਕਹੋ ਜਲੇ ਹਰਨਾਕਸ਼ ਥਲੇ ਹਰਨਾਕਸ਼ ਈਬੈ ਹਰਨਾਕਸ਼ ਉਬੈ ਹਰਨਾਕਸ਼। ਇਹ ਲੋੜ ਹੀ ਨੀ ਕਹਿੰਦਾ ਜਪਣ ਦੀ, ਜਲੇ ਹਰੀ ਥਲੇ ਹਰੀ ਈਬੈ ਹਰੀ ਉਬੈ ਹਰੀ, ਉਹਦਾ ਜਪਣ ਦੀ ਲੋੜ ਹੀ ਨੀ। ਸੋ ਇਸ ਤਰ੍ਹਾਂ ਉਹ ਹਰਨਾਕਸ਼ ਵਾਂਗੂ ਬਿਰਤੀ ਜਿਹੜੀ ਹਉਮੈ ਹੰਕਾਰ ਦੇ ਵਿੱਚ ਆ ਕੇ ਉਹਨਾਂ ਨੇ ਮਜ਼ਾਕ ਉਡਾਇਆ ਉਸ ਗੱਲ ਦਾ, ਤੇ ਉਹ ਉਹਨਾਂ ਦੀ ਚਲੋ ਉਹਨਾਂ ਨੂੰ ਮੁਬਾਰਕ ਆ, ਪਰ ਅਸੀਂ ਅੱਜ ਵੀ ਚਾਹੁੰਦੇ ਹਾਂ ਕਿ ਇਸ ਚੀਜ਼ ਦਾ ਜਿਹੜਾ ਹੈਗਾ ਬੜਾ ਸਾਰਥਕ ਹੱਲ ਹੋਵੇ। ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ ਪ੍ਰਭੂ ਸੱਤਾ ਦਾ ਕੇਂਦਰ ਆ, ਦਰਬਾਰ ਸਾਹਿਬ ਸਾਡੀ ਆਸਥਾ ਦਾ ਕੇਂਦਰ ਆ, ਅੰਮ੍ਰਿਤ ਸਰੋਵਰ ਸਾਡੀ ਆਸਥਾ ਦਾ ਕੇਂਦਰ ਆ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜੋ ਸਾਡੀ ਗੁਰੂ ਆ, ਜੋ ਸਾਡੇ ਰੋਮ ਸਤਿਗੁਰ ਨੇ ਸਿੱਖ ਨੂੰ ਗੁਰਬਾਣੀ ਦੀ ਬਖਸ਼ਿਸ਼ ਕੀਤੀ, ਰੋਮ ਰੋਮ ਚ ਹੋਣੀ ਚਾਹੀਦੀ ਆ। ਔਰ ਸਾਡਾ ਜਿਹੜਾ ਸਿੱਖ ਇਤਿਹਾਸ ਆ, ਸਾਡਾ ਗੌਰਵਮਈ ਸੰਘਰਸ਼ਮਈ ਸਿੱਖ ਇਤਿਹਾਸ ਆ ਜਿਹੜਾ, ਉਸ ਤੋਂ ਵੀ ਅਸੀਂ ਜਿਹੜਾ ਵਾ ਪਾਸੇ ਨਹੀਂ ਹੋ ਸਕਦੇ। ਸੋ ਇਸ ਤਰ੍ਹਾਂ ਦਾ ਮਨ ਚ ਖਿਆਲ ਆ ਕਿ ਉਹਨਾਂ ਸੰਗਤਾਂ ਦੀਆਂ ਭਾਵਨਾਵਾਂ ਸਹੀ ਆ, ਇਹ ਮਸਲਾ ਜਿਹੜਾ ਸ਼ੀਆ ਸੁੰਨੀ ਵਾਲੀ ਲੜਾਈ ਨਹੀਂ ਹੋਣੀ ਚਾਹੀਦੀ, ਨਿਬੜਨਾ ਚਾਹੀਦਾ। ਕੌਮ ਦੇ ਸਾਹਮਣੇ ਮਸਲੇ ਹੋਰ ਬੜੇ ਆ, ਹੋਰ ਗੱਲਾਂ ਜਿਹੜੀਆਂ ਨੇ ਉਹ ਹੋਣੀਆਂ ਚਾਹੀਦੀਆਂ ਨੇ, ਇਹ ਜਿਹੜੀ ਚੀਜ਼ ਆ ਵਿਵਾਦ ਇਹ ਮੁੱਕਣਾ ਚਾਹੀਦਾ। ਜੈਦਰ ਸਾਹਿਬ, ਭਾਈ ਰਣਜੀਤ ਸਿੰਘ ਢੱਡੀਆਂ ਵਾਲੇ ਨੇ ਬੜੇ ਮਜ਼ਾਕੀਆ ਲੱਗੀ ਦੇ ਵਿੱਚ ਕਿਹਾ ਕਿ ਦਾਦੂ ਸਾਹਿਬ ਦੇ ਜਿਹੜੇ ਸੰਬੰਧ ਬਹੁਤ ਵੱਡੇ ਬੰਦਿਆਂ ਨਾਲ ਆ, ਇਹਨਾਂ ਦੇ ਵਿਆਹ ਦੇ ਵੀ ਵਿਆਸ ਵਾਲਾ ਬਾਬਾ ਆਉਂਦਾ ਆ, ਤੇ ਇੱਕ ਟੀਚਰ ਦੀ ਅੰਗ ਜਿੱਦਾਂ ਤੁਸੀਂ ਬੋਲਦੇ ਆ ਸਟੇਜ ਤੇ ਜੀ, ਸਾਡੇ ਆ ਜਿਹੜੇ ਬੰਦੇ ਮੋਹਰੇ ਬੈਠੇ ਆ, ਜਿਹੜੇ ਬੇ ਇਹਨਾਂ ਚੋਂ ਜੇ ਕਿਤੇ ਇਹਨਾਂ ਦੇ ਆਪਣੇ ਸੰਗਤ ਦੇ ਵਿੱਚ ਬਾਬਿਆਂ ਦੇ ਮੋਹਰੇ ਜਾ ਕੇ ਬਹਿ ਜਾਂਦਾ, ਜਿਹਨਾਂ ਨੂੰ ਕਥਾ ਵੀ ਭੁੱਲ ਜਾਂਦੀ ਹੈ,
ਤੇ ਇੱਕ ਜਿੱਦਾਂ ਤੁਸੀਂ ਬੋਲਦੇ ਹੁੰਦੇ ਹੋ ਦਸਾਂਗ ਜੇ ਵੀ ਲਾਈ, ਜਿੱਦਾਂ ਪਹਿਲਾਂ ਭਾਈ ਪਿੰਦਰਪਾਲ ਸਿੰਘ ਦੀ ਜਾਂ ਹੋਰਾਂ ਦੀ, ਇਹ ਦਸਾਂਗ ਜੇ ਵੀ ਜਿੱਦਾਂ ਮਤਲਬ ਇਹ ਮਹਾਰਾਜ ਦੀ ਹਜ਼ੂਰੀ ਏਦਾਂ ਦੀਆਂ ਗੱਲਾਂ ਇਹੀ ਹੋਮੇ ਹੰਕਾਰ ਦੀਆਂ ਨਿਸ਼ਾਨੀਆਂ ਨੇ। ਪਹਿਲਾਂ ਤਾਂ ਦੇਖੋ ਤੁਸੀਂ ਤਰਲੇ ਲੈ ਕੇ ਲੋਕਾਂ ਨੂੰ ਇਕੱਠੇ ਕੀਤਾ ਉੱਥੇ ਵੀ ਆਓ ਜੀ ਪਰਮੇਸ਼ਰ ਦੁਆਰ ਆਓ ਸੱਤ ਨੂੰ ਜੀ ਪ੍ਰੋਗਰਾਮ ਦੇਣਾ ਜੀ ਉੱਥੇ, ਤੇ ਉਹ ਪ੍ਰੋਗਰਾਮ ਕੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਜਦੋਂ ਜੀ ਸੰਗਤ ਨੂੰ ਗੁਰਬਾਣੀ ਗੁਰ ਇਤਿਹਾਸ ਸੁਣਾਓ, ਉਹਦੇ ਤੇ ਤੁਸੀਂ ਸਮਾਂ ਘੱਟ ਲਾਇਆ ਤੇ ਤੁਸੀਂ ਜਿਹੜਾ ਸੀਗਾ ਪੰਥਕ ਮਸਲੇ ਟਾਰਗੇਟ ਵੱਧ ਕੀਤਾ। ਔਰ ਉੱਥੇ ਜਿਹੜਾ ਸੀ ਜਿਸ ਤਰ੍ਹਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਸਿੱਠਣੀਆਂ ਸੁਣਾਈਆਂ, ਜੇ ਵਿਆਹਾਂ ਦੇ ਵਿੱਚ ਸਿੱਠਣੀਆਂ ਨੀ ਸੁਣਾਉਂਦੇ ਹੁੰਦੇ ਨਾਨਕੇ ਦਾਦਕਿਆਂ ਦੀਆਂ ਗੱਲਾਂ, ਉਸ ਤਰ੍ਹਾਂ ਦੀਆਂ ਸਿੱਠਣੀਆਂ ਜਿਹੜੀਆਂ ਉਹ ਸੁਣਾਈਆਂ ਗਈਆਂ। ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਦੱਸੋ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਦੀ ਭਾਈ ਰਣਜੀਤ ਸਿੰਘ ਗੱਲ ਕਰਦੇ ਆ, ਠੀਕ ਹੈ, ਮੈਂ ਇਨ ਬਿਨ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਨੂੰ ਉਹਨਾਂ ਦੇ ਆਪਦੇ ਦੀਵਾਨਾਂ ਚ ਵੀ ਇਹ ਕਿਹਾ ਕਿ ਜੇ ਉਹਦੇ ਚ ਲਿਖਿਆ ਹੋਇਆ ਕਿ ਜੋੜੇ ਦੇ ਆਨੰਦ ਕਾਰਜ ਕਰਾਉਣੇ ਆ, ਜੋੜਾ ਲਾਵਾਂ ਦਾ ਪਾਠ ਸੁਣੇ, ਪਾਠ ਸੁਣ ਕੇ ਆ ਕੇ ਮੱਥਾ ਟੇਕ ਕੇ ਤੇ ਖੜਾ ਹੋ ਜੇ, ਵੀ ਮੈਂ ਤਾਂ ਖੜਾ ਕਰਕੇ ਹੀ ਅਰਦਾਸ ਲਾਵਾਂ ਕਰਾਉਣਾ, ਵੀ ਬੈਠਣ ਨੀ ਦਿੰਦਾ, ਲਾਵਾਂ ਦਾ ਪਾਠ ਖੜੇ ਹੋ ਕੇ ਸੁਣਨਾ, ਇਹ ਮਰਿਆਦਾ ਚ ਲਿਖਿਆ। ਤੇ ਇਸੇ ਤਰ੍ਹਾਂ ਮੈਂ ਇਨ ਬਿਨ ਕਰਦਾ ਤੇ ਫਿਰ ਮੈਨੂੰ ਇੱਕ ਗੱਲ ਮੈਂ ਸੰਗਤਾਂ ਨੂੰ ਹੱਥ ਬੰਨ ਕੇ ਬੇਨਤੀ ਕਰਕੇ ਪੁੱਛੂਗਾ ਵੀ ਜਿਹੜੀਆਂ ਸਿੱਠਣੀਆਂ ਸੁਣਾਈਆਂ ਗਈਆਂ ਇਸ 7 ਤਰੀਕ ਦੇ ਰਾਤ ਵਾਲੇ ਦਵਾਰ ਚ, ਚਾਹੇ ਉਹ ਗਿਆਨੀ ਹਰਪ੍ਰੀਤ ਸਿੰਘ ਨੂੰ ਸੁਣਾਈਆਂ ਗਈਆਂ, ਵੀ ਉਹ ਕਿਹੜੀ ਮਰਿਆਦਾ ਚ ਆਉਂਦੀਆਂ ਨੇ, ਉਹ ਜਿਹੜੀਆਂ ਸਿੱਠਣੀਆਂ ਨੇ ਜਿਹਦੇ ਚ ਅਸੀਂ ਕਿਹੜੇ ਗੱਲੋਂ ਕਾਣੇ ਜਥੇਦਾਰ ਜੀ ਏਦਾਂ ਦੀਆਂ ਜਿਹੜੀਆਂ ਸੁਣਾਈਆਂ ਗਈਆਂ, ਜਿਹੜੀਆਂ ਕੱਟ ਕੱਟ ਕੇ ਸੰਗਤਾਂ ਨੇ ਯੂਟਿਊਬ ਤੇ ਵੀ ਪਾਈਆਂ ਵਾਇਰਲ ਕੀਤੀਆਂ ਨੇ। ਪਹਿਲੀ ਗੱਲ ਤਾਂ ਇਹ ਹੈ ਕਿ ਉਹ ਦੀਵਾਨ ਹੀ ਨੀ ਰਿਹਾ। ਦੂਜੀ ਗੱਲ ਜਿਹੜੀ ਆ ਕਿ ਉਹਦੇ ਚ ਸੁਣਾਉਣਾ ਤੇ ਅਸੀਂ ਗੁਰਬਾਣੀ ਗੁਰ ਇਤਿਹਾਸ ਗੁਰੂ ਨਾਲ ਜੋੜਨਾ ਸੀਗਾ ਤੇ ਆਪਾਂ ਜੋੜਿਆ ਕਿਹੜੇ ਪਾਸੇ। ਦੂਸਰੀ ਗੱਲ ਜਿਹੜੀ ਉਹਨਾਂ ਕਿਹਾ ਵੀ ਇਹ ਕਥਾ ਵਾਚਕ ਭੁੱਲ ਜਾਂਦੇ ਆ, ਹੁਣ ਮੈਂ ਆਪਣੀ ਗੱਲ ਹੀ ਦੱਸਦਾ ਕਿ ਭਾਈ ਰਣਜੀਤ ਸਿੰਘ ਨੇ ਵਿਦੇਸ਼ੀ ਸੰਗਤਾਂ ਦਾ ਵੀ ਨਾਲ ਜਥਾ ਸੀਗਾ, ਨਾਲ ਇੰਡੀਆ ਤੋਂ ਵੀ ਸਤਿਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਗਏ ਸੀ। ਅੱਛਾ, ਨਵਾਂ ਸਾਲ ਅੰਗਰੇਜ਼ੀ ਜਿਹੜਾ ਸੀ ਉਹ ਚੜ੍ਹਨਾ ਸੀਗਾ ਤੇ ਇਹਨਾਂ ਨੇ ਮੈਨੂੰ ਸਪੈਸ਼ਲ ਬੁਲਾਇਆ ਸੀਗਾ, ਕਹਿੰਦੇ ਵੀ ਤੁਸੀਂ ਇੱਥੇ ਆਓ, ਆਪਾਂ ਜਿਹੜਾ ਸਤਿਖੰਡ ਦਰਬਾਰ ਸਾਹਿਬ ਹਜ਼ੂਰ ਸਾਹਿਬ ਦੇ ਸਾਹਮਣੇ ਰਹਿਣ ਸੁਭਾਈ ਹੁੰਦੀ ਆ, ਉਹ ਬਾਬਾ ਪਰਿਵਾਰ ਬੰਬੇ ਤੋਂ ਕਰਵਾਉਂਦਾ ਕਿ ਤੁਸੀਂ ਉਹ ਚਾਹੋ, ਮੈਨੂੰ ਸ਼ਾਇਦ 5 ਟਿਕਟਾਂ ਵੀ ਇਹਨਾਂ ਨੇ ਖੁਦ ਭੇਜੀਆਂ। ਅੱਛਾ ਜੀ, ਜਹਾਜ਼ ਦੀਆਂ, ਠੀਕ ਹੈ, ਤੇ ਤੁਸੀਂ ਇੱਥੇ ਜਰੂਰ ਆਓ ਤੇ ਇੱਥੇ ਜਿਹੜਾ ਹੈਗਾ ਅਸੀਂ ਬਹੁਤ ਵਧੀਆ ਪ੍ਰੋਗਰਾਮ ਕਰ ਰਹੇ ਹਾਂ। ਪਹਿਲੇ ਦਿਨ ਉੱਥੇ ਰਹਿਣ ਸੁਭਾਈ ਦਾ ਸੀ, ਦੂਸਰੇ ਦਿਨ ਜਿਹੜਾ ਸੀ ਉਹ ਬਾਬਾ ਬਲਵਿੰਦਰ ਸਿੰਘ ਕਰਾਲੀ ਵਾਲੇ ਉਹਨਾਂ ਨੇ ਕੀਤਾ ਹੋਇਆ ਸੀ ਸਾਈਡ ਤੇ ਪ੍ਰਬੰਧ, ਠੀਕ ਹੈ, ਉਹ ਦੀਵਾਨ ਜਿਹੜਾ ਸੀਗਾ। ਸੰਗਤਾਂ ਕਾਫੀ ਵੱਡੀ ਗਿਣਤੀ ਚ ਬੱਸਾਂ, ਵਲਵੋ ਬੱਸਾਂ, ਮਰਸਡੀਜ਼ ਬੱਸਾਂ ਏਦਾਂ ਲੈ ਕੇ ਗਏ ਸੀ, ਲਗਜ਼ਰੀ ਬੱਸਾਂ ਸੰਗਤਾਂ ਨੂੰ, ਠੀਕ ਹੈ। ਤੇ ਜਦੋਂ ਉੱਥੇ ਆਪਣਾ ਸ੍ਰੀ ਸੱਚਖੰਡ ਦਰਬਾਰ ਸਾਹਿਬ ਦੇ ਸਾਹਮਣੇ ਹਜ਼ੂਰ ਸਾਹਿਬ, ਹਾਂਜੀ, ਇਹਨਾਂ ਦੇ ਕੀਰਤਨ ਤੋਂ ਪਹਿਲਾਂ ਇਹਨਾਂ ਨੇ ਮੇਰਾ ਸਮਾਂ ਅਨਾਉਂਸ ਕਰਾਇਆ, ਮੈਂ ਸ਼ਾਇਦ ਅੱਧਾ ਪੌਣਾ ਘੰਟਾ ਉੱਥੇ ਗੁਰਮਤ ਵਿਚਾਰ ਕੀਤੀ ਸੀ, ਠੀਕ ਹੈ, ਇਹਨਾਂ ਬਾਅਦ ਚ ਕੀਰਤਨ ਕੀਤਾ। ਮੈਨੂੰ ਨੀ ਪਤਾ, ਇਹਨਾਂ ਦੇ ਇੱਕ ਸੇਵਾਦਾਰ ਸੀ ਭਵਾਨੀਗੜ੍ਹ ਤੋਂ, ਉਹਨੇ ਮੈਨੂੰ ਆ ਕੇ ਦੱਸਿਆ ਬਾਅਦ ਵਿੱਚ, ਠੀਕ, ਕਹਿੰਦੇ ਜੀ ਜਦੋਂ ਇੱਥੇ ਕੀਰਤਨ ਕਰਕੇ ਬਾਅਦ ਚ ਆਪਣੇ ਕਮਰੇ ਚ ਗਏ ਰਹੇ ਸਰਾਂ ਦੇ ਵਿੱਚ, ਤੇ ਭਾਈ ਰਣਜੀਤ ਸੋਹਣੇ ਆਪਣੇ ਵਾਲ ਪੱਟਣ ਤੱਕ ਗਏ, ਕਹਿੰਦੇ ਵੀ, ਕਹਿੰਦੇ ਯਾਰ ਅੱਜ ਗੱਲ ਨੀ ਬਣੀ, ਪਤਾ ਨੀ ਦਾਦੂਵਾਲ ਦਾ ਕੀ ਪਰਛਾਵਾਂ ਪੈ ਗਿਆ ਮੇਰੇ ਤੇ, ਵੀ ਮੇਰੇ ਤੋਂ ਅੱਜ ਕਥਾ ਨੀ ਹੋਈ, ਕੀਰਤਨ ਨੀ ਹੋਇਆ। ਇਹ ਉਹਨਾਂ ਦੀ ਆਪ ਦੀ ਵਰਡਿੰਗ ਆ, ਉਹ ਭਵਾਨੀਗੜ੍ਹ ਵਾਲਾ ਸਿੰਘ, ਮੈਂ ਉਹ ਹੋ ਸਕਦਾ ਉਹਨਾਂ ਦੇ ਤਾਲਮੇਲ ਚ ਹੋਵੇ ਜਾਂ ਨਾ ਹੋਵੇ, ਪਰ ਮੈਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਉਹਨੂੰ ਖੜਾ ਕਰਕੇ ਪੁਛਵਾ ਸਕਦਾ ਕਿ ਉਹਨੇ ਮੈਨੂੰ ਇਹ ਵਰਡਿੰਗ ਕਹੀ ਕਿ ਭਾਈ ਰਣਜੀਤ ਸਿੰਘ ਕਹਿੰਦੇ ਪਤਾ ਨੀ ਮੇਰੇ ਤੇ ਕੀ ਪਰਛਾਵਾਂ ਪੈ ਗਿਆ, ਵੀ ਮੇਰੇ ਤੋਂ ਅੱਜ ਕੀਰਤਨ ਨੀ ਹੋਇਆ ਉਸ ਤਰ੍ਹਾਂ ਵੀ ਜਿਸ ਤਰ੍ਹਾਂ ਉਹਨਾਂ ਨੇ ਪਹਿਲਾਂ ਵਿਚਾਰ ਕੀਤੀ ਹੈ। ਸੋ ਉਹ ਤਾਂ ਆਪ ਉਹ ਏਦਾਂ ਦੀਆਂ ਗੱਲਾਂ ਕਰਦੇ, ਮੈਂ ਨੀ ਸਮਝਦਾ ਵੀ ਏਦਾਂ ਕਿਸੇ ਦੇ ਅੱਗੇ ਬਹਿਣ ਨਾਲ ਕੋਈ ਕਥਾ ਕੀਰਤਨ ਏਦਾਂ ਭੁੱਲ ਜਾਵੇ। ਚਲੋ ਸਾਨੂੰ ਇੰਨਾ ਕਹਿ ਕੇ
ਸਾਨੂੰ ਕਥਾ ਕੀਰਤਨ ਨਹੀਂ ਆਉਂਦਾ, ਅਸੀਂ ਕੋਈ ਪ੍ਰਚਾਰਕ ਨੀ, ਵਿਦਵਾਨ ਨੀ, ਮੈਂ ਮੰਨਦਾ ਇਸ ਚੀਜ਼ ਨੂੰ, ਹਨਾ। ਪਰ ਇਸ ਤਰ੍ਹਾਂ ਦੀਆਂ ਗੱਲਾਂ ਗੁਰੂ ਸਾਹਿਬ ਨੇ ਵੀ ਕਿਹਾ ਕਿ ਨਿਮਰਤਾ ਨਿਰਮਾਨਤਾ ਨੂੰ ਧਾਰਨ ਕਰਨਾ, ਹਨਾ। ਤੇ ਅਸੀਂ ਹਮੇਸ਼ਾ ਹੀ ਸੰਗਤ ਤੋਂ ਵੀ ਮਾਫ਼ੀ ਮੰਗਦੇ, ਕਥਾ ਕੀਰਤਨ ਕਰਨ ਤੋਂ ਬਾਅਦ ਵੀ ਵਿਚਾਰਾਂ ਦੌਰਾਨ ਬੇਅੰਤ ਭੁੱਲਾਂ ਹੋ ਗਈਆਂ, ਸਾਧ ਸੰਗਤ ਖਿਮਾ ਬਖਸ਼ਿਸ਼ ਕਰੇ, ਹਨਾ। ਪਰ ਜਿਸ ਤਰ੍ਹਾਂ ਭਾਈ ਰਣਜੀਤ ਸਿੰਘ ਨੇ ਕਿਹਾ, ਉਹ ਵੀ ਇੱਕ ਹੰਕਾਰ ਦੀ ਭਾਵਨਾ ਸੀ, ਪਰ ਜਦੋਂ ਕਿ ਭੁੱਲਣ ਵਾਲੀ ਗੱਲ ਖੁਦ ਭਾਈ ਰਣਜੀਤ ਸਿੰਘ ਦੇ ਜਥੇਦਾਰ ਸਿੰਘ ਉਹ ਮੈਨੂੰ ਦੱਸ ਰਿਹਾ ਕਿ ਉਹ ਕਹਿ ਰਿਹਾ ਕਿ ਦਾਦੂ ਵਾਲ ਸਾਹਿਬ ਦਾ ਪਤਾ ਨੀ ਕੀ ਪਰਛਾਵਾਂ ਪੈ ਗਿਆ, ਮੇਰੇ ਤੋਂ ਕਥਾ ਹੀ ਨੀ ਹੋਈ, ਮੈਂ ਤਾਂ ਪੰਗਾ ਲੈ ਲਿਆ, ਨਾਲੇ ਕਹਿੰਦਾ ਆਪ ਸੱਦਿਆ ਇਹਨਾਂ ਨੂੰ, ਜਹਾਜ਼ ਦੀਆਂ ਟਿਕਟਾਂ ਵੀ ਭੇਜੀਆਂ, ਆਪ ਇੱਥੇ ਹਜ਼ੂਰ ਸਾਹਿਬ ਸੱਦਿਆ ਤੇ ਆਪ ਹੀ ਪੰਗਾ ਲੈ ਲਿਆ, ਤੇ ਮੇਰੇ ਤੋਂ ਉਹ ਜਿਹੜੀ ਗੱਲ ਨੀ ਬਣੀ ਜਿਹੜੀ ਉੱਥੇ ਬਣਨੀ ਸੀ। ਨੰਬਰ ਇੱਕ। ਨੰਬਰ ਦੋ, ਜਿਹੜੀ ਤੁਸੀਂ ਵਿਆਹ ਦੀ ਗੱਲ ਕੀਤੀ ਆ, ਹਾਂਜੀ, ਕਿ ਦਾਦੂ ਵਾਲ ਸਾਹਿਬ ਦੇ ਵੱਡੇ ਲੋਕਾਂ ਨਾਲ, ਭਾਈ ਰਣਜੀਤ ਆਪਣੀ ਦੁਕਾਨ ਚ ਕਹਿ ਰਹੇ ਆਪ ਵੀ ਬੜੇ ਵੱਡੇ ਲੋਕਾਂ ਨਾਲ ਸੰਬੰਧ ਹੈ ਜੀ, ਉਹ ਬਾਬਾ ਬਿਆਸ ਵਾਲਾ ਉਹਨਾਂ ਦੇ ਆਨੰਦ ਕਾਰਜ ਤੇ ਆਉਂਦਾ। ਮੈਂ ਇੱਕ ਗੱਲ ਕਹਿਣੀ ਚਾਹੁੰਦਾ, ਮੇਰੇ ਆਨੰਦ ਕਾਰਜ ਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦੇ ਅਰਦਾਸੀਏ ਨੇ ਅਰਦਾਸ ਕੀਤੀ, ਭਾਈ ਕੁਲਵਿੰਦਰ ਸਿੰਘ ਜੀ ਜਿਹੜੇ ਅੱਜ ਵੀ ਦਰਬਾਰ ਸਾਹਿਬ ਦੇ ਅਰਦਾਸੀਏ ਨੇ, ਉਹਨਾਂ ਆ ਕੇ ਅਰਦਾਸ ਕੀਤੀ। ਔਰ ਹਜ਼ੂਰੀ ਰਾਗੀ ਉਸ ਵੇਲੇ, ਅੱਜ ਉਹ ਡਿਊਟੀ ਨਹੀਂ ਨਿਭਾਉਂਦੇ, ਭਾਈ ਬਲਦੇਵ ਸਿੰਘ ਵਡਾਲਾ, ਉਹਨਾਂ ਨੇ ਆਨੰਦ ਕਾਰਜ ਦੀ ਰਸਮ ਕਰਾਈ। ਠੀਕ ਹੈ। ਸੰਤ ਸਮਾਜ ਆਇਆ, ਗੁਰੂ ਨਾਨਕ ਸਾਹਿਬ ਦੀ ਅੰਸ਼ ਬੰਸ਼ ਉੱਥੇ ਬੈਠੇ ਸੀਗੇ, ਪੰਥਕ ਜਥੇਬੰਦੀਆਂ, ਖਾੜਕੂ ਜਥੇਬੰਦੀਆਂ, ਖਾਲਿਸਤਾਨੀ ਜਥੇਬੰਦੀਆਂ, ਸਾਰੀਆਂ ਉੱਥੇ ਆਨੰਦ ਕਾਰਜ, ਕਿਉਂਕਿ ਹਜ਼ਾਰਾਂ ਦੀ ਤਾਦਾਦ ਵਿੱਚ ਸਿੱਖ ਸੰਗਤਾਂ ਜਥੇਬੰਦੀਆਂ ਉੱਥੇ ਪਹੁੰਚੀਆਂ ਸੀ, ਔਰ ਜਗ੍ਹਾ ਸੀ ਸਾਡਾ ਸਿੱਖਾਂ ਦਾ ਦੂਜਾ ਨਨਕਾਣਾ, ਸਰਾਏ ਨਾਗਾ, ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਜਨਮ ਅਸਥਾਨ। ਗੁਰਦੁਆਰਾ ਸਾਹਿਬ ਦੇ ਵਿੱਚ ਹੀ ਆਨੰਦ ਕਾਰਜ ਹੋਏ ਸੀ, ਉੱਥੇ ਹੀ ਸੰਗਤ ਪੰਗਤ ਤੇ ਗੁਰੂ ਦਾ ਲੰਗਰ ਜਿਹੜਾ ਸੀਗਾ ਉਹ ਚੱਲਿਆ ਸੀ, ਹਜ਼ਾਰਾਂ ਸੰਗਤਾਂ ਸੀ, ਸਾਰੀਆਂ ਜਥੇਬੰਦੀਆਂ ਸੀ, ਭਾਈ ਰਣਜੀਤ ਸਿੰਘ ਨੂੰ ਉਹਨੀਆਂ ਦਿਸੀਆਂ। ਨੰਬਰ ਦੋ, ਆਨੰਦ ਕਾਰਜ ਤੇ ਉਹ ਆਏ, ਉਹਨਾਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ, ਮੱਥਾ ਟੇਕ ਕੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਗੋਡੇ ਨਾਲ ਗੋਡਾ ਜੋੜ ਕੇ ਉਹ ਸੰਗਤ ਚ ਬੈਠੇ ਰਹੇ, ਤਿੰਨ ਚਾਰ ਘੰਟੇ ਉੱਥੇ ਬੈਠ ਕੇ ਸੰਗਤ ਵਿੱਚ ਜਦੋਂ ਸਮਾਪਤੀ ਹੋਈ ਉਹ ਪ੍ਰਸ਼ਾਦ ਲਈ, ਪ੍ਰਸ਼ਾਦ ਲਿਆ ਤੇ ਪ੍ਰਸ਼ਾਦ ਲੈ ਕੇ ਉੱਥੋਂ ਜਿਹੜਾ ਉਹ ਚਲੇ ਗਏ, ਹਨਾ। ਉੱਥੇ ਕਿਸੇ ਦਾ ਵੀ ਵਿਸ਼ੇਸ਼ ਸਨਮਾਨ ਨਹੀਂ ਹੋਇਆ, ਨਾ ਕਿਸੇ ਜਥੇਬੰਦੀ ਦੇ ਆਗੂ ਦਾ, ਨਾ ਉਹਨਾਂ ਦਾ, ਸਾਰਿਆਂ ਨੇ ਜਿੱਦਾਂ ਆਨੰਦ ਕਾਰਜ ਦੀ ਰਸਮ ਦੇ ਕੇ। ਮੈਂ ਹੋਰ ਦੱਸਾਂ ਭਾਈ ਰਣਜੀਤ, ਖੁਸ਼ੀ ਗਮੀ ਦੇ ਵਿੱਚ ਆਪਾਂ ਕਿਸੇ ਦੇ ਵੀ ਜਾ ਸਕਦੇ ਹਾਂ, ਪਰਮੇਸ਼ਰ ਦੀਵਾਰ ਵੀ ਜਿਹੜੇ ਆ ਖਾਲਸਾ ਜਿਹੜਾ ਦੀਵਾਨ ਨੀ ਲਾਉਣ ਦਊਗਾ, ਯੂਟਿਊਬ ਦੇ ਵੀ ਦੀਵਾਨ ਨੀ ਲਾਉਣ। ਮੈਂ ਇਹ ਗੱਲ ਕਹੀ ਸੀ, ਲਹਿਜੇ ਚ ਕਹਿ ਰਹੇ ਵੀ ਇਹਨਾਂ ਦੇ ਸੰਬੰਧ ਬਹੁਤ ਉੱਪਰ ਤੱਕ। ਮੈਂ ਇੱਕ ਗੱਲ ਕਹੀ ਸੀਗੀ ਕਿ ਇੱਕ ਤਾਂ ਜਿਹੜਾ ਹੈਗਾ ਦੀਵਾਨ ਬੰਦ ਹੋਣ ਨਾਲ ਗੱਲ ਨੀ, ਦੀਵਾਨ ਲੱਗਣ ਤੁਸੀਂ ਲਾਓ, ਅੰਮ੍ਰਿਤ ਸੰਚਾਰ ਕਰੋ, ਸਾਨੂੰ ਦੀਵਾਨਾਂ ਤੋਂ ਕੋਈ ਅਰਜ਼ੀ ਨਹੀਂ ਹੈ। ਸਾਨੂੰ ਆ ਕਿ ਗੁਰਬਾਣੀ ਇਤਿਹਾਸ ਨੂੰ ਬਦਲਿਆ ਨਾ ਜਾਵੇ, ਸੰਪਰਦਾਵਾਂ ਮਹਾਂਪੁਰਸ਼ਾਂ ਟਕਸਾਲਾਂ ਜਿਨ੍ਹਾਂ ਦੀ ਗ੍ਰੰਥ ਨੂੰ ਵੱਡੀ ਦੇਣ, ਉਹਨਾਂ ਤੇ ਟੀਕਾ ਟਿੱਪਣੀ ਨਾ ਹੋਵੇ ਇਸ ਤਰੀਕੇ ਨਾਲ, ਸਾਨੂੰ ਉਸ ਗੱਲ ਦਾ ਦੁੱਖ ਆ, ਸਾਨੂੰ ਇਸ ਗੱਲ ਦਾ ਨਹੀਂ। ਤੇ ਜੇ ਤੁਸੀਂ ਸੋਚੋ ਵੀ ਏਦਾਂ ਬੰਦ ਕਰਕੇ ਵੀ ਯੂਟਿਊਬ ਫੇਸਬੁੱਕ ਤੇ ਡੇਰੇ ਚ ਬੈਠੇ ਪਰਮੇਸ਼ਰ ਦੁਆਰ ਕਰੀ ਜਾਵਾਂਗੇ, ਤਾਂ ਮੈਂ ਕਿਹਾ ਸੀ ਖਾਲਸਾ ਪੰਥ ਨੇ ਏਦਾਂ ਵੀ ਨਹੀਂ ਕਰਨ ਦੇਣਾ ਕਿ ਤੁਸੀਂ ਸੋਚੋ ਵੀ ਡੇਰੇ ਚ ਬੈਠ ਕੇ। ਉਹ ਕਹਿ ਰਹੇ ਸੀਗੇ ਵੀ ਅਸੀਂ ਚੱਕ ਕੇ ਉਹ ਚੱਕ ਕੇ ਲੈ ਜਾਣਗੇ, ਭਾਈ ਮੈਨੂੰ ਦੇਖੋ ਦਾਦੂ ਵਾਲ ਕਿਹੜਾ ਰੋਜ਼ ਬੰਦੇ ਮਾਰ ਕੇ ਸੌਂਦਾ, ਵੀ ਅਸੀਂ ਹੋਰ ਬੰਦੇ ਮਾਰ ਕੇ ਸੌਂਦੇ ਜਾਂ ਬੰਦੇ ਮਾਰ ਕੇ ਰੋਟੀ ਖਾਂਦੇ ਆ, ਇਹ ਤਾਂ ਐਵੇਂ ਮਜ਼ਾਕ ਹੀ ਆ। ਰਹੀ ਗੱਲ ਵੱਡਾ ਕਹਿਣ ਦੀ, ਉਹਨਾਂ ਨੇ ਕਿਹਾ ਕਿ ਬਾਬਾ ਬਿਆਸ ਵਾਲ ਵੱਡੇ ਬੰਦਿਆਂ ਨਾਲ ਉਹਨਾਂ ਦੀ, ਬਾਬੇ ਬਿਆਸ ਵਾਲੇ ਜਿੱਦਣ ਮੱਥਾ ਟੇਕਣ ਸੱਚਖੰਡ ਸ੍ਰੀ ਦਰਬਾਰ ਸਾਹਿਬ ਗਏ ਸੀ ਨਾ, ਮੈਂ ਤਾਂ ਕਹਿਣਾ ਚਾਹੁੰਦਾ ਵੀ ਭਾਈ ਰਣਜੀਤ ਸਿੰਘ ਇੱਕ ਪਾਸੇ ਕਹਿੰਦਾ ਮੈਂ ਗੁਰਮਤ ਦਾ ਪ੍ਰਚਾਰਕ ਆ, ਤਤ ਪ੍ਰਚਾਰਕ ਅਪਗ੍ਰੇਡ, ਦੂਜੇ ਪਾਸੇ ਉਹਨੂੰ ਗੁਰੂ ਗ੍ਰੰਥ ਸਾਹਿਬ ਨਾਲੋਂ ਵੀ ਵੱਡਾ ਜਾਂ ਬਾਕੀਆਂ ਨਾਲੋਂ ਵੱਡਾ ਬਾਬਾ ਬਿਆਸ ਵਾਲਾ ਦਿਸ ਰਿਹਾ ਉਹਨੂੰ, ਹਨਾ। ਇਹ ਉਹਦੀ ਸੋਚ ਦੇਖੋ ਕਿੱਥੇ ਆ। ਜਿਵੇਂ ਬਾਕੀ ਸਾਰੇ ਉੱਥੇ ਬੈਠੇ ਸੀ ਪੰਥਕ ਜਥੇਬੰਦੀਆਂ ਦੇ ਆਗੂ ਬੈਠੇ, ਸੰਸਥਾਵਾਂ ਦੇ ਮੁਖੀ, ਇਸੇ ਤਰ੍ਹਾਂ
ਇੱਕੋ ਕਿਉਂਕਿ ਉਹਨਾਂ ਦਿਨਾਂ ਚ ਚੱਲ ਰਿਹਾ ਸੀ ਗੁਰਦੁਆਰਾ ਸਾਹਿਬ ਜਿਹੜਾ ਵੜੈਚ ਪੱਤੀ ਦਾ ਰੌਲਾ ਚੱਲ ਰਿਹਾ ਸੀ, ਉਹ ਸਾਡੀ ਗੱਲਬਾਤ ਚੱਲ ਰਹੀ ਸੀ ਉਹਨਾਂ ਦਿਨਾਂ ਚ ਸਾਰੀਆਂ ਜਥੇਬੰਦੀਆਂ ਵੀ ਜਿਹੜਾ ਗੁਰਦੁਆਰਾ ਸਾਹਿਬ ਉਹ ਬਣਨਾ ਚਾਹੀਦਾ ਤੇ ਅਸੀਂ ਉਹ ਬਣਵਾਇਆ। ਉਹਨਾਂ ਨੇ ਜਿਹੜਾ ਸੀ ਉਹ ਜਗ੍ਹਾ ਜਿਹੜੀ ਇੱਕ ਨਾਲ 14 ਮਰਲੇ ਉਹਦੀ ਜਗ੍ਹਾ 2.5-3 ਕਿੱਲੇ ਦਿੱਤੀ ਤੇ ਅੱਜ ਡੇਰਾ ਬਿਆਸ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਆ ਉਸ ਗੁਰਦੁਆਰਾ ਸਾਹਿਬ ਜਿੱਥੇ 2 ਟਾਈਮ ਸੰਗਤਾਂ ਲਾਈਨ ਲੱਗ ਕੇ ਮੱਥਾ ਟੇਕਦੀਆਂ ਨੇ ਉੱਥੇ, ਦੋ ਗ੍ਰੰਥੀ ਸਿੰਘ ਨੇ, ਸੁਨਹਿਰੀ ਪਾਲਕੀ ਆ ਉੱਥੇ ਮਹਾਰਾਜ ਦੀ ਪ੍ਰਕਾਸ਼ ਔਰ ਪੂਰੀ ਮਰਯਾਦਾ ਦੇ ਨਾਲ ਉੱਥੇ ਜਿਹੜਾ ਹੈਗਾ ਗੁਰੂ ਸਾਹਿਬ ਤੇ ਜਿੰਨੇ ਡੇਰਾ ਬਿਆਸ ਦੇ ਪੈਰੋਕਾਰ ਨੇ ਉਹਨਾਂ ਦੇ ਆਨੰਦ ਕਾਰਜ ਉਸ ਗੁਰਦੁਆਰਾ ਸਾਹਿਬ ਚ ਹੁੰਦੇ ਆ ਹੁਣ ਜਿਹੜਾ ਵੜੈਚ ਪੱਤੀ ਅਸੀਂ ਬਣਵਾਇਆ। ਤੇ ਦੂਸਰੀ ਗੱਲ ਉਹਨਾਂ ਨੇ ਖੁਦ ਦੇਖੋ ਜਦੋਂ ਦਰਬਾਰ ਸਾਹਿਬ ਮੱਥਾ ਟੇਕਿਆ ਹਰਿਮੰਦਰ ਸਾਹਿਬ ਔਰ ਅਕਾਲ ਤਖ਼ਤ ਸਾਹਿਬ ਤੇ ਜਦੋਂ ਬਾਹਰ ਆਏ ਪੱਤਰਕਾਰ ਬਹੁਤ ਸੀ, ਪੱਤਰਕਾਰਾਂ ਨੇ ਕਿਹਾ ਵੀ ਤੁਸੀਂ ਇੱਥੇ ਕਿੱਦਾਂ, ਤੁਸੀਂ ਤਾਂ ਖੁਦ ਗੁਰੂ ਕਹਾਉਂਦੇ ਆ ਤੇ ਤੁਸੀਂ ਅੱਜ ਇੱਥੇ ਕਿਵੇਂ, ਤਾਂ ਉਹਨਾਂ ਦਾ ਜਵਾਬ ਸੀ ਪੱਤਰਕਾਰਾਂ ਨੂੰ ਡੇਰਾ ਬਿਆਸ ਮੁਖੀ ਨੇ ਜਵਾਬ ਦਿੱਤਾ ਕਿ ਭਾਈ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੁਰੀ, ਮੈਂ ਨੀ ਵੱਡਾ ਗੁਰੂ ਨਾਨਕ ਵੱਡਾ ਆ, ਮੈਂ ਤਾਂ ਇੱਕ ਸੰਸਥਾ ਦਾ ਮੁਖੀ ਆ ਤੇ ਮੈਂ ਅੱਜ ਦਰਬਾਰ ਸਾਹਿਬ ਇਸੇ ਕਰਕੇ ਦਰਸ਼ਨ ਕਰਨ ਆਇਆ ਅਕਾਲ ਤਖ਼ਤ ਸਾਹਿਬ ਇਹ ਵੱਡਾ ਗੁਰੂ ਨਾਨਕ ਆ। ਉਹਨਾਂ ਨੂੰ ਜਿਹੜੇ ਸੰਸਥਾ ਦੇ ਮੁਖੀ ਉਹ ਤਾਂ ਗੁਰੂ ਨਾਨਕ ਨੂੰ ਵੱਡਾ ਕਹਿ ਰਹੇ ਆ ਤੇ ਭਾਈ ਰਣਜੀਤ ਸਿੰਘ ਜਿਹੜਾ ਆਪਣੇ ਆਪ ਨੂੰ ਅਪਗ੍ਰੇਡ ਪ੍ਰਚਾਰਕ ਜਾਂ ਜਾਗਰੂਕ ਪ੍ਰਚਾਰਕ ਉਹਨੂੰ ਡੇਰਾ ਬਿਆਸ ਮੁਖੀ ਵੱਡਾ ਲੱਗ ਰਹੇ। ਹੁਣ ਇਹ ਤਾਂ ਉਹਨਾਂ ਨੂੰ ਇਸ ਗੱਲ ਦਾ ਸਪਾਇਟ ਰਹੀ ਗੱਲ ਜੇ ਆਨੰਦ ਕਾਰਜਾਂ ਦੀ, ਦੇਖੋ ਆਨੰਦ ਕਾਰਜ ਉਹ ਕਈਆਂ ਨੇ ਬੜਾ ਉਹਨਾਂ ਦੇ ਜਿਹੜੇ ਪੈਰੋਕਾਰ ਨੇ ਜਾਂ ਬਣੇ ਹੋਏ ਇਸ ਵੇਲੇ ਫਾਲੋਅਰ ਬਣੇ ਆ ਜਾਂ ਵਿਰੋਧੀ ਆ, ਉਹ ਕਹਿ ਦਿੰਦੇ ਆ ਜੀ ਦੇਖੋ ਇਹ ਤਾਂ ਰਿਸ਼ਤਾ ਹੀ ਇਹਨਾਂ ਦਾ ਜਿਹੜਾ ਸੀ ਡੇਰਾ ਬਿਆਸ ਮੁਖੀ ਨੇ ਕਰਾਇਆ, ਨੰਬਰ ਇੱਕ। ਦੂਸਰੀ ਕਹਿ ਦਿੰਦੇ ਆ ਜੀ ਇਹਨਾਂ ਦਾ ਸਹੁਰਾ ਪਰਿਵਾਰ ਜਿਹੜਾ ਉਹ ਡੇਰਾ ਬਿਆਸ ਦਾ ਸ਼ਰਧਾਲੂ, ਜਦੋਂ ਕਿ ਦੋਨੇ ਹੀ ਗੱਲਾਂ ਗਲਤ ਆ। ਦੇਖੋ ਅਸੀਂ ਟਕਰਾਅ ਦੇ ਵਿੱਚ ਮਿਲੇ ਉੱਥੇ, ਪਹਿਲਾਂ ਕਦੇ ਨਾ ਮੇਰੇ ਸਹੁਰਾ ਪਰਿਵਾਰ ਦੀ ਨਾ ਮੇਰੀ ਕਦੇ ਗੱਲਬਾਤ, ਇੱਥੇ ਅਸੀਂ ਗੁਰਦੁਆਰਾ ਸਾਹਿਬ ਉਹ ਬਣਵਾਇਆ, ਉਹਨਾਂ ਨੇ ਵੀ ਕਿਸੇ ਤਰ੍ਹਾਂ ਦੀ ਦਿੱਕਤ ਨੀ ਕੋਈ ਲੜਾਈ ਝਗੜੇ ਨੂੰ ਟਾਲਿਆ, ਮਨੁੱਖਤਾ ਦਾ ਭਲਾ ਹੋਇਆ ਜੇ ਅਸੀਂ ਬੰਦੇ ਇਕੱਠੇ ਕਰਕੇ ਉਦਮ ਨੂੰ ਜਾਂਦੇ ਅੱਗੋਂ ਪੁਲਿਸ ਗੋਲੀਆਂ ਮਾਰਦੀ ਸ਼ਹੀਦ ਹੁੰਦੇ, ਉਹਨਾਂ ਨੇ ਵੀ ਇੱਕ ਨਾਲ 14 ਮਰਲੇ ਜਿਹੜਾ ਪੰਚਾਇਤ ਤੋਂ ਖਰੀਦਿਆ ਜੀ ਉਹ ਛੱਡ ਦਿੱਤਾ ਔਰ ਉਹਨਾਂ ਨੇ ਸਗੋਂ ਵੱਧ ਉਹ ਕਹਿੰਦੇ ਜਿੰਨਾ ਮਰਜ਼ੀ ਜਗ੍ਹਾ ਚ ਬਣਾ ਲਓ ਗੁਰਦੁਆਰਾ ਸਾਹਿਬ, ਮੈਂ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦਾ ਤੇ ਮੇਰੇ ਘਰ ਚ ਵੀ ਕੋਠੀ ਚ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਆ ਤੇ ਉਹਨਾਂ ਦੇ ਮੁੰਡਿਆਂ ਦੇ ਬੱਚਿਆਂ ਦੇ ਆਨੰਦ ਕਾਰਜ ਹੋਏ ਆ, ਇੱਕ ਬੱਚੇ ਦਾ ਇੱਥੇ ਇੰਗਲੈਂਡ ਚ ਹੀ ਹੋਇਆ ਸੀਗਾ ਉਹ ਵੀ ਆਨੰਦ ਕਾਰਜ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਹੋਇਆ ਔਰ ਜਿਹੜੇ ਉਹਨਾਂ ਦੇ ਪੋਤਰਿਆਂ ਦੇ ਜਨਮ ਦਿਨ ਆ ਸਾਡੇ ਪੰਥ ਦੇ ਪ੍ਰਸਿੱਧ ਰਾਗੀ ਉਹਨਾਂ ਦੇ ਉੱਥੇ ਕੀਰਤਨ ਦੀ ਹਾਜ਼ਰੀ ਭਰਨ ਜਾਂਦੇ, ਮੇਰੀ ਗੱਲ ਪੂਰੀ ਹੋ ਲੈਂਦੇ ਹੋ ਕਿ ਆਨੰਦ ਕਾਰਜ ਦੇਖੋ ਮੇਰਾ ਆਨੰਦ ਕਾਰਜ ਹੋਇਆ, ਸੱਦਾ ਤਾਂ ਭਾਈ ਰਣਜੀਤ ਸਿੰਘ ਨੂੰ ਵੀ ਸੀਗਾ ਪਰ ਭਾਈ ਰਣਜੀਤ ਸਿੰਘ ਉੱਥੇ ਨਹੀਂ ਆਏ, ਹੋਰ ਪਰ ਉਹ ਆਨੰਦ ਕਾਰਜ, ਕਿਉਂਕਿ ਇੱਕ ਗੱਲ ਹੋਰ ਵੀ ਆਨੰਦ ਕਾਰਜਾਂ ਨਾਲ ਅਲਰਜੀ ਪਤਾ ਨੀ ਕਿਉਂ, ਭਾਈ ਰਣਜੀਤ ਸਿੰਘ ਮੇਰਾ ਰਿਸ਼ਤਾ ਕੈਨੇਡਾ ਚ ਕਰਨਾ ਚਾਹੁੰਦੇ ਸੀ। ਅੱਛਾ ਜੀ, ਭਾਈ ਰਣਜੀਤ ਸਿੰਘ ਨੇ ਰਿਸ਼ਤੇ ਬਾਰੇ ਕੈਨੇਡਾ ਦੇ ਵਿੱਚ ਮੈਨੂੰ, ਚਲੋ ਉਹ ਪਰਿਵਾਰ ਦੀ ਗੱਲ ਹੁਣ ਮੈਂ ਓਪਨ ਨਹੀਂ ਕਰ ਸਕਦਾ, ਇਹਨਾਂ ਨੇ ਕਿਹਾ ਚਲੋ ਜਿੱਥੇ ਸੰਯੋਗ ਹੁੰਦੇ ਬੰਦੇ ਦੇ ਸੰਯੋਗ ਔਰ ਇਸ ਆਨੰਦ ਕਾਰਜ ਨਾਲ ਇਸ ਪਰਿਵਾਰ ਦੇ ਆਉਣਾ ਜਾਣਾ ਸੀਗਾ, ਇਸ ਪਰਿਵਾਰ ਨਾਲ ਪਿਆਰ ਵੀ ਉਹਨਾਂ ਦਾ ਇੰਨਾ ਸੀਗਾ, ਅੱਜ ਵੀ ਉਹਨਾਂ ਦੇ ਘਰੇ ਨੀ ਪੱਥਰ, ਇਹਨਾਂ ਨੇ ਇੱਕ ਵਾਰਡ ਦਾ ਉਹ ਹਸਪੀਟਲ ਦਾ ਰੱਖਿਆ ਕਿਉਂਕਿ ਉਹ ਸਾਰੀ ਡਾਕਟਰ ਫੈਮਿਲੀ ਆ। ਔਰ ਇੱਕ ਗੱਲ ਹੋਰ ਹੈ ਕਿ ਭਾਈ ਰਣਜੀਤ ਸਿੰਘ ਨੂੰ ਤਾਂ ਸਗੋਂ ਆਉਣਾ ਚਾਹੀਦਾ ਸੀ ਇਸ ਡੇਰੇ ਦੇ ਵਿੱਚ ਪਹਿਲਾਂ ਇੱਕ ਦਿਨ, ਭਾਈ ਰਣਜੀਤ ਸਿੰਘ ਪਹਿਲਾਂ ਜਦੋਂ ਇਹ ਹਰਿਦੁਆਰ ਬੜਾ ਜਾਂਦੇ ਸੀ ਭਾਈ ਰਣਜੀਤ ਸਿੰਘ ਸਾਧੂਆਂ ਕੋਲੇ ਨਾ, ਉੱਥੇ ਇਹੋ ਜਿਹੇ ਸਾਧੂ ਜਿਹੜੇ ਸੁਲਫਾ ਪੀਣੇ ਜਾਂ ਸਿਗਰਟਾਂ ਪੀ ਕੇ ਵੀ ਧੂੰਆਂ ਮਾਰਦੇ ਉਹਨਾਂ ਕੋਲ ਵੀ ਬੈਠ ਕੇ ਪਤਾ ਉਹਨਾਂ ਕੋਲ ਵੀ ਜਾਂਦੇ ਰਹੇ ਆ ਤੇ ਉੱਥੋਂ ਰੁਦਰਾਕਸ਼ ਦੀਆਂ ਮਾਲਾ ਬੜੀਆਂ ਲਿਆਉਂਦੇ ਹੁੰਦੇ ਟੈਚੀ ਭਰ ਭਰ ਕੇ, ਉਹ ਕਿਉਂ ਉਹ ਰੁਦਰਾਕਸ਼ ਦੀਆਂ ਮਾਲਾ ਆਪ ਵੀ ਪਾਈਆਂ ਹੁੰਦੀਆਂ ਸੀਗੀਆਂ ਤੇ ਗਾਂ ਵੀ ਵੰਡਦੇ ਸੀ ਤੇ ਮੈਨੂੰ ਖੁਦ ਇਹਨਾਂ ਆਪਣੇ ਡੇਰੇ ਦੇ ਵਿੱਚ ਅਸੀਂ ਕਦੇ ਸਮਾਗਮ ਤੋਂ ਆਏ ਤੇ ਇਹਨਾਂ ਨੇ ਉਹ ਟੈਚੀ ਖੋਲਿਆ, ਉਹਦੇ ਚ ਉਹ ਸੋਨ ਰੰਗੀਆਂ ਜਿਹੀਆਂ ਹੁੰਦੀਆਂ, ਸੋਨੇ ਦੀਆਂ ਤਾਂ ਨਹੀਂ ਸੀ
ਪਰ ਸੋਨ ਰੰਗੀਆਂ ਜੀਆਂ ਦੇ ਵਿਚ ਰੁਦਰਾਕਸ਼ ਦੇ ਮੋਤੀ ਹੁੰਦੇ ਸੀਗੇ, ਠੀਕ ਹੈ, ਉਹ ਮਣਕੇ ਜੇ ਮੈਨੂੰ ਖੁਦ ਦਿੱਤੀ ਇੱਕ, ਮੇਰੇ ਕੜੇ ਪਾਏ ਆਹ, ਮੈਂ ਹੁਣ ਚਲੋ ਤੁਹਾਡੇ ਸਾਹਮਣੇ ਦੱਸਦਾ, ਆਹ ਜਿਹੜਾ ਮੇਰੇ ਕੜਾ ਪਾਇਆ ਵੀ ਭਾਈ ਰਣਜੀਤ ਸਿੰਘ ਨੇ ਪਾਇਆ ਹੋਇਆ, ਦੋ ਕੜੇ ਭਾਈ ਰਣਜੀਤ ਸਿੰਘ ਨੇ ਮੇਰੇ ਪਾਏ ਸੀ, ਮੇਰੇ ਪਾਇਆ ਸੀ ਸਰਬਲੋਹ ਦਾ, ਉਹ ਕਹਿੰਦੇ ਵੀ ਸਰਬਲੋਹ ਦਾ ਵਾ, ਬਸ ਉਸ ਤੇ ਪਾਲਿਸ਼ ਏਦਾਂ ਦੀ ਆ ਵੀ ਕੱਪੜੇ ਨੂੰ ਰੰਗ ਨੀ ਚੜਦਾ, ਇਹ ਭਾਈ ਰਣਜੀਤ ਸਿੰਘ ਦਾ ਮੈਨੂੰ ਜਿਹੜਾ ਸੀ ਕੜਾ ਪਾਇਆ ਸੀਗਾ। ਔਰ ਭਾਈ ਰਣਜੀਤ ਸਿੰਘ ਨੇ ਮਾਲਾ ਦਿੱਤੀ ਮੈਨੂੰ, ਇੱਕ ਮੈਨੂੰ ਦਿੱਤੀ ਔਰ ਇੱਕ ਜਿਹੜੀ ਮਾਲਾ ਸੀਗੀ ਉਹ ਕਹਿੰਦੇ ਆ ਮੇਰੀ ਲੜਾਕੀ ਭੈਣ ਨੂੰ ਦੇ ਦਿਓ, ਜਿਹੜੀ ਅੱਜ ਮੇਰੀ ਸਿੰਘਣੀ ਆ ਨਾ, ਉਹਦੇ ਵਾਸਤੇ ਇੱਕ ਰੁਦਰਾਕਸ਼ ਦੀ ਮਾਲਾ ਜਿਹੜੀ ਸੀ, ਕਹਿੰਦੇ ਆ ਮੇਰੀ ਲੜਾਕੀ ਭੈਣ ਨੂੰ ਦੇ ਦਿਓ ਜਾ ਕੇ, ਹਨਾ ਤੇ ਤੁਸੀਂ ਉਹ ਪਰਿਵਾਰ ਦੇ ਆਉਣਾ ਜਾਣਾ। ਤਾਂ ਉਹ ਜਿਹੜਾ ਹੁਣ ਜਿਹਨੂੰ ਲੜਾਕੀ ਭੈਣ ਕਹਿੰਦੇ ਸੀ ਜਾਂ ਜਿਹਨੂੰ ਆਪਣੀ ਭੈਣ ਕਹਿੰਦੇ ਸੀ, ਉਹਦੇ ਵਿਆਹ ਤੇ ਵੀ ਨੀ ਆਏ, ਦੱਸੋ ਵੱਡੀ ਗੱਲ ਨਹੀਂ ਸੀਗੀ ਚਲੋ। ਪਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਜਿੱਥੇ ਸੰਯੋਗ ਹੁੰਦੇ ਆ ਉੱਥੇ ਹੋਣਾ, ਹਨਾ ਇਹ ਜਿਹੜਾ ਗੱਲ ਉਹਨਾਂ ਨੂੰ ਆਨੰਦ ਕਾਰਜਾਂ ਦੇ ਉੱਤੇ ਜਿਹੜੀ ਏਦਾਂ ਦੀ ਗੱਲ ਕਰਨੀ, ਮੈਂ ਸਮਝਦਾ ਉਹ ਵੀ ਇੱਕ ਜਲਸ ਦੀ ਭਾਵਨਾ। ਔਰ ਇੱਕ ਇਹ ਗੱਲ ਕਹਿਣੀ ਜਿਹੜਾ ਹੈਗਾ ਕਿ ਵੱਡੇ ਬੰਦੇ ਅਸੀਂ ਤਾਂ ਵੱਡਾ ਗੁਰੂ ਨਾਨਕ ਆ, ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਆ। ਮੇਰਾ ਸਹੁਰਾ ਪਰਿਵਾਰ ਤਾਂ ਮੈਂ ਤੁਹਾਨੂੰ ਹੋਰ ਦੱਸਾਂ, 84 ਦੇ ਅਟੈਕ ਤੋਂ ਬਾਅਦ ਉਹ ਵੀ ਇਸ ਤਸ਼ੱਦਦ ਦੇ ਦੌਰ ਵਿੱਚੋਂ ਲੰਘਿਆ ਹੋਇਆ, ਅੰਮ੍ਰਿਤਧਾਰੀ ਪਰਿਵਾਰ। ਹੁਣ ਸਾਰੀ ਡਾਕਟਰ ਫੈਮਿਲੀ, ਮੇਰਾ ਸਾਲਾ ਵੀ ਡਾਕਟਰ ਆ, BMS ਡਾਕਟਰ ਆ, ਔਰ ਦਵਾਸੀ ਸਪੈਸ਼ਲਿਸਟ ਉਹਦਾ ਹੋਸਪਿਟਲ ਆ, ਔਰ ਉਹ ਵੀ ਅੰਮ੍ਰਿਤਧਾਰੀ। ਸਾਰੇ ਮੇਰੇ ਮਿਲਾਪ ਤੋਂ ਵੀ ਪਹਿਲਾਂ, ਭਾਈ ਢੱਡਰੀਆਂ ਦੇ ਮਿਲਾਪ ਤੋਂ ਵੀ ਪਹਿਲਾਂ ਦੇ ਉਹ ਅੰਮ੍ਰਿਤਧਾਰੀ ਸੀਗੇ, ਉਹ ਗੁਰਸਿੱਖ ਆ, ਉਹ ਕਿਸੇ ਡੇਰੇ ਦੇ ਜਾਂ ਕਿਸੇ ਦੇ ਇਸ ਤਰ੍ਹਾਂ ਨਹੀਂ ਸੀਗੇ। ਪਰ ਮੈਂ ਸਮਝਦਾ ਵੀ ਇਹ ਸਿਰਫ ਵਿਰੋਧ ਦੇ ਵਿੱਚੋਂ ਗੱਲਾਂ ਪੈਦਾ ਹੁੰਦੀਆਂ ਨੇ। ਜਿਹੜਾ ਵੀ ਬੰਦਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਥ ਚੋਂ ਨਹੀਂ ਸਿੱਖਿਆ ਜਾਂ ਜਿਹੜੀ ਸੰਸਥਾ, ਉਹਦੇ ਨਾਲ ਬਹਿ ਕੇ ਆਪਾਂ ਗੱਲ ਵੀ ਕਰ ਸਕਦੇ ਹਾਂ, ਉਹਦੇ ਨਾਲ ਸਾਡਾ ਜਿਹੜਾ ਹੈਗਾ ਆਉਣ ਜਾਣ ਵੀ ਹੋ ਸਕਦਾ। ਜਿਹੜਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਥ ਚੋਂ ਨਹੀਂ ਸਿੱਖਿਆ, ਤੇ ਗੈਰ ਸਿੱਖਾਂ ਨਾਲ ਵੀ ਅਸੀਂ ਮੁਸਲਮਾਨਾਂ ਨਾਲ ਦੂਸਰਿਆਂ ਇੰਟਰਫੇਸ ਸਾਡੇ ਜਿਹੜੀ ਵਿਚਾਰ ਚਰਚਾ ਹੋ ਸਕਦੀ, ਇੱਕ ਦੂਜੇ ਨਾਲ ਬਹਿ ਸਕਦੇ, ਗੱਲਬਾਤ ਕਿਸੇ ਦੀ ਖੁਸ਼ੀ ਗਮੀ ਤੇ ਵੀ ਆ ਜਾ ਸਕਦੇ ਆ। ਜਾਂ ਇਹ ਮੰਨ ਲਈਏ ਕਿ ਉਹਨਾਂ ਨੂੰ ਕੋਈ ਹੋਰ ਤੁਹਾਡਾ ਵੀਕ ਪੁਆਇੰਟ ਨਹੀਂ ਮਿਲਿਆ ਵੀ ਚਲੋ ਆਏਗਾ ਜੀ, ਚਲੋ ਅਸੀਂ ਔਗਣਾਂ ਦੇ ਭਰੇ ਹੋਏ ਆ, ਅਸੀਂ ਇਹ ਕਹਿੰਦੇ ਨੀ ਕਬੀਰ ਸਾਹਿਬ ਤੇ ਹਮ ਬੁਰੇ, ਔਗਣਾਂ ਦੇ ਭਰੇ। ਪਰ ਇਸ ਤਰ੍ਹਾਂ ਦੀਆਂ ਗੱਲਾਂ ਮੈਂ ਤਾਂ ਹੀ ਕਿਹਾ ਵੀ ਭਾਈ ਰਣਜੀਤ ਸਿੰਘ ਜਿੱਥੇ ਗਿਆਨੀ ਹਰਪ੍ਰੀਤ ਸਿੰਘ ਨੂੰ ਕਹਿ ਰਹੇ ਆ ਕਿ ਆਓ ਜੀ ਚੈਨਲ ਤੇ ਬੈਠੋ, ਅਜਨਾਲਾ ਸਾਹਿਬ ਨੂੰ ਚੈਲੰਜ ਕਰ ਰਹੇ ਆ ਕਿ ਆਓ ਜੀ ਚੈਨਲ ਤੇ ਮੈਂ ਬੈਨ ਭੇਜਦਾ, ਬਲਜੀਤ ਸਿੰਘ ਦਾਦੂਵਾਲ ਨੂੰ ਦੇ ਦੋ, ਬਹਿ ਕੇ ਆਪਾਂ ਗੱਲਾਂ ਕਰ ਲਈਏ ਫਿਰ ਚਾਰ ਜੇ ਤੁਸੀਂ, ਮੈਂ ਤਾਂ ਚਾਹੁੰਦਾ ਅੰਦਰ ਬੈਠ ਕੇ ਆਪਾਂ ਗੱਲਬਾਤ ਕਰਕੇ ਸਾਰੇ ਮਸਲੇ ਨੂੰ ਨਿਬੇੜ ਲਈਏ। ਪਰ ਭਾਈ ਰਣਜੀਤ ਸਿੰਘ ਜੇ ਕਹਿੰਦੇ ਆ ਵੀ ਏਦਾਂ ਦੀਆਂ ਗੱਲਾਂ ਜਿਹੜੀਆਂ ਉਹ ਕਹਿਣ, ਮੈਂ ਕਵਾਂ ਇਹ ਤਾਂ ਵੀਡੀਓ ਗੇਮ ਵਾਲੀ ਹੋ ਜਾਂਦੀ ਵੀ ਉਹਨਾਂ ਕਹਿ ਤਾਂ ਮੈਂ ਜਵਾਬ ਦੇ ਦਿੱਤਾ, ਮੈਂ ਕਹਿ ਤਾਂ ਉਹਨਾਂ ਨੇ ਦੇ ਦਿੱਤਾ, ਵੀ ਆਪਾਂ ਬੈਠ ਕੇ ਟੀਵੀ ਚੈਨਲ ਤੁਸੀਂ ਸਿਲੈਕਟ ਕਰ ਲਓ, ਇਹ ਤਾਂ ਹੁਣ ਉਹ ਭਾਈ ਰਣਜੀਤ ਸਿੰਘ ਨੂੰ ਪੁੱਛਣਾ ਚਾਹੀਦਾ ਤੁਹਾਨੂੰ ਮੀਡੀਆ ਨੂੰ ਵੀ ਉਹ ਮੇਰੇ ਨਾਲ ਕਿਉਂ ਨੀ ਕਰਨਾ ਚਾਹੁੰਦੇ, ਮੇਰੇ ਨਾਲ ਬੈਠ ਕੇ ਆਪਾਂ ਸਾਰੀਆਂ ਗੱਲਾਂ ਬਾਤਾਂ ਨਾਲੇ ਜੋ ਪਿਛਲੀਆਂ 18-20 ਸਾਲ ਦੀਆਂ, ਜਿਉਂ ਅਤਰਸਰ ਪਹਿਲਾਂ ਇਹਨਾਂ ਦਾ ਪਿੰਡ ਦਾ ਅਤਰਸਰ ਸੀ, ਫਿਰ ਜਿਵੇਂ ਪਰਮੇਸ਼ਰ ਦੁਆਰ ਬਣਿਆ, ਜੋ ਗੱਲਾਂ ਬਾਤਾਂ ਇਹ ਬਾਹਰ ਅੰਦਰ ਗਏ, ਜੋ ਹੁਣ ਤੱਕ ਹੋਈਆਂ, ਕਿੱਦਾਂ ਕਿੱਦਾਂ ਉਹਨਾਂ ਨੇ ਬਦਲਿਆ, ਕੀ ਉੱਥੇ ਹੋਇਆ, ਕੌਣ ਆਇਆ ਕੌਣ ਗਿਆ, ਸਾਰੀਆਂ ਗੱਲਾਂ ਆਪਾਂ ਜਿਹੜੀਆਂ, ਕਿੱਦਾਂ ਕੋਟਕਪੂਰਾ ਮੋਰਚਾ ਲੱਗਿਆ, ਕਿਵੇਂ ਕੋਟਕਪੂਰੇ ਤੋਂ ਆਏ, ਉਦੋਂ ਬਾਅਦ ਚ ਕੀ ਹੋਇਆ, ਉਹ ਸਾਰੀਆਂ ਗੱਲਾਂ ਆਪਾਂ ਲਾਈਵ ਬਹਿ ਕੇ ਕਰਾਂਗੇ। ਜੇਕਰ ਉਹ ਇਹੋ ਜਿਹੀਆਂ ਗੱਲਾਂ ਕਰਨੀਆਂ ਚਾਹੁੰਦੇ, ਮੈਂ ਤਾਂ ਚਾਹੁੰਦਾ ਸਿਰਫ ਉਹ ਗੁਰਬਾਣੀ ਤੇ ਇਤਿਹਾਸ ਦੀ ਗੱਲ ਹੀ ਬੈਠ ਕੇ ਕਰੀਏ, ਪਰ ਜੇ ਉਹ ਏਦਾਂ ਦੀਆਂ ਗੱਲਾਂ ਕਰਨੀਆਂ ਚਾਹੁੰਦੇ ਤਾਂ ਲਾਈਵ ਬੈਠ ਕੇ ਉਹਨਾਂ ਨੂੰ ਇਸ ਚੀਜ਼ ਨੂੰ, ਮੈਂ ਤਾਂ ਵੈਸੇ ਵਿਚਾਰ ਚਰਚਾ ਹੀ ਕਹੂੰ, ਪਰ ਜੇ ਉਹ ਚੈਲੰਜ ਸਮਝਦੇ ਚੈਲੰਜ ਹੀ ਕਬੂਲ ਲੈਣ,
ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜੇ ਹੱਲ ਕੱਢਣਾ ਚਾਹੀਦਾ ਇਹ ਕੀ ਹੋਇਆ ਲੋਕਾਂ ਨੂੰ ਤਰਲੇ ਲੈ ਕੇ ਤੁਸੀਂ ਇਕੱਠੇ ਕਰੋ ਤੇ ਇਕੱਠ ਵੀ ਓਨਾ ਨੀ ਹੋਇਆ ਜਿੰਨਾ ਪਹਿਲਾਂ ਉਹਨਾਂ ਦਾ ਹੁੰਦਾ ਸੀਗਾ ਉਹਨੂੰ ਤੁਸੀਂ ਲਾਈਵ ਦੇਖੋ ਜਿੰਨਾ ਉਹਨਾਂ ਦਾ ਪਹਿਲਾਂ ਇਕੱਠ ਹੁੰਦਾ ਸੀਗਾ ਤਰਲੇ ਲੈਣ ਦੇ ਬਾਵਜੂਦ ਲੋਕਾਂ ਨੂੰ ਜਿਹੜਾ ਸਪੈਸ਼ਲ ਡਿਊਟੀਆਂ ਕਿ ਤੁਸੀਂ ਕੱਲਿਆਂ ਨੇ ਨੀ ਆਉਣਾ ਘਰ ਵਾਲੀਆਂ ਨੂੰ ਲੈ ਕੇ ਆਉਣਾ ਭੈਣਾਂ ਨੂੰ ਲੈ ਕੇ ਆਉਣਾ ਬੱਚਿਆਂ ਨੂੰ ਲੈ ਕੇ ਆਉਣਾ ਸਪੈਸ਼ਲ ਇੰਤਜ਼ਾਮ ਕਰ ਰਹੇ ਜੀ ਗੱਦੇ ਵਿਛਾ ਰਹੇ ਲੰਗਰ ਸਾਨੂੰ ਆਉਣ ਤੋਂ ਪਹਿਲਾਂ ਦੱਸ ਦਿਓ ਪਰ ਇੰਨਾ ਜ਼ੋਰ ਲਾਉਣ ਦੇ ਬਾਵਜੂਦ ਓਨਾ ਇਕੱਠ ਨੀ ਹੋਇਆ ਕਿ ਜਿੰਨਾ ਪਹਿਲਾਂ ਹੁੰਦਾ ਸੀਗਾ ਇਸ ਕਾਰਨ ਕਰਕੇ ਤੁਸੀਂ ਇਸ ਕੰਮ ਲਈ ਥੋੜੀ ਇਕੱਠ ਕੀਤਾ ਜੇ ਇੰਨੀ ਦੂਰੋਂ ਲੋਕ ਕਿਰਾਏ ਖਰਚ ਕੇ ਆਏ ਤੇਲ ਖਰਚ ਕੇ ਵੀ ਕਲਾਂ ਤੇ ਆਏ ਉਹਨਾਂ ਨੂੰ ਕੋਈ ਗੁਰੂ ਦੀ ਗੱਲ ਪੱਲੇ ਪਾਓ ਜਿੱਦਾਂ ਅਕਾਲ ਤਖ਼ਤ ਸਾਹਿਬ ਦੀ ਮਰਜ਼ਾਦਾ ਦੀ ਗੱਲ ਕੀਤੀ ਤੇ ਸਿੱਠਣੀਆਂ ਦੀ ਗੱਲ ਕੀਤੀ ਹੈ ਕਿਉਂਕਿ ਲੋਕੀ ਇਹ ਵੀ ਨਾ ਸਮਝਣ ਕਿ ਮੀਡੀਆ ਸ਼ਾਇਦ ਇੱਕ ਪੱਖ ਦੀ ਗੱਲ ਕਰਦਾ ਇੱਕ ਹੋਰ ਬਾਬੇ ਸੁਖਦੇਵ ਸਿੰਘ ਨੇ ਵੀ ਮਹਾਰਾਜ ਦੀ ਹਜ਼ੂਰੀ ਮਤਲਬ ਇਹੋ ਜਿਹੇ ਕਾਰਨਾਮਾ ਕੀਤਾ ਦੇਖੋ ਬਹੁਤ ਗਲਤ ਗੱਲ ਹੈ ਮੈਂ ਤੁਹਾਡੇ ਉਦਣ ਹੀ ਸ਼ਾਇਦ ਮੈਨੂੰ ਲਾਈਵ ਕਿਸੇ ਨੇ ਫੋਨ ਤੇ ਲਿਆ ਸੀਗਾ ਜਾਂ ਪਤਾ ਨੀ ਗੱਲਬਾਤ ਸ਼ਾਇਦ ਹੋਈ ਸੀਗੀ ਜਿਹੜਾ ਡੇਰਾ ਰੂਮੀ ਵਾਲਾ ਪੁੱਛੋ ਨਾ ਬੜਾ ਪੁਰਾਣਾ ਡੇਰਾ ਬਾਬਾ ਮਹਾਰਨਾਮ ਸਿੰਘ ਹੋਏ ਆ ਸਾਧੂ ਹੋਏ ਆ ਉੱਥੇ ਤਾਂ ਬਾਬਾ ਨਾਨਕ ਸਿੰਘ ਜੀ ਵੀ ਕਲੇਰਾਂ ਵਾਲੇ ਉਹਨਾਂ ਕੋਲ ਜਾਂਦੇ ਸੀ ਉਸ ਸਥਾਨ ਤੇ ਚਲੋ ਚੱਲਦੇ ਹੁਣ ਬਾਬਾ ਖੇਮ ਸਿੰਘ ਸੀ ਉੱਥੇ ਬਾਬਾ ਖੇਮ ਸਿੰਘ ਦਾ ਵੀ ਬੜਾ ਮਾਣ ਸਤਿਕਾਰ ਸੀਗਾ ਬਾਬਾ ਖੇਮ ਸਿੰਘ ਦੇ ਚਲਾਣਾ ਕਰਨ ਤੋਂ ਬਾਅਦ ਉਹ ਦਿੱਲੀ ਜਿਹੜਾ ਸੀ ਉਹਨਾਂ ਨੇ ਚਲਾਣਾ ਕੀਤਾ ਠੀਕ ਹੈ ਉਹਨਾਂ ਤੋਂ ਬਾਅਦ ਜਦੋਂ ਇੱਥੇ ਬਾਬਾ ਸੁੱਖਾ ਸਿੰਘ ਦਾ ਇਹਦਾ ਸੁਖਦੇਵ ਸਿੰਘ ਜੀ ਇਹਨਾਂ ਨੂੰ ਛੋਟਾ ਬਾਬਾ ਸੁੱਖਾ ਕਹਿ ਦਿੰਦੇ ਆ ਠੀਕ ਹੈ ਨਾਨਕਸਰ ਸੰਪਰਦਾਇ ਇਹਨਾਂ ਦਾ ਆਉਣਾ ਜਾਣਾ ਸੀਗਾ ਇੱਥੇ ਇਸ ਜਗ੍ਹਾ ਤੇ ਔਰ ਸੇਵਾਦਾਰ ਵੀ ਚੰਗੇ ਉਹਨਾਂ ਨੇ ਸਕੂਲ ਖੋਲੇ ਆ ਬੜਾ ਹਜ਼ੂਰ ਸਾਹਿਬ ਵੱਲ ਵੀ ਲੰਗਰ ਹਜ਼ੂਰ ਸਾਹਿਬ ਲੰਗਰ ਚੱਲ ਰਿਹਾ ਰਸਤੇ ਚ ਵੀ ਸਕੂਲ ਕਾਲਜ ਇਹਨਾਂ ਨੇ ਕਾਫੀ ਬਾਬਾ ਸੁਖਦੇਵ ਸਿੰਘ ਸੇਵਾਵਾਂ ਨੇ ਬਾਬਾ ਠਾਕੁਰ ਸਿੰਘ ਨਾਲ ਬੜਾ ਪਿਆਰ ਸਾਡਾ ਤਾਂ ਉਸ ਵੇਲੇ ਤੋਂ ਨਾ ਜਦੋਂ ਬਾਬਾ ਠਾਕੁਰ ਸਿੰਘ ਜੀ ਅਸੀਂ ਦਮਦਮੇ ਟਕਸਾਲ ਚ ਰਹਿੰਦੇ ਸੀ ਤਾਂ ਜਦੋਂ ਬਾਬਾ ਠਾਕੁਰ ਸਿੰਘ ਨੇ ਆਉਣਾ ਇਹਨਾਂ ਨੇ ਆਪ ਪਿੰਨੀਆਂ ਵੱਟ ਕੇ ਬਾਬਾ ਠਾਕੁਰ ਸਿੰਘ ਨੂੰ ਸਿੰਘਾਂ ਨੂੰ ਛਕਾਉਣੀਆਂ ਮਤਲਬ ਬਣਾ ਕੇ ਹੱਥੀ ਵੱਟ ਕੇ ਪਿੰਨੀਆਂ ਜਿਹੜੀਆਂ ਸੀ ਏਦਾਂ ਕਦੇ ਉਸ ਸੇਵਾ ਕਰਨੀ ਮਤਲਬ ਸਿੰਘਾਂ ਦੀ ਤਾਂ ਉਸ ਵੇਲੇ ਦਾ ਸੀ ਤੇ ਮੈਂ ਵੀ ਸੋਚਿਆ ਕਿ ਹੁਣ ਇੱਥੇ ਬਾਬਾ ਖੇਮ ਸਿੰਘ ਇਹਨਾਂ ਤੋਂ ਬਾਅਦ ਜੇ ਇਹ ਸੇਵਾ ਨਿਭਾਉਂਦੇ ਆ ਇੱਥੇ ਤਾਂ ਵਧੀਆ ਚਲਾ ਸਕਦੇ ਜਦੋਂ ਇਹਨਾਂ ਦੀ ਦਸਤਾਰਬੰਦੀ ਉਹਨਾਂ ਦਾ ਦੁਸਹਿਰਾ ਸੀ ਇਹਨਾਂ ਦੀ ਦਸਤਾਰਬੰਦੀ ਹੋਣੀ ਸੀ ਪਰ ਉੱਥੇ ਇੱਕ ਜੱਗੀ ਪਰਿਵਾਰ ਸੀ ਜਿਹੜਾ ਦਿੱਲੀ ਤੋਂ ਸੀ ਜੱਗੀ ਪਰਿਵਾਰ ਜਿਹਨਾਂ ਕੋਲ ਬਾਬਾ ਖੇਮ ਸਿੰਘ ਆਖਰੀ ਡੇਢ ਦੋ ਸਾਲ ਰਹੇ ਤੇ ਉਹਨਾਂ ਸੇਵਾ ਕੀਤੀ ਉਹ ਪਰਿਵਾਰ ਕਿਸੇ ਨੂੰ ਵੀ ਮਤਲਬ ਇਹ ਗੱਲ ਨੀ ਸੀ ਕਰਨ ਦੇ ਰਿਹਾ ਵੀ ਅੱਜ ਕੋਈ ਦਸਤਾਰਬੰਦੀ ਹੋਊ ਉਹ ਕਹਿਣ ਵੀ ਫੁੱਲ ਪਾਉਣ ਤੋਂ ਬਾਅਦ ਜਿਹੜੀ ਆ ਗੱਲ ਜਿਹੜੀ ਆ ਦਸਤਾਰ ਦੀ ਹੋਊਗੀ ਅਸੀਂ ਕਿਹਾ ਵੀ ਇਹ ਮਰਿਆਦਾ ਨੀ ਹੈ ਜਦੋਂ ਵੀ ਕੋਈ ਸਾਧੂ ਸੰਸਥਾ ਦੀ ਅੱਗੇ ਸੇਵਾ ਨਿਭਾਈ ਜਾਂਦੀ ਉਹ ਦੁਸਹਿਰੇ ਤੇ ਦਸਤਾਰਬੰਦੀ ਹੁੰਦੀ ਹੈ ਠੀਕ ਹੈ ਜਿਹੜਾ ਉਹਨਾਂ ਦਾ ਗੱਦੀ ਸਥਾਨ ਆ ਉੱਥੇ ਉੱਥੇ ਚਲੇ ਗਏ ਮਹਾਰਾਜ ਦੀ ਹਜ਼ੂਰੀ ਚ ਉੱਠ ਕੇ ਉੱਥੇ ਕੋਈ ਸਾਧੂ ਸੰਤ ਆਏ ਉੱਥੇ ਬੈਠੇ ਸੀਗੇ ਤਾਂ ਉੱਥੇ ਵਿਚਾਰ ਚਰਚਾ ਚੱਲ ਰਹੀ ਸੀਗੀ ਵੀ ਕਿਸ ਤਰ੍ਹਾਂ ਉਹ ਮੰਨਣ ਹੀ ਨਾ ਇਸ ਗੱਲ ਦੇ ਹੀ ਨਾ ਹੋਣ ਠੀਕ ਹੈ ਉੱਥੇ ਸਿੰਘ ਸਾਹਿਬਾਨ ਵੀ ਆ ਗਏ ਸੰਤ ਮਹਾਂਪੁਰਸ਼ ਵੀ ਆ ਗਏ ਜਦੋਂ ਇਸ ਗੱਲ ਨੂੰ ਮੰਨਣ ਹੀ ਨਾ ਅਸੀਂ ਕਿਹਾ ਵੀ ਜੇ ਤਾਂ ਤੁਸੀਂ ਆਪ ਬਣਨਾ ਚਾਹੁੰਦੇ ਆ ਤਾਂ ਦੱਸ ਦਿਓ ਜਾਂ ਤੁਹਾਡੇ ਕੋਲ ਕੋਈ ਗੱਲ ਉਹ ਕਹਿੰਦੇ ਬਾਬਾ ਜੀ ਇੱਕ ਚਿੱਠੀ ਦੇ ਗਏ ਆ ਉਹਨਾਂ ਦੀ ਇੱਕ ਕੁੜਤੀ ਲਿਆਂਦੀ ਕੁੜਤੀ ਚੋਂ ਚਿੱਠੀ ਕੱਢੀ ਬੜੀ ਫਟੀ ਜੀ ਕੁੜਤੀ ਸੀ ਉਹਨਾਂ ਦੀ ਹੰਢਾਈ ਹੋਈ ਉਹਨਾਂ ਦੇ ਸਰੀਰ ਤੇ ਉਹਦੇ ਚੋਂ ਉਰਦੂ ਦੇ ਵਿੱਚ ਲਿਖਿਆ ਸੀ ਬਾਬਾ ਖੇਮ ਸਿੰਘ ਹੋਣਾਂ ਨੇ ਲਿਖਿਆ ਸੀ ਕਿ ਮੇਰੇ ਜਿਹੜਾ ਸੰਸਕਾਰ ਸਥਾਨ ਆ ਇਹਦੇ ਤੇ ਹੱਲ ਚਲਾ ਦੇਣਾ ਇੱਥੇ ਕੋਈ ਜਗ੍ਹਾ ਨੀ ਬਣਾਉਣੀ ਬੜੀ ਕਬਰ ਨੀ ਤੇ ਮੇਰੀ ਕੋਈ ਬਰਸੀ ਨੀ ਬਣਾਉਣੀ ਬਰਸੀ ਸਿਰਫ ਬਾਬੇ ਹਰਨਾਮ ਸਿੰਘ ਦੀ ਬਣਾਉਣੀ ਜਿਹੜੇ ਪਹਿਲੇ ਮੁਖੀ ਹੋਏ ਤੇ ਬਾਬਾ ਮਹਾਰਨਾਮ ਸਿੰਘ ਤੇ ਉਹਦੇ ਵਿੱਚ ਇੱਕ ਜਿਹੜਾ ਨਾਂ ਸੀ ਸ਼ਾਇਦ ਉਹ ਪੰਜਾਬੀ ਚ ਲਿਖਿਆ ਗੁਰਜੰਟ ਸਿੰਘ ਵੀ ਅਗਲੇ ਮੁਖੀ ਜਿਹੜਾ ਗੁਰਜੰਟ ਸਾਰਿਆਂ ਨੂੰ ਇਹ ਸ਼ੰਕਾ ਪਈ ਵੀ
ਬਾਕੀ ਸਾਰੀ ਜਿਹੜੀ ਆ ਉਰਦੂ ਚ ਆ, ਇੱਕ ਨਾਂ ਜਿਹੜਾ ਹੈਗਾ ਗੁਰਜਨ ਸਿੰਘ, ਮੈਂ ਨਾਂ ਵਿੱਚ ਸਰਧਾਵਾਂ ਸ਼ਾਇਦ ਇਹੀ ਨਾਂ ਸੀਗਾ, ਠੀਕ ਹੈ, ਤੇ ਉੱਥੇ ਸਾਰਿਆਂ ਨੇ ਮਤਾ ਵੀ ਬਾਬਾ ਸੁੱਖਾ ਜਿਹੜਾ ਕਾਬਲ ਬੰਦਾ ਵਾ, ਇੱਥੇ ਬੜਾ ਸੇਵਾਦਾਰ ਵੀ, ਇਹ ਸੇਵਾ ਨਿਭਾਉਣਗੇ। ਪੰਚਾਇਤ ਤੋਂ ਵੀ ਮਤਾ ਪਵਾਇਆ ਬਾਬਾ ਬਲਵਿੰਦਰ ਸਿੰਘ ਕਰਾਲੀ ਵਾਲੇ, ਉੱਥੇ ਉਹਨਾਂ ਨੇ ਮੇਰੇ ਨਾਲ ਸੰਪਰਕ ਕੀਤਾ। ਚਲੋ ਸਾਰਿਆਂ ਨੇ ਜਿਹੜਾ ਸੀਗਾ ਉਹਨਾਂ ਨੂੰ ਦਸਤਾਰਬੰਦੀ ਉੱਥੇ ਕਰ ਦਿੱਤੀ, ਉਦੋਂ ਵੀ ਰੋਲ ਜਿਹੜਾ ਸੀ ਅਸੀਂ ਅਦਾ ਕੀਤਾ। ਸਾਡੀ ਮੇਰੀ ਭਾਵਨਾ ਇੱਕ ਸੀਗੀ ਕਿ ਇੱਥੇ ਇਸ ਡੇਰੇ ਦੇ ਵਿੱਚ ਜਿਹੜਾ ਹੈਗਾ ਜਾਤ ਪਾਤ ਨਾਲ ਭਾਂਡਿਆਂ ਦਾ ਵੀ ਵਖਰੇਵਾ ਹੁੰਦਾ ਲੰਗਰ ਛਕਣ ਵੇਲੇ। ਲੰਗਰ ਛਕਣ ਵਾਲਿਆਂ ਨੂੰ ਪੁੱਛਿਆ ਜਾਂਦਾ ਤੁਸੀਂ ਕਿਹੜੀ ਜਾਤ ਦੇ, ਨੀਵੀਂ ਜਾਤ ਦੇ ਤਾਂ ਉੱਧਰ ਚਲੇ ਜਾਓ, ਉੱਚੀ ਜਾਤ ਦੇ ਇੱਧਰ ਬੈਠ ਜਾਓ, ਤੇ ਗਲਤ ਗੁਰਮਰਜ਼ਾਦਾ ਦੇ ਉਲਟਾ। ਤੇ ਸਾਨੂੰ ਇਹ ਸੀ ਅਸੀਂ ਹਟਾਵਾਂਗੇ ਇਸ ਚੀਜ਼ ਨੂੰ ਇਹਨਾਂ ਨਾਲ, ਪਰ ਉਹਨਾਂ ਨੇ ਇਸ ਗੱਲ ਦੇ ਉੱਤੇ ਪਹਿਰਾ ਨੀ। ਪਹਿਲਾਂ ਵੀ ਫਿਰ ਸਾਡਾ ਉਹਨਾਂ ਦਾ ਇਸ ਗੱਲੋਂ ਫਰਕ ਪੈ ਗਿਆ, ਬਾਬਾ ਸੁਖਦੇਵ ਹੋਣਾ ਨਾ, ਸੁੱਖਾ ਸਿੰਘ ਹੋਣਾ ਨਾ, ਕਿ ਉਹਨਾਂ ਨੇ ਇੱਕ ਵਾਰੀ ਸੰਜਾ ਨੈਲ ਸਿੰਘ ਨੂੰ ਵੀ ਜਿਹੜਾ ਸੀਗਾ ਮਾਲਾ ਤੇ ਸਰਸੇ ਵਾਲੇ ਨੂੰ ਚੰਗਾ ਦਿਖਾਉਣ ਦੀ ਕੋਸ਼ਿਸ਼ ਕੀਤੀ ਸੀਗੀ, ਠੀਕ ਹੈ, ਔਰ ਉਹਨਾਂ ਨੇ ਫਿਰ ਜਿਹੜਾ ਸੀਗਾ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ, ਤੇ ਹੁਣ ਇਹ ਜਿਹੜਾ ਕੀਤਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ, ਇੱਕ ਨੀ 101% ਗਲਤ ਹੈ, ਠੀਕ ਹੈ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਏਦਾਂ ਗਾਣਾ, ਅਮਲੀ ਦਾ ਗਾਣਾ ਏਦਾਂ ਗਵਾਉਣਾ, ਤਾਂ ਮੈਂ ਸਮਝਦਾ ਕਿ ਉਹਨਾਂ ਨੂੰ ਪੰਥ ਤੋਂ ਮੁਆਫੀ ਮੰਗਣੀ ਚਾਹੀਦੀ ਆ, ਖੁਦ ਜਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋਣਾ ਚਾਹੀਦਾ, ਔਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬਾਨ ਨੂੰ ਉਹਨੂੰ ਉਹਨਾਂ ਤੇ ਕਾਰਵਾਈ ਕਰਨੀ ਚਾਹੀਦੀ ਹੈ, ਜੇਕਰ ਨਹੀਂ ਸਖ਼ਤੀ ਨਾਲ ਨੋਟਿਸ ਲੈਣਾ ਚਾਹੀਦਾ, ਠੀਕ ਹੈ, ਚਾਹੇ ਉਹ ਗੱਲ ਬਾਬਾ ਰਣਜੀਤ ਸਿੰਘ ਕਰੇ, ਚਾਹੇ ਬਲਜੀਤ ਸਿੰਘ ਕਰੇ, ਤੇ ਚਾਹੇ ਕੋਈ ਸੁੱਖਾ ਸਿੰਘ ਕਰੇ, ਚਾਹੇ ਕੋਈ ਹੋਰ ਕਰੇ, ਕੋਈ ਵੀ ਹੋਵੇ, ਜਿਹੜੀ ਗੱਲ ਗੁਰਮਰਜ਼ਾਦਾ ਤੋਂ ਉਲਟ ਆ ਉਹ ਜੇ ਉਹਦਾ ਸਖ਼ਤ ਨੋਟਿਸ ਲੈਣਾ ਚਾਹੀਦਾ, ਤੇ ਉਹਦੀ ਜਿਹੜੀ ਆ ਮੈਂ ਸਮਝਦਾ ਬਿਨਾਂ ਸ਼ਰਤ, ਪਹਿਲਾਂ ਤਾਂ ਇਹ ਕੋਈ ਏਦਾਂ ਮਸਲਾ ਦੱਬਣ ਵਾਲਾ ਨਹੀਂ ਆ, ਬਾਬਾ ਸੁਖਦੇਵ ਸਿੰਘ ਨੂੰ ਬਿਨਾਂ ਸ਼ਰਤ ਪੰਥ ਕੋਲੋਂ ਕੌਮ ਕੋਲੋਂ ਮੁਆਫੀ ਮੰਗਣੀ ਚਾਹੀਦੀ ਇਸ ਚੀਜ਼ ਦੀ, ਸਾਰਾ ਕੁਛ ਤੁਹਾਡੇ ਸਾਹਮਣੇ ਹੋ ਰਿਹਾ, ਤੁਸੀਂ ਕਰਵਾ ਰਹੇ ਆ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਲੱਗਦਾ, ਸਾਈਡ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵੀ ਆ, ਪਰ ਭਾਵੇਂ ਉਹ ਵੀਡੀਓ ਚ ਨਹੀਂ ਦਿਸ ਰਹੀ, ਇਤਨੀ ਜਥਾ ਬੈਠਾ ਹੋਇਆ, ਭਾਵੇਂ ਉਹ ਵੀਡੀਓ ਚ ਨਹੀਂ ਦਿਖਾਈ ਦੇ ਰਹੇ, ਪਰ ਉਹ ਹਜ਼ੂਰੀ ਆ। ਦੂਸਰਾ ਜਿਹੜਾ ਉਹਨਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਖ਼ਤੀ ਨਾਲ ਪੇਸ਼ ਆਉਣਾ ਚਾਹੀਦਾ, ਨਿਰਪੱਖਤਾ ਤਾਂ ਹੀ ਹੋਊ ਨਾ, ਨਹੀਂ ਤਾਂ ਫਿਰ ਇਹ ਗੱਲ ਆ ਜਾਂਦੀ ਹੈ ਵੀ ਇੱਕ ਦੀਆਂ ਉਹ ਹੱਥ ਚ ਦੂਜੇ ਦੀਆਂ, ਇਸ ਕਰਕੇ ਇਹਦੇ ਤੇ ਸ਼ਕਤੀ ਨਾਲ ਜਿਹੜਾ ਹੈਗਾ, ਚਾਹੇ ਕੋਈ ਸੰਤ ਸਾਧੂ ਹੋਵੇ, ਚਾਹੇ ਕਥਾਵਾਚਕ ਰਾਗੀ ਢਾਡੀ ਹੋਵੇ, ਸਖ਼ਤੀ ਦੇ ਨਾਲ ਉਹਦੇ ਤੇ ਪਹਿਰਾ ਜਿਹੜਾ ਉਹ ਦੇਣਾ ਚਾਹੀਦਾ ਵਾ, ਔਰ ਉਹਨਾਂ ਨੂੰ ਜਿਹੜਾ ਇਸ ਗਲਤੀ ਦੀ ਜਿਹੜੀ ਆ ਉਹ ਮਾਫ਼ੀ ਮੰਗਣੀ ਚਾਹੀਦੀ ਹੈ। ਮੈਂ ਇਹਦੀ ਸਖ਼ਤ ਸ਼ਬਦਾਂ ਚ ਨਿਖੇਧੀ ਕਰਦਾ। ਇੱਕ ਭਾਈ ਰਣਜੀਤ ਸਿੰਘ ਨੇ ਤੁਹਾਡੇ ਤੇ ਬਹੁਤ ਸੰਗੀਨ ਦੋਸ਼ ਲਾਇਆ, ਮੈਨੂੰ ਤਾਂ ਕਹਿੰਦੇ ਜੀ ਇਹਨਾਂ ਨੇ ਪੰਥ ਦੇ ਵਿੱਚ ਫੁੱਟ ਪਾਤੀ ਆ, ਇਹ ਮਤਲਬ ਦੋਸ਼ੀ ਆ, ਪੰਥ ਨੂੰ ਮਤਲਬ ਖੇਰੂ ਖੇਰੂ ਕਰ ਰਹੇ ਆ, ਲੜਾ ਰਹੇ ਆ, ਤੇ ਤੁਸੀਂ ਜਿਹੜਾ ਸਰਬੱਤ ਖਾਲਸਾ ਚ ਜਥੇਦਾਰ ਬਣ ਕੇ ਜਾਂ ਜਥੇਦਾਰ ਬਣਾ ਕੇ ਕੌਮ ਦੇ ਵਿੱਚ ਲੜਾਈ ਨੀ ਪਾਈ? ਦੇਖੋ ਭਾਈ ਰਘਵੀਰ ਸਿੰਘ ਜੀ, ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ ਸਰਬੱਤ ਖਾਲਸਾ 2015 ਚ ਹੋਇਆ, ਮੈਂ ਉਹਦਾ ਆਰਗੇਨਾਈਜ਼ਰ ਨਹੀਂ ਸੀ, ਠੀਕ, ਮੈਂ ਉਹਦਾ ਵਿੱਚ ਬਤੌਰ ਸਿੱਖ ਸ਼ਾਮਿਲ ਹੋਇਆ, ਮੈਂ ਜੇ ਭਾਈ ਰਣਜੀਤ ਸਿੰਘ ਨੂੰ ਲੱਗਦਾ ਕਿ ਉਹ ਸਰਬੱਤ ਖਾਲਸਾ ਨੇ ਪੰਥ ਚ ਬਖੇੜਾ ਖੜਾ ਕੀਤਾ, ਤਾਂ ਸਰਬੱਤ ਖਾਲਸਾ ਪੰਥ ਦੀ ਰਵਾਇਤ ਰਹੀ ਆ, ਪਹਿਲਾਂ ਵੀ 1986 ਚ ਵੀ ਆਪਣੇ ਸਰਬੱਤ ਖਾਲਸਾ ਆਇਆ, ਉਦੋਂ ਵੀ ਜਥੇਦਾਰ ਥਾਪੇ ਗਏ, ਸ਼੍ਰੋਮਣੀ ਕਮੇਟੀ ਨੇ ਐਕਸੈਪਟ ਵੀ ਕੀਤੇ ਬਾਅਦ ਵਿੱਚ, ਤੁਹਾਨੂੰ ਵੀ ਪਤਾ ਉਹਦੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੀ, ਦੂਜੇ ਤਾਕਤਾਂ ਦੇ ਵੀ, ਸਰਬੱਤ ਖਾਲਸਾ ਪੰਥ ਦੀ ਰਵਾਇਤ ਆ, ਠੀਕ ਹੈ, ਸਰਬੱਤ ਖਾਲਸਾ ਪਹਿਲਾਂ ਵੀ ਹੋਏ ਔਰ ਪਹਿਲਾਂ ਵੀ ਹੁੰਦੇ ਰਹੇ, ਕਦੇ ਬੁੱਢਾ ਜੋੜ ਦੀ ਧਰਤੀ ਤੇ ਸਰਬੱਤ ਖਾਲਸਾ ਹੁੰਦੇ ਰਹੇ। ਪਰ ਮੈਂ ਭਾਈ ਰਣਜੀਤ ਸਿੰਘ ਨੂੰ ਇੱਕ ਗੱਲ ਕਹਿਣੀ ਚਾਹੁੰਦਾ, ਜੇ ਰਣਜੀਤ ਸਿੰਘ ਇਹ ਸੋਚਦੇ ਆ ਕਿ ਜਿਹੜਾ ਸਰਬੱਤ ਖਾਲਸਾ ਨੇ ਪੰਥ ਚ ਦੁਬਧਾ ਖੜੀ ਕੀਤੀ ਜਾਂ ਮੇਰੇ ਜਥੇਦਾਰ ਬਣ ਨਾਲ ਦੁਬਧਾ ਖੜੀ ਹੋਈ, ਤੇ ਭਾਈ ਰਣਜੀਤ ਸਿੰਘ ਨੂੰ ਮੈਂ ਇਸ ਗੱਲ ਦਾ ਚੈਲੰਜ ਕਰਦਾ ਕਿ ਮੇਰੇ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਚੱਲਣ, ਮੇਰੇ ਨਾਲ, ਠੀਕ ਹੈ, ਮੈਂ ਉੱਥੇ
ਤਖ਼ਤ ਦਮਦਮਾ ਸਾਹਿਬ ਜੋ ਸਰਬੱਤ ਖਾਲਸਾ ਨੇ ਮੇਰੀ ਸੇਵਾ ਲਾਈ, ਮੈਂ ਉੱਥੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਅਸਤੀਫ਼ਾ ਰੱਖ ਦੂੰਗਾ। ਅਸਤੀਫ਼ਾ ਦੇ ਦੋਗੇ? ਮੈਂ ਅਸਤੀਫ਼ਾ ਰੱਖ ਦੂੰਗਾ ਉੱਥੇ। ਭਾਈ ਰਣਜੀਤ ਸਿੰਘ ਜਿੰਨੀਆਂ ਗੱਲਾਂ ਕਰਦੇ ਆ ਇਹ ਉੱਥੇ ਛੱਡ ਕੇ ਤੇ ਪੰਥ ਦੇ ਵਿੱਚ ਏਕਤਾ ਦਾ ਉੱਥੇ ਐਲਾਨ ਕਰੀਏ। ਮੈਂ ਭਾਈ ਰਣਜੀਤ ਸਿੰਘ ਨੂੰ ਇਹ ਖੁੱਲ੍ਹੇਆਮ ਚੈਲੰਜ ਕਰਦਾ ਤੁਹਾਡੇ ਵਾਜੇ ਕੌਮ ਟੀਵੀ ਰਾਹੀਂ ਕਿ ਮੇਰੇ ਨਾਲ ਉਹ ਅਕਾਲ ਤਖ਼ਤ ਸਾਹਿਬ ਤੇ ਚੱਲਣ। ਜੇਕਰ ਮੇਰੇ ਜਥੇਦਾਰ ਬਣਨਾ ਸ੍ਰੀ ਅਕਾਲ ਤਖ਼ਤ ਯੋਧਾ ਪੈਂਦੀ ਆ ਤਾਂ ਮੈਂ ਪੰਥ ਨੂੰ ਸਮਰਪਿਤ ਆ, ਮੈਂ ਕੌਮ ਨੂੰ ਸਮਰਪਿਤ ਆ, ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਆ। ਮੈਂ ਆਪਣਾ ਅਸਤੀਫ਼ਾ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਰੱਖ ਦੂੰਗਾ ਤੇ ਤੁਸੀਂ ਜਿਹੜਾ ਮੇਰੇ ਨਾਲ ਚੱਲੋ ਤੇ ਆਹ ਜਿਹੜੀਆਂ ਗੱਲਾਂ ਤੁਸੀਂ ਕਰ ਰਹੇ ਹੋ ਇਹ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਜਦੋਂ ਚਲੇ ਗਏ ਤੁਸੀਂ ਸਾਰੀ ਗੱਲ ਹੀ ਨਿਬੜ ਜਾਣੀ। ਆ ਜਿਹੜੀ ਦੁਬਦਾ ਸੀਆ ਸੁਣੀ ਦੀ ਲੜਾਈ ਆ ਇਹ ਨਿਬੜ ਜਾਊਗੀ। ਇਹ ਕਰੀ ਤੁਸੀਂ ਦਾਅਵੇ ਨਾ ਕਹਿ ਰਹੇ, ਏਦਾਂ ਤਾਂ ਨਹੀਂ ਵੀ ਬਾਅਦ ਤੁਸੀਂ ਵੀ ਮੁਕਰ ਜਾਓ? ਮੈਂ ਬਿਲਕੁਲ ਇਸ ਗੱਲ ਤੇ ਮੈਂ ਕਹਿੰਦਾ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਜਾਣ ਕੇ ਮੈਂ ਭਾਈ ਰਘਵੀਰ ਸਿੰਘ ਜੀ ਕਹਿਣਾ ਮੇਰੇ ਨਾਲ ਭਾਈ ਰਣਜੀਤ ਸਿੰਘ ਚੱਲੇ ਆਪਾਂ ਨਿਬੇੜਨਾ। ਜੇ ਉਹਨਾਂ ਨੂੰ ਲੱਗਦਾ ਕਿ ਮੇਰੇ ਜਥੇਦਾਰ ਬਣਨ ਨਾਲ ਵੀ ਇਸ ਤਰ੍ਹਾਂ ਦੁਬਧਾ ਪਈ ਆ ਜਾਂ ਸਰਬੱਤ ਖਾਲਸਾ, ਮੈਂ ਤਾਂ ਆਪਣੀ ਗੱਲ ਕਹਿ ਸਕਦਾ ਬਾਕੀ ਜਥੇਦਾਰਾਂ। ਮੈਂ ਸਵਾਲ ਇਹ ਕਰ ਰਿਹਾ ਵੀ ਤੁਸੀਂ ਤੇ ਨਹੀਂ ਮੁਕਰ ਜਾਓ? ਬਾਕੀ ਜਥੇਦਾਰਾਂ ਦੀ ਜਾਂ ਬਾਕੀ ਜਥੇਬੰਦੀਆਂ ਦੀ ਮੈਂ ਸਰਬੱਤ ਖਾਲਸਾ ਧਿਰਾਂ ਦੀ ਗੱਲ ਨਹੀਂ ਕਹਿ ਸਕਦਾ, ਮੈਂ ਆਪਣੀ ਕਹਿ ਸਕਦਾ। ਮੈਂ ਤਿਆਰ ਆ ਭਾਈ ਰਣਜੀਤ ਸਿੰਘ ਮੇਰੇ ਨਾਲ ਅਕਾਲ ਤਖ਼ਤ ਸਾਹਿਬ ਦੇ ਚੱਲੇ, ਮੈਂ ਆਪਣਾ ਅਸਤੀਫ਼ਾ ਪਹਿਲਾਂ ਰੱਖੂਗਾ ਉੱਥੇ, ਪੰਥ ਨੂੰ ਸਮਰਪਿਤ ਕਰੂੰਗਾ, ਕੌਮ ਨੂੰ ਸਮਰਪਿਤ। ਤੇ ਭਾਈ ਰਣਜੀਤ ਸਿੰਘ ਜਿੰਨੀਆਂ ਗੱਲਾਂ ਕਰਦੇ ਆ ਉਹ ਸਿੱਖ ਇਤਿਹਾਸ ਤੇ ਜਾਂ ਹੋਰ ਇਹਨਾਂ ਨੂੰ ਛੱਡ ਕੇ ਉੱਥੇ ਵਿਚਾਰ ਚਰਚਾ ਜਿਹੜੀ ਆ ਉਹ ਕਰ ਲੈਣ, ਉੱਥੇ ਜਿਹੜੇ ਗੱਲਬਾਤ ਜਿਹੜੀ ਆ ਚਾਹੇ ਉਹ ਗਿਆਨੀ ਹਰਪ੍ਰੀਤ ਸਿੰਘ ਨਾਲ ਕਰ ਲੈਣ, ਚਾਹੇ ਉਹ ਗਿਆਨੀ ਅਜਨਾਲਾ ਸਾਹਿਬ ਨਾਲ ਕਰ ਲੈਣ, ਚਾਹੇ ਨਾਲ ਕਰ ਲੈਣ, ਚਾਹੇ ਉਹ ਕਮੇਟੀ ਨਾਲ ਕਰ ਲੈਣ, ਵੀ ਇਹ ਦੁਬਧਾ ਨੂੰ ਖਤਮ। ਜੇ ਮੇਰੇ ਕਰਕੇ ਦੁਬਧਾ ਮੈਂ ਤਿਆਰ ਆ ਤੇ ਮੈਂ ਭਾਈ ਰਣਜੀਤ ਸਿੰਘ ਨੂੰ ਕਹਿਣਾ ਕਿ ਹੁਣ ਉਹ ਭੱਜਣ ਨਾ, ਚੱਲਣ ਮੇਰੇ ਨਾਲ ਅਕਾਲ ਤਖ਼ਤ ਸਾਹਿਬ ਤੇ। ਰਣਜੀਤ ਸਿੰਘ ਦਾਦੂਵਾਲ ਦੀ ਗੱਲ ਵੀ ਦਿਮਾਗ ਚ ਲੈ ਲੈਣ ਤੇ ਮੈਂ ਉਹਨਾਂ ਨੂੰ ਇਸ ਗੱਲ ਦਾ ਚੈਲੰਜ ਕਰਦਾ ਮੇਰੇ ਨਾਲ। ਬਹੁਤ ਵੱਡੀ ਗੱਲ ਆ ਇਹ ਤੁਸੀਂ ਜਿਹੜੀ ਕਹੀ ਆ ਤੇ ਮੈਂ ਇਹਦੀ ਸ਼ਲਾਘਾ ਵੀ ਕਰਦਾ ਕਿ ਤੁਸੀਂ ਮਤਲਬ ਜਿਹੜਾ ਸਰਬੱਤ ਖਾਲਸਾ ਨੇ ਇੱਕ ਤੁਹਾਨੂੰ ਮਤਲਬ ਸਮਾਨ ਸਨਮਾਨ ਦਿੱਤਾ ਹੋਇਆ, ਤੁਸੀਂ ਪੰਥ ਦੇ ਵਿੱਚ ਏਕਤਾ ਲਿਆਉਣ ਲਈ ਭਾਈ ਰਣਜੀਤ ਸਿੰਘ ਦਾ ਜਿਹੜਾ ਉਹਨਾਂ ਨੇ ਇੱਕ ਤੰਜ ਮਾਰਿਆ ਤੁਹਾਡੇ ਤੇ ਉਹਨੂੰ ਲੈ ਕੇ ਇਹ ਦੁਬਧਾ ਖਤਮ ਕਰਨ ਦੀ ਇੱਕ ਬਹੁਤ ਵੱਡਾ ਐਲਾਨ ਕਰ ਰਹੇ ਹੋ? ਬਿਲਕੁਲ ਭਾਈ ਰਘਵੀਰ ਸਿੰਘ ਜੀ, ਮੈਂ ਇਸ ਨਾਲ ਬੜਾ ਸੋਚ ਸਮਝ ਕੇ ਮੈਂ ਕਹਿ ਰਿਹਾ, ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿ ਰਿਹਾ ਕਿ ਅਸੀਂ ਪੰਥ ਨੂੰ ਸਮਰਪਿਤ ਆ, ਕੌਮ ਨੂੰ ਸਮਰਪਿਤ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿੱਖ ਪ੍ਰਭੂ ਸੱਤਾ ਨੂੰ ਸਮਰਪਿਤ ਆ। ਜੇ ਭਾਈ ਰਣਜੀਤ ਸਿੰਘ ਨੂੰ ਲੱਗਦਾ ਕਿ ਮੇਰੇ ਇਸ ਕਾਰਨ ਕਰਕੇ ਦੁਬਧਾ ਮਿਟ ਸਕਦੀ ਆ, ਬਖੇੜਾ ਮਿਕਸਾ, ਮੈਨੂੰ ਕੋਈ ਅਹੁਦਾ ਨੀ ਚਾਹੀਦਾ। ਮੇਰੇ ਕੋਲ ਅਹੁਦੇ ਤਾਂ ਪਹਿਲਾਂ ਵੀ ਲੈ ਕੇ ਗਏ ਸੀ, ਇਹ ਸਰਬੱਤ ਖਾਲਸਾ ਹੋਣ ਤੋਂ ਪਹਿਲਾਂ ਵੀ ਜਿਹੜੇ ਪ੍ਰਬੰਧਕ ਧੇਰੇ ਆ ਮੇਰੇ ਕੋਲੇ ਗਏ ਸੀ ਵੀ ਤੁਹਾਨੂੰ ਜਥੇਦਾਰ ਬਣਾਉਣਾ, ਤੁਸੀਂ ਆਓ ਸਾਡਾ ਸਮਰਥਨ ਕਰੋ। ਮੈਂ ਹੱਥ ਜੋੜੇ ਸੀ, ਅਸੀਂ ਪੰਥ ਦੇ ਕੌਮ ਦੇ ਸੇਵਾਦਾਰ ਆ, ਅਸੀਂ ਤਾਂ ਪ੍ਰਚਾਰ ਕਰਨਾ, ਪ੍ਰਸਾਰ ਕਰਨਾ, ਪੰਥ ਦੀ ਸੇਵਾ ਕਰਨੀ ਆ, ਕੋਈ ਜਥੇਦਾਰ ਨੀ ਬਣਨਾ। ਜੇ ਸਰਬੱਤ ਖਾਲਸਾ ਨੇ ਸਾਨੂੰ ਮਾਣ ਸਨਮਾਨ ਦਿੱਤਾ, ਅਨਾਉਂਸ ਕੀਤਾ, ਅਸੀਂ ਸਿਰ ਮੱਥੇ ਤੇ ਮੰਨਿਆ, ਸੇਵਾ ਨਿਭਾ ਰਹੇ ਆ, ਜਿੰਨੀ ਸੇਵਾ ਸਾਡੇ ਕੋਲ ਪ੍ਰਚਾਰ ਪ੍ਰਸਾਰ ਦੀ ਨਿਭਦੀ ਆ, ਪੰਥ ਦੇ ਹਰ ਮੁੱਦੇ ਤੇ ਹਰ ਮਸਲੇ ਚ ਆਪਣੀ ਜ਼ਿੰਮੇਵਾਰੀ ਦੇ ਨਾਲ ਖੜੇ ਹੋਏ ਆ। ਅੱਜ ਮੈਂ ਇਸ ਗੱਲ ਨੂੰ ਭਾਈ ਰਣਜੀਤ ਸਿੰਘ ਦੇ ਇਸ ਤੰਜ ਨੂੰ, ਉਹਦੇ ਇਸ ਚੈਲੰਜ ਨੂੰ ਕਬੂਲਦੇ ਆ ਕਿ ਜੇ ਉਹ ਕਹਿੰਦਾ ਵੀ ਸਾਡੇ ਕਰਕੇ ਦੁਬਧਾ, ਮੇਰੇ ਕਰਕੇ ਦੁਬਧਾ, ਤਾਂ ਮੈਂ ਉਹਦੇ ਨਾਲ ਅਕਾਲ ਤਖ਼ਤ ਸਾਹਿਬ ਦੇ ਚੱਲਣ ਨੂੰ ਤਿਆਰ ਆ। ਮੇਰਾ ਅਸਤੀਫ਼ਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਪਰ ਹੋਊਗਾ ਤੇ ਭਾਈ ਰਣਜੀਤ ਸਿੰਘ ਉੱਥੇ ਵਿਚਾਰ ਕਰਕੇ ਦੁਬਧਾ ਪੰਥ ਜੋ ਖਤਮ ਕਰਨ, ਆਪਾਂ ਪ੍ਰਚਾਰ ਪ੍ਰਸਾਰ ਜਿਹੜਾ ਚੜ੍ਹਦੀ ਕਲਾ ਦੇ ਨਾਲ ਕਰੀਏ, ਪੰਥ ਜੋ ਦੁਬਧਾਵਾਂ ਖਤਮ ਹੋਣ, ਜੇ ਉਹਨਾਂ ਨੂੰ ਲੱਗਦਾ ਵੀ ਇਸ ਤਰੀਕੇ ਨਾਲ ਦੁਬਧਾ ਵਾ ਸਾਂਝੀ ਕੀਤੀ ਆ। ਬਹੁਤ ਵੱਡਾ ਸੈਕਰੀਫਾਈਸ ਆ, ਬਹੁਤ ਵੱਡੀ ਗੱਲ ਆ ਕਿ ਜਿਹੜਾ ਉਹਦਾ ਮਾਣ ਸਨਮਾਨ ਸੰਗਤਾਂ ਨੇ ਦਿੱਤਾ ਹੋਵੇ, ਸਰਬੱਤ ਖਾਲਸਾ ਦੇ 7 ਲੱਖ ਦੇ ਇਕੱਠ ਦੇ ਵਿੱਚ ਦਿੱਤਾ ਹੋਵੇ, ਪੰਥ ਦੀ ਦੁਬਧਾ ਖਤਮ ਕਰਨ ਲਈ
ਪੰਥ ਦੀ ਜਿਹੜੀ ਆ ਲੜਾਈ ਪਈ ਆ ਇਹਨੂੰ ਖਤਮ ਕਰਨ ਲਈ ਭਾਈ ਰਣਜੀਤ ਸਿੰਘ ਨੂੰ ਜਾਂ ਉਹਦੇ ਜਿਹੜੇ ਹਮਾਇਤੀ ਆ ਜਿਹੜੇ ਮੇਰੀ ਵੀ ਇਹ ਆਵਾਜ਼ ਸੁਣ ਰਿਹਾ ਮੈਂ ਉਹਨਾਂ ਨੂੰ ਇਹ ਬੇਨਤੀ ਕਰਾਂਗਾ ਜੋ ਜਹਿਦਾ ਦਾਦੂਵਾਲ ਸਾਹਿਬ ਨੇ ਕਿਹਾ ਇਹ ਤੇ ਜ਼ਰੂਰ ਗੱਲ ਕਰੋ ਹਾਂ ਇਹਦਾ ਜਵਾਬ ਵੀ ਜ਼ਰੂਰ ਦਿਓ ਕਿ ਜੇ ਦਾਦੂਵਾਲ ਸਾਹਿਬ ਪੰਥ ਦੀ ਏਕਤਾ ਲਈ ਜਿਹੜੇ ਜਥੇਦਾਰ ਸਿੰਘ ਸਾਹਿਬ ਸ੍ਰੀ ਅਕਾਲ ਤਖ਼ਤ ਦੇ ਹਨ ਉਹਨਾਂ ਨੂੰ ਜਾ ਕੇ ਆਪਣਾ ਅਸਤੀਫਾ ਦੇਣ ਨੂੰ ਤਿਆਰ ਹੈ ਵੀ ਪੰਥ ਦੀ ਜਿਹੜੀ ਦੁਬਦਾ ਖਤਮ ਹੋ ਜਾਵੇ ਤੇ ਭਾਈ ਰਣਜੀਤ ਸਿੰਘ ਨੂੰ ਵੀ ਇੱਧਰ ਧਿਆਨ ਦੇਣਾ ਚਾਹੀਦਾ ਤੇ ਜਥੇਦਾਰ ਸਾਹਿਬ ਹੋਰ ਬਹੁਤ ਉਹਨਾਂ ਨੇ ਜਿੱਦਾਂ ਜਿਹੜੇ ਤੁਹਾਡੇ ਕੱਲੇ ਨੀ ਭਾਈ ਅਮਰੀਕ ਸਿੰਘ ਅਜਨਾਲਾ ਤੇ ਏਦਾਂ ਕਿਹਾ ਕਹਿੰਦੇ ਜੀ ਬਹਿਣਾ ਤੇ ਜਾ ਕੇ ਆਪਣੇ ਬਾਬਾ ਹਰਨਾਮ ਸਿੰਘ ਧੁੰਮਾ ਦੇ ਪੈਰਾਂ ਚ ਹੀ ਗਿਆ ਉਹਨਾਂ ਨੇ ਇਹ ਲਫ਼ਜ਼ ਬੜੇ ਗਲਤ ਕਹੇ ਜਿੱਦਾਂ ਉਹ ਕਹਿੰਦੇ ਜਿਣਸਾਂ ਮੰਨਣ ਵਾਲੀਆਂ ਨਹੀਂ ਕਿੱਡਾ ਗਲਤ ਲਫ਼ਜ਼ ਆ ਤੁਸੀਂ ਭੁੱਲ ਗਏ ਪਰ ਮੇਰੇ ਯਾਦ ਆ ਮੈਨੂੰ ਉਹ ਕੱਟ ਕੇ ਕਿਸੇ ਨੇ ਪ੍ਰੋਮੋ ਪਾਇਆ ਮੈਨੂੰ ਸੁਣਾਇਆ ਯੂਟਿਊਬ ਤੇ ਕਿਸੇ ਚੈਨਲ ਨੇ ਕੱਟ ਕੇ ਪਾਇਆ ਠੀਕ ਹੈ ਤਾਂ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਣਸਾਂ ਮੰਨਣ ਵਾਲੀਆਂ ਨੇ ਮੈਂ ਸਮਝਦਾ ਕਿੱਡੇ ਹਉਮੇ ਦੇ ਹੰਕਾਰ ਦੇ ਬੋਲ ਆ ਅਸੀਂ ਤਾਂ ਭਾਈ ਰਣਜੀਤ ਸਿੰਘ ਨੂੰ ਵੀ ਮਾੜਾ ਲਫ਼ਜ਼ ਨੀ ਕਹਿ ਰਹੇ ਅਸੀਂ ਓਦਣ ਉਹਨਾਂ ਨੂੰ ਕਿਹਾ ਸੀ ਵੀ ਜੇ ਤੁਸੀਂ ਹਾ ਲਫ਼ਜ਼ ਵਰਤੋਂਗੇ ਤੁਹਾਡੇ ਲਈ ਕੋਈ ਆਹ ਲਫ਼ਜ਼ ਵਰਤ ਸਕਦਾ ਪਰ ਜੇ ਹੁਣ ਉਹ ਜਿਣਸਾਂ ਲਫ਼ਜ਼ ਕਹਿ ਰਹੇ ਆ ਤਾਂ ਮੈਂ ਸਮਝਦਾ ਵੀ ਉਹ ਸਮਝਣ ਵਾਲੇ ਰਾਹ ਤੇ ਨੀ ਉਹ ਟਕਰਾਅ ਵਾਲੇ ਰਾਹ ਤੇ ਚੱਲ ਰਹੇ ਉਹ ਜ਼ਰੂਰ ਵਾਕਿਆ ਹੀ ਕਤਲੇਆਮ ਕਰਾਉਣਾ ਚਾਹੁੰਦੇ ਬੜੇ ਤਰੀਕੇ ਦੇ ਨਾਲ ਜਿਹੜਾ ਹੈਗਾ ਉਹ ਏਦਾਂ ਦਾ ਪਿੜ ਤਿਆਰ ਕਰ ਰਹੇ ਆ ਜਦੋਂ ਏਦਾਂ ਦੇ ਲਫ਼ਜ਼ ਵਰਤੇ ਜਾਣਗੇ ਕੱਲ ਨੂੰ ਜਿਨ੍ਹਾਂ ਨੂੰ ਤੁਸੀਂ ਇਹ ਲਫ਼ਜ਼ ਵਰਤ ਰਹੇ ਹੋ 150 ਬੰਦਾ ਲੈ ਕੇ ਤੁਹਾਡੇ ਫਿਰ ਚਲੇ ਜਾਣ ਤੇ ਫਿਰ ਤੁਹਾਡਾ ਹਸਰ ਕੀ ਹੋ ਜਾਂ ਤੁਸੀਂ ਮਾਰੋਗੇ ਜਾਂ ਉਹ ਮਰਨਗੇ ਫਿਰ ਕਤਲੇਆਮ ਹੀ ਹੋਊਗਾ ਖੂਨ ਖਰਾਬਾ ਹੀ ਹੋਊਗਾ ਮੈਂ ਪਹਿਲਾਂ ਵੀ ਅਪੀਲ ਜਿਹੀ ਕਿਹਾ ਸੀ ਭਾਈ ਰਣਜੀਤ ਸਿੰਘ ਨੂੰ ਆਪਣੇ ਸ਼ਬਦ ਸੰਕੋਚਣੇ ਚਾਹੀਦੇ ਆ ਤੁਸੀਂ ਕੱਲੇ ਨਾ ਕੱਲਾ ਕਿਤੇ ਕਮਰੇ ਚ ਗੱਲ ਕਰ ਰਹੇ ਫੋਨ ਤੇ ਕਰ ਰਹੇ ਗੱਲ ਵੱਖਰੀ ਆ ਤੁਸੀਂ ਜਨਤਕ ਤੌਰ ਤੇ ਕਿਸੇ ਨੂੰ ਜਿਹੜੇ ਬੰਦੇ ਦਾ ਪੰਥ ਚ ਆਧਾਰ ਆ ਪੰਥ ਚ ਮਾਨ ਸਨਮਾਨ ਆ ਕੋਈ ਸੰਸਥਾ ਦਾ ਮੁਖੀ ਆ ਤੁਸੀਂ ਉਹਨਾਂ ਬਦਲੇ ਏਦਾਂ ਦੇ ਲਫ਼ਜ਼ ਵਰਤ ਰਹੇ ਆ ਤਾਂ ਫਿਰ ਤੁਸੀਂ ਜਿਹੜਾ ਉਹਦੇ ਵਿੱਚ ਸਿੱਧੇ ਤੌਰ ਤੇ ਦੋਸ਼ੀ ਆ ਤੁਸੀਂ ਸੰਗਤਾਂ ਨੂੰ ਇਮੋਸ਼ਨਲ ਬਲੈਕਮੇਲ ਕਰਕੇ ਖਾਨਾ ਜੰਗੀ ਦੇ ਰਾਹ ਪਾ ਰਹੇ ਆ ਇਹਦੇ ਤੋਂ ਤੁਹਾਨੂੰ ਜਿਹੜਾ ਪਰਹੇਜ਼ ਕਰਨਾ ਬੋਲੀ ਸੁਧਾਰਨੀ ਚਾਹੀਦੀ ਭਾਸ਼ਾ ਦਾ ਸੁਧਾਰ ਕਰਨਾ ਚਾਹੀਦਾ ਵਾ ਗੁਰਸਿੱਖਾਂ ਦੇ ਵਾਸਤੇ ਜਿਹੜਾ ਆਪਸ ਦੇ ਵਿੱਚ ਗੁਰਸਿੱਖਾਂ ਇੱਕੋ ਪਿਆਰ ਗੁਰਮਿੱਤਾਂ ਪੁੱਤਾਂ ਭਾਈਆਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਬਚਨ ਹੈ ਏਕ ਪਿਤਾ ਏਕ ਸੁਖੀ ਹਮ ਬਾਰਕ ਤੂੰ ਮੇਰਾ ਗੁਰਹਾਈ ਉਸ ਰਾਹ ਤੇ ਸਾਨੂੰ ਚੱਲਣ ਦੀ ਲੋੜ ਹੈ ਜੇ ਕੋਈ ਦੁਬਧਾਵਾਂ ਖੜੀਆਂ ਹੋਈਆਂ ਇਹਨਾਂ ਨੂੰ ਦੂਰ ਕਰਨ ਦੀ ਲੋੜ ਹੈ ਨਾ ਕਿ ਇੱਦਾਂ ਦੇ ਬਖੇੜੇ ਖੜੇ ਕਰਨ ਦੀ ਲੋੜ ਹੈ ਇੱਕ ਉਹਨਾਂ ਨੇ ਜਿਹੜੀ ਮੀਟਿੰਗ ਹੋਈ ਸੀ ਅਕਾਲ ਤਖ਼ਤ ਸਾਹਿਬ ਤੇ ਅਕਾਲ ਤਖ਼ਤ ਦੀ ਸਰਵਉੱਚਤਾ ਲਈ ਜਾਂ ਚੜ੍ਹਦੀ ਕਲਾ ਨਿਹੰਗ ਸਿੰਘਾਂ ਨੇ ਕੀਤੀ ਸੀ ਉਹਨਾਂ ਉੱਤੇ ਵੀ ਉਹਨਾਂ ਨੇ ਮਤਲਬ ਕਾਫੀ ਜਿੱਦਾਂ ਆਪਣਾ ਨਜ਼ਰਾ ਚਾੜਿਆ ਦੇਖੋ ਮੈਂ ਸਮਝਦਾ ਕਿ ਸਾਰਿਆਂ ਨੂੰ ਹੀ ਰੱਦ ਕਰੀ ਜਾਣਾ ਸਾਰਿਆਂ ਤੇ ਸੁਹਾਗਾ ਫੇਰ ਕੇ ਆਪਣੇ ਆਪ ਨੂੰ ਹੀ ਵੀ ਬਸ ਆਪਣੇ ਮੂੰਹੋਂ ਮੀਆਂ ਬੈਠੂ ਮੈਂ ਹੀ ਆ ਸਾਰਾ ਕੁਛ ਹਾਂਜੀ ਇਹ ਸਾਰਾ ਗਲਤੀ ਦਾ ਰਾਹ ਇਹਦੇ ਬਾਰੇ ਸੋਚਣਾ ਚਾਹੀਦਾ ਤੁਸੀਂ ਸਾਰੀਆਂ ਸੰਪਰਦਾਵਾਂ ਟਕਸਾਲਾਂ ਨਿਹੰਗ ਸਿੰਘ ਜਥੇਬੰਦੀਆਂ ਸੰਸਥਾਵਾਂ ਸਭ ਨੂੰ ਹੀ ਰੱਦ ਕਰਕੇ ਕੋਈ ਆਪਣੇ ਆਪ ਨੂੰ ਹੀ ਸਹੀ ਹਾਂ ਤੁਹਾਨੂੰ ਜਿਸੋ ਹਿਰਦਤਾ ਤੁਹਾਡੀ ਤਾਂ ਮੰਨੀ ਜਾਵੇ ਜਿੱਥੇ ਗਿਰਾਵਟ ਆ ਉਹਨਾਂ ਨਾਲ ਪਿਆਰ ਨਾਲ ਜਾ ਕੇ ਗੱਲ ਕਰੋ ਨਿਹੰਗ ਸਿੰਘ ਜਥੇਬੰਦੀਆਂ ਨਾਲ ਅੱਜ ਤੱਕ ਕਿੰਨੀ ਵਾਰੀ ਭਾਈ ਰਣਜੀਤ ਸਿੰਘ ਨੇ ਜਾ ਕੇ ਗੱਲ ਕੀਤੀ ਆ ਉਹਨਾਂ ਨੂੰ ਕਿਹਾ ਹੋਵੇ ਵੀ ਭਾਈ ਆਹ ਜਿਹੜੀ ਕਮੀ ਮੈਨੂੰ ਝਲਕ ਰਹੀ ਇਹਨੂੰ ਦੂਰ ਕਰੋ ਕਿਸੇ ਹੋਰ ਸੰਸਥਾ ਚ ਕੋਈ ਕਮੀ ਝਲਕ ਰਹੀ ਉਹਨਾਂ ਨੂੰ ਜਾ ਕੇ ਕਿਹਾ ਹੋਵੇ ਵੀ ਆਹ ਕਮੀ ਮੈਨੂੰ ਲੱਗ ਰਹੀ ਹੈ ਇਹਨੂੰ ਦੂਰ ਕਰੋ ਉਹੀ ਸ੍ਰੀ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਆ ਜਿਹਦੇ ਸਨਮੁਖ ਤੁਸੀਂ ਕੀਰਤਨ ਕਰਦੇ ਰਹੇ ਆ ਅੱਜ ਉੱਥੇ ਦੀਆਂ ਗੱਲਾਂ ਤੇ ਤੁਸੀਂ ਟੀਕਾ ਟਿੱਪਣੀ ਕਰ ਰਹੇ ਇਹ ਤੇ ਇੱਕ ਡਿਬੇਟ ਦੇ ਵਿੱਚ ਵੀ ਉਹਨਾਂ ਦਾ ਜਿਹੜਾ ਨੁਮਾਇੰਦਾ ਗਿਆ ਸੀਗਾ ਮੈਨੂੰ ਚੈਨਲ ਦਾ ਨਾਮ ਵਿਸਰ ਗਿਆ ਉਹ ਉਹਨੂੰ ਖੁਦ ਮਤਲਬ ਜਿਹੜਾ ਐਂਕਰ ਆ ਉਹਨੇ ਕਿਹਾ ਬਈ ਤੁਸੀਂ ਕਦੇ ਅਕਾਲ ਤਖ਼ਤ ਸਾਹਿਬ ਤੇ ਆ ਜਿਹੜੀਆਂ ਗੱਲਾਂ ਤੁਸੀਂ ਕਰਦੇ ਆ ਇਹਦੀ ਮਤਲਬ ਕੋਈ ਚਿੱਠੀ ਪੱਤਰ ਜਾਂ ਕੋਈ ਗੱਲਬਾਤ ਜਾਂ ਕੋਈ ਸ਼ਿਕਾਇਤ ਕੀਤੀ ਆ ਜਾਂ ਨਹੀਂ ਤੇ ਕੋਈ ਜਵਾਬ ਨਹੀਂ ਨਹੀਂ ਹੈ ਹੀ ਨੀ ਉਹਨਾਂ ਕੋਲੇ ਦੇਖੋ ਨਿਊਜ਼ 18 ਤੇ ਗੱਲਬਾਤ ਸ਼ਾਇਦ ਹੋਈ ਸੀ ਉਹਨਾਂ ਦਾ ਨੁਮਾਇੰਦਾ ਗਿਆ ਸੀ ਉਹ ਨੁਮਾਇੰਦਾ ਜਿਹੜਾ ਕਹਿ ਰਿਹਾ ਸੀ
ਦਰਬਾਰ ਸਾਹਿਬ ਇਮਾਰਤ ਆਮ ਇਮਾਰਤ ਕਿਵੇਂ ਨਹੀਂ ਆ ਇਹ ਸਾਨੂੰ ਦੱਸੋ, ਅਕਾਲ ਤਖ਼ਤ ਸਾਹਿਬ ਆਮ ਇਮਾਰਤ ਕਿਵੇਂ ਨਹੀਂ ਆ ਸਾਨੂੰ ਦੱਸੋ, ਅੰਮ੍ਰਿਤ ਸਰੋਵਰ ਬਾਰੇ ਵੀ ਏਦਾਂ ਕਹਿ ਰਿਹਾ ਸੀ, ਉਹਨਾਂ ਦਾ ਨੁਮਾਇੰਦਾ ਉਹਨਾਂ ਨੂੰ ਕਹਿ ਰਿਹਾ ਸਾਰਾ ਕੁਛ, ਉਹਨਾਂ ਨੇ ਅੱਜ ਤੱਕ ਉਹਨੂੰ ਕੰਡੈਮ ਨਹੀਂ ਕੀਤਾ, ਉਹ ਆਪ ਸਾਰੀਆਂ ਗੱਲਾਂ ਉਹਨੇ ਪਹਿਲਾਂ ਆਪ ਕਹੀਆਂ ਨੇ ਤਾਂ ਉਹ ਨੁਮਾਇੰਦਾ ਕਹਿ ਰਿਹਾ, ਤੇ ਹੁਣ ਉਹ ਆਪ ਵੀ ਮੁੱਕਰ ਰਿਹਾ ਵੈਸੇ, ਹੁਣ ਉਹ ਕਹਿੰਦਾ ਮੈਂ ਕਦੋਂ ਦਰਬਾਰ ਸਾਹਿਬ ਨੂੰ ਨੀ ਮੰਨਦਾ, ਮੈਂ ਅਕਾਲ ਤਖ਼ਤ ਨੂੰ ਨੀ ਮੰਨਦਾ, ਮੈਂ ਅੰਮ੍ਰਿਤ ਸਰੋਵਰ ਨੂੰ ਨੀ ਮੰਨਦਾ, ਮੈਂ ਅੰਮ੍ਰਿਤ ਸੰਚਾਰ ਨੂੰ ਨੀ ਮੰਨਦਾ, ਮੈਂ ਜਿਹੜਾ ਹੈਗਾ ਸਿੱਖ ਇਤਿਹਾਸ ਨੂੰ ਨੀ ਮੰਨਦਾ, ਮੈਂ ਤਾਂ ਸਾਰੇ ਕਾਸੇ ਨੂੰ ਮੰਨਦਾ, ਹੁਣ ਉਹ ਕਹੀ ਜਾਂਦਾ ਮੈਂ ਸਾਰੇ ਕਾਸੇ ਨੂੰ ਮੰਨਦਾ, ਪਹਿਲਾਂ ਕਹਿੰਦਾ ਸੀ ਪਹਿਲਾਂ ਕਹਿੰਦਾ ਬੰਦੇ ਦਾ ਲਿਖਿਆ ਇਹਨੂੰ ਪਰੇ ਕਰ ਦਿਓ, ਕਹਿੰਦਾ ਮੈਂ ਬਾਣੀ ਪੜ੍ਹਦਾ ਮੇਰੀ ਰੂਹ ਖੁਸ਼ ਹੁੰਦੀ, ਮੈਂ ਇਤਿਹਾਸ ਪੜ੍ਹਦਾ ਮੈਨੂੰ ਕਚੀਚੀਆਂ ਆਉਂਦੀਆਂ ਗ੍ਰੰਥ ਪੜ੍ਹਦਾ ਦੇ, ਹੁਣ ਦੱਸੋ ਜਿਹਨਾਂ ਨੂੰ ਪੜ੍ਹ ਕੇ ਕਚੀਚੀਆਂ ਕਹਿ ਰਿਹਾ ਸੀ, ਹੁਣ ਕਹਿੰਦਾ ਮੈਂ ਪੜ੍ਹਦਾ ਮੈਂ ਮੰਨਦਾ, ਜਾਣ ਕੇ ਮੈਂ ਸਮਝਦਾ ਕਿ ਉਹ ਜਿਹੜੀ ਲੜਾਈ ਹੈ ਸਿਸਟਮ ਦੀ ਗੱਲ ਵੀ ਮੈਂ ਪਹਿਲਾਂ ਕਹਿ ਚੁੱਕਿਆ ਵੀ ਸਿਸਟਮ, ਪਹਿਲਾਂ ਸਰਸੇ ਵਾਲਾ ਕਹਿੰਦਾ ਮੇਰਾ ਸਿਸਟਮ ਇਹ ਲੱਗਿਆ, ਸਿਸਟਮ ਇਹ ਲੱਗਿਆ, ਉਹਦਾ ਸਿਸਟਮ ਇਹ ਲਿਆ ਜੋ ਸੁਨਾਰੀਆ ਜੇਲ੍ਹ ਚ ਬੈਠਾ ਵਾ, ਪਹਿਲਾਂ 20 ਸਾਲ ਹੋਈ, ਉਦੋਂ ਬਾਅਦ ਉਮਰ ਕਹਿ 2 ਵਜੇ ਪੈਂਡਿੰਗ ਆ, 20 ਸਾਲ ਅਸੀਂ ਉਹਦੇ ਨਾਲ ਲੜੇ ਆ, ਸਾਰਾ ਕੁਛ ਸੰਗਤ ਨੂੰ ਸਾਰਾ ਕੁਛ ਚਾਨਣ ਸਭ ਪਤਾ ਆ, ਹੁਣ ਐਵੇਂ ਕਈ ਵਾਰੀ ਏਦਾਂ ਦਾ ਹੁੰਦਾ ਬੰਦੇ ਅੰਨੇ ਭਗਤ ਬਣੇ ਹੋਏ ਨਾ, ਸਾਰੀਆਂ ਗੱਲਾਂ ਭੁੱਲ ਜਾਂਦੇ ਕਿ ਵੀ ਬੰਦਾ ਕੀ ਲੜਿਆ ਮਰਿਆ ਕਿਹਨੇ ਕੀ ਕੀਤਾ, ਉਹ ਸਾਰਾ ਕੁਛ ਇੱਥੇ ਸੁਹਾਗਾ ਫੇਰ ਕੇ ਬਸ ਉਹ ਇੱਕ ਲਕੀਰ ਦੇ ਫਕੀਰ ਬਣ ਜਾਂਦੇ ਆ ਜਿਹੜੇ ਉਹਨਾਂ ਨੂੰ ਫਾਲੋ ਕਰਨ ਲੱਗ ਜਾਂਦੇ ਆ, ਹੁਣ ਅੱਜ ਉਹਦਾ ਦੇਖੋ ਸਿਸਟਮ ਕਿੱਥੇ, ਹੁਣ ਭਾਈ ਰਣਜੀਤ ਸਿੰਘ ਸਿਸਟਮ ਸਿਸਟਮ ਦੀਆਂ ਗੱਲਾਂ ਕਰ ਰਿਹਾ, ਸਿਸਟਮ ਸਿਸਟਮ ਕੁਦਰਤ ਸਿਸਟਮ, ਤੇ ਉਹ ਪਤਾ ਨੀ ਹੁਣ ਕੀ ਹਾਲ ਲੱਗੀ, ਮੈਂ ਤੇ ਕਿਤੇ ਤੁਹਾਡੇ ਮੂੰਹ ਤੋਂ ਇਹ ਲਾਲ ਕਦੀ ਨੀ ਸੁਣਿਆ ਕਿ ਜਿਹੜੇ ਉਹਨੂੰ ਵੀ ਸੁਣ ਜਾਂਦੇ ਤੁਸੀਂ ਭੇਡਾਂ ਦਾ ਵਰਤਿਆ ਹੋਵੇ, ਮੈਂ ਅੱਜ ਤੱਕ ਨਹੀਂ ਕਦੇ, ਪਰ ਉਹਨਾਂ ਨੇ ਦੀਵਾਨ ਦੇ ਵਿੱਚ ਕਿਹਾ ਦੇਖੋ ਜੀ ਇਹ ਭੇਡਾਂ ਇਹੋ ਜਿਹੀਆਂ ਇਹਨਾਂ ਨੂੰ ਕੋਈ ਮੰਨੇ ਨੀ ਸਕਦਾ, ਨਹੀਂ ਨਹੀਂ ਭੇਡਾਂ ਮੈਂ ਲਫ਼ਜ਼ ਨੀ ਕਦੇ ਵਰਤਿਆ, ਜਿਹੜੇ ਹੁਣ ਕਮੈਂਟਾਂ ਚ ਚੱਲਦਾ ਕੋਈ ਸਾਨੂੰ ਗਲਤ ਲਿਖ ਦਿੰਦਾ ਕੋਈ ਉਹਨਾਂ ਨੂੰ ਲਿਖ ਦਿੰਦਾ, ਉਹ ਲਿਖਣ ਵਾਲੇ ਕੌਣ ਆ ਰੱਬ ਜਾਣਦਾ ਹਨਾ, ਪਰ ਮੇਰੇ ਮੂੰਹੋਂ ਕਦੇ ਤੁਸੀਂ ਸੁਣਿਆ ਹੋਵੇ ਜੀ, ਤਾਂ ਗੁਰੂ ਕੀ ਸੰਗਤ ਉਹਨਾਂ ਸੰਗਤ ਨੂੰ ਜਿਹੜੇ ਕਥਾ ਕੀਰਤਨ ਸੁਣਨ ਜਾਂਦੇ ਆ ਉਹਨਾਂ ਨੂੰ ਭੇਡਾਂ ਕਹਿਣਾ ਤਾਂ ਦੂਰ ਦੀ ਗੱਲ, ਮੈਂ ਜਿਹੜੇ ਸਰਸੇ ਵਾਲੇ ਦੇ ਪੈਰੋਕਾਰ ਸੀ ਨਾ, ਮੈਂ ਹਮੇਸ਼ਾ ਐਲਾਨੀਆਂ ਕਹਿੰਦਾ ਰਿਹਾ ਕਿ ਸਾਡੀ ਸਰਸੇ ਵਾਲੇ ਨਾਲ ਲੜਾਈ ਆ, ਪੈਰੋਕਾਰਾਂ ਨਾਲ ਨਹੀਂ ਆ, ਉਹ ਸਾਡੇ ਭੈਣ ਭਰਾ ਨੇ, ਅੱਜ ਗੁਮਰਾਹ ਹੋਏ ਆ ਕੱਲ ਨੂੰ ਰਸਤੇ ਤੇ ਆ ਜਾਣਗੇ, ਜਦੋਂ 2007 ਜੋ ਗੁਮਨਾਮਾ ਜਾਰੀ ਵੀ ਹੋਇਆ ਉਦੋਂ ਧੜਾਧੜ ਬੰਦੇ ਜਿਹੜੇ ਸਰੂਪੋ ਲੈ ਕੇ ਪੰਥ ਚ ਸ਼ਾਮਲ ਹੋਏ ਸੀ, ਉਦੋਂ ਬਾਅਦ ਜਦੋਂ ਉਹ ਜੇਲ੍ਹ ਚ ਗਿਆ ਉਦੋਂ ਕਿੰਨੇ ਉਹਨੂੰ ਛੱਡ ਕੇ ਜਿਹੜੇ ਬੰਦੇ ਸੀ ਉਹ ਪੰਥ ਚ, ਸਾਡੇ ਭੈਣ ਭਰਾ ਗੁਮਰਾਹ ਹੋਏ ਸੀ, ਸੱਚਾਈ ਸਾਹਮਣੇ ਆ ਗਈ, ਉਹ ਗੁਰੂ ਪੰਥ ਵਿੱਚ ਸ਼ਾਮਲ ਹੋ ਗਏ, ਇਸੇ ਤਰ੍ਹਾਂ ਜਿਹੜੇ ਅੱਜ ਢੱਡੀਆਂ ਵਾਲੇ ਨੂੰ ਸੁਣਨ ਵਾਸਤੇ ਜਾਂਦੇ ਆ, ਮੈਂ ਸਮਝਦਾ ਵੀ ਜਿਹੜੇ ਅੱਜ ਜਿਹੜੇ ਉਹ ਕਥਾ ਕੀਰਤਨ ਸੁਣਨ ਜਾਂਦੇ ਆ ਉਹ ਤਾਂ ਪਹਿਲਾਂ ਹੀ ਗੁਰੂ ਦੇ ਸਿੱਖ ਆ, ਪਰ ਜਿੱਦਾਂ ਉਹ ਸਮਝਦਾ ਵਾ ਵੀ ਇਹ ਜਿਹੜੇ ਪੱਕੇ ਮੇਰੇ ਫਾਲੋਅਰ ਬਣ ਗਏ ਆ ਉਹ ਫਾਲੋਅਰ ਨਹੀਂ ਆ, ਉਹਨਾਂ ਨਾਲ ਸਾਡੀ ਲੜਾਈ ਕੋਈ ਨੀ, ਸਾਡੇ ਭੈਣ ਭਰਾ ਨੇ ਸਮਝ, ਅਸੀਂ ਤਾਂ ਰਣਜੀਤ ਸਿੰਘ ਨੂੰ ਵੀ ਕਹਿੰਦੇ ਆ ਉਹਦੇ ਨਾਲ ਵੀ ਸਾਡੀ ਲੜਾਈ ਕੋਈ ਨੀ, ਉਹ ਵੀ ਸਾਡਾ ਹੀ ਭਰਾ ਆ, ਪਰ ਉਹ ਸਮਝ ਕੇ ਇਸ ਗੱਲ ਨੂੰ ਇਸ ਭਰਾਵਾਂ ਵਾਲੇ ਰਸਤੇ ਤੇ ਆਵੇ, ਉਹ ਜਿਹੜੀਆਂ ਗੱਲਾਂ ਕਹਿ ਰਿਹਾ ਸਾਨੂੰ ਉਹਨਾਂ ਦਾ ਇਤਰਾਜ਼ ਆ, ਸਾਰਾ ਕੁਛ ਸਮਝਦੇ ਹੋਏ ਵੀ ਜਾਣ ਕੇ ਪਖੰਡ ਕਰ ਰਿਹਾ ਜਾਂ ਜਾਣ ਕੇ ਲੋਕਾਂ ਨੂੰ ਭੁਲੇਖੇ ਚ ਰੱਖ ਰਿਹਾ ਵੀ ਮੈਂ ਮਤਲਬ ਜਿਹੜੀ ਉਹ ਗੱਲ ਨੂੰ ਐਕਸੈਪਟ ਨਹੀਂ ਕਰ ਰਿਹਾ, ਇੱਕ ਗੱਲ ਤਾਂ ਜਿਹੜੀ ਸਰੇਆਮ ਲੱਗਦੀ ਆ ਕਿ ਉਹ ਜਿਸ ਰਾਹ ਦੇ ਤੁਰ ਪਏ ਆ ਨਾ ਉਹਨਾਂ ਦੀ, ਜਿਵੇਂ ਜਦੋਂ ਦਾ ਉਹਨਾਂ ਦਾ ਉਹ ਹਮਲਾ ਹੋਇਆ ਉਸ ਵੇਲੇ ਤੋਂ ਟਰੈਕ ਚੇਂਜ ਕੀਤਾ, ਉਸ ਰਾਹ ਤੋਂ ਮੁੜਨਾ ਨੀ ਚਾਹੁੰਦੇ, ਅੱਛਾ
ਦੂਸਰਾ ਇਹ ਲੱਗਦਾ ਜਿਵੇਂ ਉਹਨਾਂ ਪਿੱਛੇ ਕੋਈ ਸਿੱਖ ਵਿਰੋਧੀ ਐਸੀ ਸਾਜਿਸ਼ ਖੜ ਗਈ ਹੈ ਜਿਹੜੀ ਉਹਨਾਂ ਨੂੰ ਹੱਲਾਸ਼ੇਰੀ ਦੇ ਰਹੀ ਹੈ, ਪੰਥ ਨਾਲ ਲੜੋ, ਹਰੇਕ ਨੂੰ ਕੰਡੈਮ ਕਰ ਦਿਓ, ਹਰੇਕ ਤੇ ਸੁਹਾਗਾ ਫੇਰ ਦਿਓ, ਦਾਦੂ ਵਾਲ ਬੋਲਦਾ ਦਾਦੂ ਵਾਲ ਤੇ ਕਮੈਂਟ ਕਰ ਦਿਓ, ਜਨਾਲਾ ਬੋਲਦਾ ਜਨਾਲੇ ਤੇ ਕੰਡੈਮ ਕਮੈਂਟ ਕਰ ਦਿਓ, ਯਾਨੀ ਹਰ ਪ੍ਰੀਸੋਂ ਬੋਲਦਾ ਉਹਨਾਂ ਤੇ ਕਮੈਂਟ ਕਰ ਤਨਜ ਕਰ ਦਿਓ, ਕਿਸੇ ਨੂੰ ਵੀ ਬਖਸ਼ੋ ਨਾ। ਉਹ ਜਿਹੜੀ ਵਿਰੋਧੀ ਸਿੱਖ ਵਿਰੋਧੀ ਤਾਕਤ ਹੈ ਨਾ, ਮੈਂ ਸਮਝਦਾ ਵੀ ਉਹ ਪਿੱਛੇ ਖੱਟ ਗਈ ਹੈ, ਜਿਸ ਕਾਰਨ ਕਰਕੇ ਭਾਈ ਰਣਜੀਤ ਸਿੰਘ ਰਸਤੇ ਤੇ ਨਹੀਂ, ਲਾਈਨ ਤੇ ਨਹੀਂ ਆ ਰਿਹਾ। ਕਿਉਂਕਿ ਦੋ ਵੀਕਾਂ ਪਹਿਲਾਂ ਜਦੋਂ ਤੁਸੀਂ ਤੁਹਾਡੀ ਵੀ ਇੰਟਰਵਿਊ ਮੈਂ ਸੁਣੀ ਆ, ਤੁਸੀਂ ਵੀ ਦੱਸਿਆ ਕਿ ਲੜਾਈ ਜਿਹੜੀ ਹੈ ਟਕਸਾਲ ਵਰਸਿਸ ਢੱਡਰੀਆਂ ਵਾਲਾ ਨਹੀਂ ਗੀ, ਪੰਥ ਦੀ ਹੋ ਗਈ ਆ, ਪਰ ਇੱਕ ਦੋ ਦਿਨ ਤੋਂ ਫੇਰ ਉਹ ਜਿੱਦਾਂ ਉਹਨੂੰ ਮੋੜ ਕੇ ਇੱਦਾਂ ਲਿਆਈਏ ਪੇਸ਼ ਕੀਤਾ ਜਾ ਰਿਹਾ ਵੀ ਜਿੱਦਾਂ ਲੜਾਈ ਬਾਬਾ ਹਰਨਾਮ ਸਿੰਘ ਦੀ ਤੇ ਭਾਈ ਰਣਜੀਤ ਸਿੰਘ ਦੀ। ਨਹੀਂ ਬਿਲਕੁਲ ਨੀ, ਇਹ ਤਾਂ ਪਹਿਲਾਂ ਸੀ ਜਦੋਂ ਸ਼ੁਰੂਆਤ ਸੀ, ਪਰ ਹੁਣ ਤਾਂ ਇਸ ਵੇਲੇ ਪੰਥ ਦੀ ਕੌਮ ਦੀ ਬਣ ਚੁੱਕੀ ਆ, ਹੁਣ ਛੱਡਿਆ ਕਿ ਉਹਨੂੰ ਹਰੇਕ ਦੇ ਉੱਤੇ ਟੀਕਾ ਟਿੱਪਣੀ ਆ, ਹਰੇਕ ਦੇ ਨਾਲ ਜਿਹੜਾ ਹੈਗਾ ਲੜਾਈ ਵਿੱਢੀ ਹੋਈ ਆ ਭਾਈ ਰਣਜੀਤ ਸਿੰਘ ਨੇ, ਹਰੇਕ ਨੂੰ ਸੁਹਾਗਾ ਹੀ ਮਾਰੀ ਤੁਰਿਆ ਚਲੇ ਜਾਂਦਾ, ਹਰੇਕ ਜਿਹੜੇ ਸਾਡੇ ਸੰਵਿਧਾਨ ਜੋ ਵੀ ਹੈਗੀਆਂ ਮਰਿਆਦਾਵਾਂ ਨੇ ਸਾਰੀਆਂ ਉਹਨਾਂ ਤੇ। ਹਾਂਜੀ, ਬਹਾਨਾ ਸ਼੍ਰੀ ਅਕਾਲ ਤਖਤ, ਗੁਮਰਾਹ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਦੇ ਨਾਂ ਤੇ, ਮੈਂ ਪਹਿਲਾਂ ਕਹਿ ਚੁੱਕਿਆ ਜੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਇੰਨ ਬਿੰਨ ਭਾਈ ਰਣਜੀਤ ਸਿੰਘ ਮੰਨਦਾ ਤਾਂ ਫਿਰ ਧਾਰਨਾ ਦੀ ਵਰਤੋਂ ਕਿਉਂ, ਉਹਦੇ ਚ ਤਾਂ ਲਿਖਿਆ ਨਹੀਂ ਆ। ਫਿਰ ਆ ਜਿਹੜੀਆਂ ਸਿੱਠਣੀਆਂ ਗਾਈਆਂ ਜਾਂਦੀਆਂ ਇਹਦੇ ਲਈ ਕੀ ਰਾਹ ਆ ਅਕਾਲ ਤਖ਼ਤ ਦੀ ਮਰਿਆਦਾ ਚ, ਫਿਰ ਅਕਾਲ ਤਖ਼ਤ ਦੀ ਮਰਿਆਦਾ ਕਹਿੰਦੀ ਅੰਮ੍ਰਿਤ ਵੇਲੇ ਪਹਿਰ ਰਾਤ ਰਹਿੰਦੀ ਉੱਠ ਕੇ ਇਸ਼ਨਾਨ ਕਰਨਾ ਬਾਣੀ ਪੜ੍ਹਨੀ, ਭਾਈ ਰਣਜੀਤ ਸਿੰਘ ਕਹਿੰਦਾ ਵੀ ਤੁਸੀਂ ਨੀਂਦ ਪੂਰੀ ਲਓ, ਆਪਣੇ ਬੈਟਰੀ ਦੇ ਸੈੱਲ ਚਾਰਜ ਕਰੋ, ਕਿ ਅੰਮ੍ਰਿਤ ਵੇਲੇ ਦੀ ਕੋਈ ਗੱਲ ਨੀ, ਅੰਮ੍ਰਿਤ ਵੇਲੇ ਦੀ ਮਹਾਨਤਾ ਨੂੰ ਰੱਦ ਕਰਦਾ। ਫੇਰ ਭਾਈ ਰਣਜੀਤ ਸਿੰਘ ਨੇ ਅੱਜ ਤੱਕ ਅੰਮ੍ਰਿਤ ਸੰਚਾਰ ਚ ਬੀਬੀਆਂ ਕਿਉਂ ਨੀ ਲਾਈਆਂ, ਉਹ ਜੋ ਸ਼੍ਰੋਮਣੀ ਕਮੇਟੀ ਵੱਲੋਂ ਮਰਿਆਦਾ ਸਾਹਿਬ ਦੀ, ਉਹ ਤਾਂ ਅੱਜ ਤੱਕ ਸ਼੍ਰੋਮਣੀ ਕਮੇਟੀ ਨੇ ਨੀ ਲਾਈਆਂ, ਉਹ ਵੀ ਨਹੀਂ ਲਾ ਸਕੇ, ਹੈਨਾ। ਅੱਜ ਤੱਕ ਉਹ ਦਰਬਾਰ ਸਾਹਿਬ ਦੇ ਵਿੱਚ ਬੀਬੀਆਂ ਨੂੰ ਕੀਰਤਨ ਦੀ ਇਜਾਜ਼ਤ ਨਹੀਂ ਦਿੱਤੀ ਗਈ, ਅੱਜ ਤੱਕ ਬੀਬੀ ਵੀ ਇਹ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਰਹੀ ਹੈ, ਬੀਬੀ ਜਗੀਰ ਕੌਰ, ਪੰਜ ਪਿਆਰਿਆਂ ਚ ਨੀ ਉਹ ਲਾ ਸਕੇ। ਤੇ ਫਿਰ ਭਾਈ ਰਣਜੀਤ ਸਿੰਘ ਕਹਿੰਦਾ ਮੈਂ ਇਹਨੂੰ ਬਿੰਨ ਮਰਜ਼ਾਦਾ ਮੰਨਦਾ, ਫਿਰ ਮੈਨੂੰ ਦੱਸੇ ਪਿਛਲੇ 15-20 ਸਾਲ ਜਦੋਂ ਦਾ ਪ੍ਰਚਾਰ ਕਰਦਾ ਕਿੰਨੇ ਥਾਈ ਉਹਨੇ ਬੀਬੀਆਂ ਲਾ ਕੇ ਅੰਮ੍ਰਿਤ ਸੰਚਾਰ ਕਰਾਇਆ, ਫਿਰ ਕਿਉਂ ਗੁਮਰਾਹ ਕੀਤਾ ਜਾਂਦਾ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਨਾਲ। ਹਾਂ, ਜਿੰਨੀਆਂ ਕੁ ਉਹ ਕਹਿੰਦੇ ਜਿੰਨੀਆਂ ਕੁ ਸਾਨੂੰ ਰਾਸ ਆਉਂਦੀਆਂ ਓਨੀਆਂ ਕੁ ਗੱਲਾਂ ਮੰਨ ਲਓ, ਜਿਹੜੀਆਂ ਨਹੀਂ ਆਉਂਦੀਆਂ ਉਹ ਛੱਡ ਦੋ, ਅਸੀਂ ਅਕਾਲ ਤਖ਼ਤ ਸਾਹਿਬ ਨੂੰ ਤੇ ਮੰਨਦੇ ਨੀ, ਤੇ ਅਸੀਂ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਦੇ ਨਾਂ ਦੇ ਲੋਕਾਂ ਨੂੰ ਗੁਮਰਾਹ ਕਰਦੇ ਆ, ਉਹ ਇੱਕ ਖਰੜੇ ਨੂੰ ਪ੍ਰਵਾਨਤ ਮਰਿਆਦਾ। ਇਹ ਤਾਂ ਸਾਰੀ ਗੱਲ ਜਿਹੜੀ ਆ, ਦੇਖੋ ਹੁਣ ਸਾਰੀ ਗੱਲ ਜਿਹੜੀ ਆ ਸਭ ਦੇ ਧਿਆਨ ਵਿੱਚ ਆ, ਠੀਕ ਹੈ, ਹੈਨਾ। ਤੇ ਜਿਹੜੀਆਂ ਪੰਥ ਸੰਪਰਦਾਵਾਂ ਨੇ ਉਹਨਾਂ ਨੇ ਕਦੇ ਉਹ ਮਰਿਆਦਾ ਦਾ ਵੀ ਵਿਰੋਧ ਨੀ ਕੀਤਾ ਜੋ SGPC ਵੱਲੋਂ ਛਪਦੀ ਆ, ਠੀਕ ਹੈ, ਉਹਨਾਂ ਨੇ ਹਮੇਸ਼ਾ ਕਦੇ ਵਿਰੋਧ ਨੀ ਆਪਸੀ ਮਿਲਿਆ ਵਾ, ਇਹ ਜਦੋਂ ਪੰਥ ਇਕੱਠਾ ਹੋਊਗਾ ਉਦੋਂ ਇਹ ਸਾਰੀਆਂ ਗੱਲਾਂ ਜਿਹੜੀਆਂ ਕੋਈ ਘਾਟਾਂ ਵੱਢਦਾ ਨੇ ਉਹ ਦੂਰ ਹੋ ਜਾਣਗੀਆਂ, ਆਪਸ ਵਿੱਚ ਮਿਲ ਬਹਿ ਕੇ ਦੁਬਧਾਵਾਂ ਦੂਰ ਹੁੰਦੀਆਂ ਨਾ, ਪਰ ਉਹਨਾਂ ਦੇ ਏਡੇ ਏਡੇ ਝਗੜੇ ਬਖੇੜੇ ਖੜੇ ਕਰਦੇ ਨੇ, ਏਦਾਂ ਦੀਆਂ ਗੱਲਾਂ ਕਹਿਣਾ ਉਹਦੇ ਚ ਇਹ ਪ੍ਰਭਾਵ ਦੇਣਾ ਕਿ ਮੈਂ ਕ੍ਰਾਂਤੀਕਾਰੀ ਆ, ਮੈਂ ਇਨਕਲਾਬੀ ਆ, ਮੈਂ ਵੀ ਸਵਾਲ ਕੀਤਾ ਸੀ ਤੇ ਅਸੀਂ ਤੇ ਬਹੁਤ ਕਈ ਕੋਸ਼ਿਸ਼ ਕੀਤੀ ਹੈ ਜਿਹੜੇ ਸਾਡੇ ਲਿੰਕ ਆ ਉਹਨਾਂ ਦੇ ਰਾਹੀਂ ਵੀ ਭਾਈ ਰਣਜੀਤ ਸਿੰਘ ਨਾਲ ਵੀ ਸਾਡੀ ਵੀ ਇੰਟਰਵਿਊ ਹੋ ਜਾਵੇ, ਅਸੀਂ ਵੀ ਉਹਨਾਂ ਨੂੰ ਕੋਈ ਸਵਾਲ ਪੁੱਛ ਲਈਏ, ਪਰ ਚਲੋ ਜੇ ਕਿਤੇ ਸਮਾਂ ਲੱਗਾ ਕਦੀ ਵੀ ਜ਼ਰੂਰ ਆ। ਵੀ ਇਹ ਜਿਹੜੇ ਹੋਰ ਪੰਥ ਦੇ ਮਸਲੇ ਆ, ਅਸੀਂ ਇਸ ਮਸਲੇ ਨੂੰ ਇੱਦਾਂ ਬਣਾ ਦਿੱਤਾ ਆ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਵੀ ਜਿੱਦਾਂ ਪੰਥ ਦੇ ਕੋਲ ਹੋਰ ਕੋਈ ਮਸਲਾ ਹੀ ਨੀ ਰਹਿ ਗਿਆ, ਜਦੋਂ ਕਿ ਜੇਲ੍ਹਾਂ ਦੇ ਵਿੱਚ ਬੰਦ ਨੌਜਵਾਨ ਮਤਲਬ 25-30 ਸਾਲ ਹੋ ਗਿਆ, ਕੌਮ ਦੇ ਪੰਜਾਬ ਦੇ ਹੱਕਾਂ ਦੀ ਗੱਲ, ਕਿਸਾਨ ਮਰ ਰਹੇ ਆ, ਲੋਕੀ ਮਤਲਬ ਨਸ਼ੇ ਦੇ ਨਾਲ ਪੰਜਾਬ ਚ ਮਰ ਰਹੇ ਆ, ਉਧਰ ਨੂੰ ਕੋਈ ਧਿਆਨ ਨੀ। ਜਿਹੜੇ ਕਾਠੀ ਮਤਲਬ ਭਾਵੇਂ ਆ, ਜਿਹੜਾ 7 ਤਰੀਕ ਨੂੰ ਵੀ ਪ੍ਰੋਗਰਾਮ ਕੀਤਾ, ਉਹਦੇ ਚ ਕੋਈ ਏਦਾਂ ਦਾ ਮੈਸੇਜ ਨੀ ਗਾ ਲੋਕਾਂ ਨੂੰ ਵੀ ਜਿਹਦੇ ਤੋਂ ਪੰਜਾਬ ਸੇਧ ਲੈ ਕੇ ਪੰਜਾਬ ਚੜ੍ਹਦੀ ਕਲਾ ਚ ਜਾ। ਜੇ ਤਾਂ ਇਸ ਮੈਸੇਜ ਦੇਣ ਵਾਸਤੇ ਇਕੱਠ ਹੁੰਦੇ ਹੋਣ, ਫਿਰ ਤਾਂ ਮੈਸੇਜ ਦੇਣ,
ਉਹ ਤਾਂ ਇਕੱਠ ਕਰ ਰਹੇ ਆ ਸਿਰਫ ਟਾਰਗੇਟ ਕਰਨ ਲਈ ਦੂਜਿਆਂ। ਜਿਸ ਤਰੀਕੇ ਨਾਲ ਤੁਸੀਂ ਸੁਣਿਆ ਦੋ ਘੰਟਾ ਦੋ ਘੰਟੇ ਦਾ ਦੀਵਾਨ ਲਾਇਆ ਹੋਊਗਾ, ਤੁਸੀਂ ਸਾਰਾ ਸੁਣ ਲਓ ਗੁਰਬਾਣੀ ਦੀ ਘੱਟ ਗੱਲ ਕਿੰਨੇ ਕਮੈਂਟ ਕੀਤੀ ਹੈ ਤੇ ਬਾਕੀ ਸਾਰੀ ਆਹੀ ਗੱਲਾਂ ਆਹ ਗੱਲਾਂ ਕਰਨ ਵਾਸਤੇ ਤਾਂ ਘੱਟ, ਉੱਥੇ ਕੋਈ ਕਿਸਾਨੀ ਜਵਾਨੀ ਨੂੰ ਬਚਾਉਣ ਵਾਸਤੇ ਥੋੜੀ ਕੀਤਾ ਜਾਂਦਾ। ਉਹ ਧਿਆਨ ਇੱਧਰ ਹੀ, ਮੈਂ ਪਹਿਲਾਂ ਵੀ ਕਿਹਾ ਸੀਗਾ ਵੀ ਧਿਆਨ ਇੱਧਰ ਜੋੜਨਾ ਚਾਹੀਦਾ, ਬੇਅਦਬੀ ਦਾ ਪੂਰਾ ਇਨਸਾਫ਼ ਨੀ ਹੋਇਆ, ਬੰਦੀ ਸਿੰਘ ਬੈਠੇ ਰਿਹਾ ਨੀ ਹੋਏ, ਸੈਂਟਰ ਗਵਰਨਮੈਂਟ ਨੇ ਗਏ 8 ਰਿਹਾ ਅਸੀਂ ਕਰਾਂਗੇ, ਗੁਰਪੁਰਬ ਤੇ 5.5 ਸਾਲ ਆ ਤੇ ਤੂੰ 8 ਬਣੀ, ਉਹ 2 ਦਿਨ ਹੀ ਕੀਤੇ ਆ ਬਾਕੀ ਉਹ ਨੀ ਕੀਤੇ, ਭਾਈ ਰਾਜੋਆਣੀ ਦੀ ਫਾਂਸੀ ਮੁੜ ਬਰਕਰਾਰ ਕਰਤੀ ਆ ਉਹ ਰੱਦ ਨੀ ਕੀਤੀ। ਸੋ ਇਸ ਤਰ੍ਹਾਂ ਦੇ ਜਿਹੜੇ ਮਸਲੇ ਆ, ਮੈਂ ਤਾਂ ਪਹਿਲਾਂ ਕਿਹਾ ਵੀ ਜਿਹੜੇ 10-20 ਹਜ਼ਾਰ ਤੁਹਾਨੂੰ ਸੁਣਨ ਵਾਲੇ ਆ ਉਹਨਾਂ ਨੂੰ ਲੈ ਕੇ ਬੈਠੋ ਕਿਸੇ ਦਿਨ ਬੰਦੀ ਸਿੰਘਾਂ ਦੀ ਰਿਹਾਈ ਲਈ, ਬੈਠੋ ਕਿਸੇ ਦਿਨ ਬੇਅਦਬੀ ਦੇ ਇਨਸਾਫ਼ ਲਈ, ਬੈਠੋ ਕਿਸੇ ਦਿਨ ਕਿਸਾਨੀ ਵਾਸਤੇ ਵੀ ਇਹ ਖੁਦਕਸ਼ੀਆਂ ਕਰ ਰਹੇ ਆ, ਇਹਨਾਂ ਦੀਆਂ ਜ਼ਮੀਨਾਂ ਇਹਨਾਂ ਦੀ ਜਿਨਸਾਂ ਦੇ ਭਾਅ ਜਿਹੜੇ ਉਹ ਵਧਣ, ਇਹਨਾਂ ਦੀਆਂ ਫਸਲਾਂ ਦੇ ਭਾਅ ਵਧਣ, ਇਹਨਾਂ ਦੇ ਹੱਥ ਆਉਣ, ਬੈਠੋ ਕਿਸੇ ਦਿਨ ਨਸ਼ਿਆਂ ਦੇ ਖਿਲਾਫ਼ ਵੀ ਜਿਹੜੇ ਨਸ਼ੇ ਵਿਕਾ ਰਹੇ ਆ ਸਮਗਲਰ, ਇਹਨਾਂ ਤੇ ਸਖ਼ਤ ਕਾਰਵਾਈ ਹੋਵੇ, ਜਿਹੜੇ ਜਵਾਨ ਆ ਨਸ਼ਿਆਂ ਤੋਂ ਬਚਣ, ਇਸ ਪਾਸੇ ਧਿਆਨ ਦਿਓ, ਇਸ ਪਾਸੇ ਤਾਂ ਕੋਈ ਧਿਆਨ ਨੀ। ਉਹ ਦੂਜਿਆਂ ਨੂੰ ਕਹਿ ਕੇ ਉਹੀ ਭੰਡੀ ਜਾਣਾ, ਇਹ ਪੁਜਾਰੀ ਜੀ ਇਹ ਪੈਸਾ ਇਕੱਠਾ ਕਰਦੇ ਆ, ਹੁਣ ਇਸ 7 ਤਰੀਕ ਨੂੰ ਕਿੰਨਾ ਪੈਸਾ ਇਕੱਠਾ ਕੀਤਾ ਭਾਈ ਰਣਜੀਤ ਸਿੰਘ ਨੇ, 7 ਤਰੀਕ ਨੂੰ ਜੋ ਕੁਛ ਉੱਥੇ ਹੋਇਆ ਉੱਥੇ ਜਾਣ ਵਾਲੇ ਦੱਸਦੇ ਆ, ਜਿੰਨਾ ਪੈਸਾ ਉੱਥੇ ਜਿਹੜਾ ਉਹਨਾਂ ਇਕੱਠਾ ਕੀਤਾ, ਜਿੱਦਾਂ ਪਹਿਲਾਂ ਪੋਸਟਾਂ ਪਾਈਆਂ ਗਈਆਂ, ਇੱਕ ਪਾਸੇ ਦੂਜਿਆਂ ਨੂੰ ਕਹਿੰਦੇ ਆ ਮੰਗ ਖਾਣੇ ਆ ਸੰਤਾਂ ਸਾਧੂਆਂ ਨੂੰ, ਤੇ ਜਿੱਦਾਂ ਪੋਸਟਾਂ ਪਾ ਕੇ ਵੀ ਉੱਥੇ ਦਾ ਭਾਈ ਭਾਈ ਸਾਹਿਬ ਦੇ ਦੀਵਾਨ ਬੰਦ ਹੋ ਗਏ ਜੀ, ਹੁਣ ਭਾਈ ਸਾਹਿਬ ਦਾ ਲੰਗਰ ਵੀ ਚਲਾਉਣੇ ਜੀ, ਬਿਜਲੀ ਦੇ ਬਿੱਲ ਵੀ ਜਿੰਨਾ ਚਿਰ ਦੀਵਾਨ ਨੀ ਲੱਗਦੇ ਜੀ, ਖਰਚਾ ਆਪਾਂ ਚਲਾਉਣਾ ਜੀ, ਉਹ ਆਪਣੇ ਸਮੈਦੀਆਂ ਤੋਂ ਪੋਸਟਾਂ ਪਵਾ ਲਈਆਂ ਪੈਸੇ ਇਕੱਠੇ ਕੀਤੇ। ਮੈਂ ਤਾਂ ਪਹਿਲਾਂ ਕਿਹਾ ਸੀ ਭਾਈ ਰਣਜੀਤ ਸਿੰਘ ਨੂੰ ਵੀ ਆਪਾਂ ਪੰਥ ਦੇ ਸੇਵਾਦਾਰ ਆ, ਸਾਡੇ ਦਿਨ ਰਾਤ ਦੇ ਖਰਚੇ ਆਪਾਂ ਆਪਣੇ ਨਿੱਜੀ ਸੋਰਸਾਂ ਤੋਂ ਨਹੀਂ, ਇਹ ਪੰਥ ਹੀ ਕਰਦਾ, ਆਮ ਸੰਗਤ ਹੀ ਕਰਦੀ। ਗੁਰੂ ਸਾਹਿਬ ਨੇ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਅੰਮ੍ਰਿਤ ਸਰੋਵਰ ਦੀ ਸੇਵਾ ਸ਼ੁਰੂ ਕਰਾਈ ਤਾਂ ਗੁਰੂ ਸਾਹਿਬ ਨੇ ਵੀ ਸਿੱਖਾਂ ਨੂੰ ਰਾਜਿਆਂ ਮਹਾਰਾਜਿਆਂ ਕੋਲ ਪ੍ਰਚਾਰ ਲਈ ਵੀ ਭੇਜਿਆ ਉਹਨਾਂ ਇਲਾਕਿਆਂ ਚ, ਉਹਨਾਂ ਨੂੰ ਗੁਰੂ ਘਰ ਦੇ ਸੇਵਕ ਬਣਾਓ ਤੇ ਉਹ ਗੁਰੂ ਘਰ ਚ ਦਸਵੰਧ ਲੈ ਕੇ ਆਉਣ, ਗੁਰੂ ਘਰ ਦੀ ਕਾਰਜ ਜਿਹੜਾ ਹੁਣ ਸ੍ਰੀ ਗੋਇੰਦਵਾਲ ਸਾਹਿਬ ਦਾ ਲੰਗਰ ਸੰਗਤਾਂ ਰੋਜ਼ਾਨਾ ਰਸਤਾ ਬਸਤਾ ਲੈ ਕੇ ਜਾਂਦੀਆਂ ਸੀ, ਗੁਰੂ ਕੇ ਲੰਗਰ ਚੱਲਦੇ, ਸਾਰਾ ਕੁਛ ਸੰਗਤਾਂ ਨਾਲ ਚੱਲਦਾ, ਪਰ ਭਾਈ ਰਣਜੀਤ ਸਿੰਘ ਨੇ ਇੱਕ ਸਾਰਾ ਕੁਛ ਆਪਣੇ ਤੇ ਪਰਦਾ ਪਾਉਣ ਲਈ ਦੂਜਿਆਂ ਵਾਲੇ ਪਾਸੇ ਧਿਆਨ ਕਰਤਾ ਵੀ ਇਹ ਜੀ ਇਹ ਲੜੀਆਂ ਕਰਾਉਂਦੇ ਜੀ, ਇਹ ਮੰਗ ਖਾਂਦੇ ਜੀ, ਇਹ ਗਰਾਹੀ ਕਰਦੇ ਜੀ, ਜਦੋਂ ਕਿ ਪਰਮੇਸ਼ਰ ਦੁਆਰ ਦੀਆਂ ਬੋਰੀਆਂ ਉਹਨਾਂ ਦੀਆਂ ਆਪਣੀਆਂ ਛਪੀਆਂ ਪਈਆਂ ਨੇ, ਤੇ ਹੁਣ ਵੀ ਗਰਾਹੀ ਰਸਤਾ ਉਹੀ ਆ, ਬਸ ਕੰਨ ਘੁਮਾ ਕੇ ਫੜਦੇ ਸਿੱਧਾ ਨੀ ਫੜਦੇ, ਹੁਣ ਤਰੀਕੇ ਦੇ ਨਾਲ ਪੈਸਾ ਇਕੱਠਾ ਜਿਹੜਾ ਹੁਣ ਮੈਨੂੰ, ਮੈਂ ਪਹਿਲਾਂ ਕਿਹਾ ਵੀ ਭਾਈ ਰਣਜੀਤ ਸਿੰਘ ਦੱਸੇ ਉਹਦਾ ਫਾਰਮ ਹਾਊਸ ਕਿੱਥੇ ਆ, ਉਹਦੀਆਂ ਫੈਕਟਰੀਆਂ ਕਿੱਥੇ ਆ ਜਿੱਥੋਂ ਉਹਨੂੰ ਖਜ਼ਾਨਾ ਆਉਂਦਾ ਤੇ ਉਹ ਇਹ ਸਾਰਾ ਕੁਛ ਕਰ ਰਿਹਾ, ਉਹ ਸਾਰਾ ਕੁਛ ਤਾਂ ਤੁਹਾਡਾ ਉਹਨਾਂ ਵਾਂਗੂ ਚੱਲਦਾ ਜਿਹਨਾਂ ਨੂੰ ਤੁਸੀਂ ਨਿੱਤ ਨਿੰਦਦੇ ਆ ਭਾਂਡਦੇ ਆ, ਸਾਰਾ ਕੁਛ ਤੁਹਾਡਾ ਜਿੰਨਾ ਡੰਬਰਬਾਜੀ ਆ ਸਾਰੀ ਉਦਾਂ ਚੱਲਦੀ ਆ, ਤੇ ਤੁਸੀਂ ਨਿੰਦਦੇ ਵੀ ਉਹਨਾਂ ਨੂੰ ਆ, ਇਹ ਸਾਰਾ ਕੁਛ ਇਹ ਹੁੰਦਾ ਵੀ ਆਪਣੀਆਂ ਗੱਲਾਂ ਜਿਹੜੀਆਂ ਉਹ ਲੁਕਾ ਲਈਆਂ ਜਾਣ ਪਰਦੇ ਚ, ਤੇ ਦੂਜਿਆਂ ਵਾਲੇ ਪਾਸੇ ਧਿਆਨ ਪਾਉਣ ਦਾ ਜਿਹੜਾ ਸੰਗਤਾਂ ਦਾ ਕਰ ਦਿੱਤਾ ਜਾਵੇ, ਪਰ ਸੰਗਤਾਂ ਸੁਚੇਤ ਨੇ, ਕੁਝ ਗਿਣਤੀ ਦੇ ਬੰਦੇ ਹੋ ਸਕਦੇ ਜਿਹੜੇ ਕੋਈ ਜਿਹੜੇ ਆ ਅੰਧ ਭਗਤ ਆਪਾਂ ਕਹਿ ਸਕਦੇ ਆ ਵੀ ਜਿਹੜੇ ਬਲਾਇੰਡ ਫੇਥ ਏਦਾਂ ਦਾ ਕਰਕੇ, ਤੇ ਉਹ ਬਲਾਇੰਡ ਫੇਥ ਆਪਾਂ ਪੂਰੇ ਗੁਰੂ ਤੇ ਕਰ ਸਕਦੇ ਆ, ਬੰਦੇ ਨੇ ਨੀ, ਬੰਦਾ ਦਾ ਤਿਲਕਣ ਬਾਜੀ ਆ, ਅੱਜ ਨੀ ਕੱਲ ਜਿਵੇਂ ਉਹ ਕਿਸੇ ਮਹਾਂਪੁਰਸ਼ ਦੀ ਸਾਕੀ ਆਉਂਦੀ ਆ, ਬੇਸਵਾ ਨੇ ਕਿਹਾ ਮਹਾਂਪੁਰਸ਼ੋ ਵੀ ਮੇਰੇ ਕੁੱਤੇ ਦੀ ਪੂਛ ਜਿਹੜੀ ਉਹ ਪਵਿੱਤਰ ਆ ਕਿ ਤੁਹਾਡੀ ਦਾੜੀ ਪਵਿੱਤਰ ਆ, ਤੇ ਮਹਾਂਪੁਰਸ਼ ਕਹਿੰਦੇ ਅੱਜ ਨਹੀਂ ਮੈਂ ਜਵਾਬ ਦੇਣਾ, ਦਊਂਗਾ ਜਵਾਬ ਕਦੇ। ਜਦੋਂ ਚੜਾਈ ਕਰਨ ਲੱਗੇ ਤਾਂ ਸੇਵਕ ਨੂੰ ਆਖਿਆ ਫਲਾਣੀ ਬੇਸਵਾ ਨੂੰ ਬੁਲਾ ਕੇ ਲਿਆਓ, ਸੇਵਕ ਸਾਰੇ ਹੈਰਾਨ ਵੀ ਮਰਨ ਲੱਗਾ ਸਾਧ ਬੇਸਵਾ ਯਾਦ ਕਰਦਾ,
ਪਰ ਚਲੋ ਉਹਨਾਂ ਨੂੰ ਪਤਾ ਸੀ ਵੀ ਸਾਧੂ ਆ ਸਤਿਪੁਰਖਾ, ਉਹ ਲੈ ਕੇ ਆਏ ਜਦੋਂ ਤੇ ਉਹ ਵੇਸ਼ਵਾ ਨੂੰ ਕਹਿੰਦੇ ਵੀ ਬੀਬਾ ਤੇਰੇ ਕੁੱਤੇ ਦੀ ਪੂਛ ਨਾਲੋਂ ਮੇਰੀ ਦਾੜੀ ਪਵਿੱਤਰ ਰਿਹਾ। ਠੀਕ ਹੈ, ਉਹ ਕਹਿੰਦੇ ਸੰਤ ਜੀ ਆਹੀ ਗੱਲ ਕਹਿਣੀ ਸੀ ਤਾਂ ਤੁਸੀਂ ਉਦਣ ਕਹਿ ਦਿੰਦੇ। ਕਹਿੰਦੇ ਨੀ, ਉਦਣ ਜ਼ਿੰਦਗੀ ਅਜੇ ਮੰਝ ਧਾਰ ਚ ਸੀ, ਬੇੜੀ ਬਾਕੀ ਸੀ, ਬਾਕੀ ਸੀ, ਪਤਾ ਨੀ ਜ਼ਿੰਦਗੀ ਕਦੋਂ ਤਿਲਕਣ ਬਾਜੀ ਪੈਰ ਤਿਲਕ ਸਕਦਾ, ਤੇ ਅੱਜ ਮੈਂ ਪੂਰਨ ਬੇਦਾਗ ਜਾ ਰਿਹਾ, ਇਸ ਕਰਕੇ ਮੈਂ ਤੈਨੂੰ ਜਿਹੜਾ ਹੈਗਾ ਭਰੋਸੇ ਨਾਲ ਦਾਅਵੇ ਨਾਲ ਕਹਿ ਸਕਦਾ ਵੀ ਤੇਰੀ ਕੁੱਤੀ ਦੀ ਪੂਛ ਨਾਲੋਂ ਮੇਰੀ ਦਾੜੀ ਪਵਿੱਤਰ ਆ। ਸੋ ਇਸ ਤਰ੍ਹਾਂ ਬਲਾਇੰਡ ਫੇਥ ਆਪਾਂ ਗੁਰੂ ਦੇ ਕਰ ਸਕਦੇ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਰ ਸਕਦੇ, ਬੰਦੇ ਤੇ ਨੀ। ਜਿਹੜੇ ਉਹ ਕੁਝ ਬਲਾਇੰਡ ਫੇਥ ਭਾਈ ਰਣਜੀਤ ਸਿੰਘ ਤੇ ਕਰ ਰਹੇ ਆ, ਉਹ ਵੀ ਸਾਡੇ ਭਰਾ ਜਿਹੜੇ ਆ ਜਦੋਂ ਭਾਈ ਰਣਜੀਤ ਸਿੰਘ ਲੈਣ ਤੇ ਆਊਗਾ ਉਹ ਵੀ ਲੈਣ ਤੇ ਆ ਜਾਣਗੇ। ਮੈਨੂੰ ਸਿੰਘ ਸਾਹਿਬ ਦੀ ਗੱਲ ਸੰਤ ਜਰਨੈਲ ਦਾ ਪਿੰਡਾਣਾ ਦੀਆਂ ਬਹੁਤ ਕਿਰਪਾ ਸੁਣੀਆਂ, ਜਾਂ ਆਪਾਂ ਕਹਿੰਦੇ ਹਾਂ ਵੀ ਜੇ ਮੌਜੂਦਾ ਜਦੋਂ ਮਤਲਬ ਧਰਮ ਯੁੱਧ ਮੋਰਚਾ ਸੀ ਜਾਂ ਪੰਜਾਬ ਦੀਆਂ ਗੱਲਾਂ, ਉਹ ਕਈ ਮਹਾਰਾਜ ਦੀ ਹਜ਼ੂਰੀ ਵੀ ਜਿੱਥੇ ਵੀ ਦੀਵਾਨ ਲੱਗਦੇ ਸੀਗੇ ਪੰਜਾਬ ਦੀ ਗੱਲ, ਪੰਜਾਬ ਦੇ ਹੱਕਾਂ ਦੀ ਗੱਲ, ਲੋਕਾਂ ਨੂੰ ਮਤਲਬ ਲਾਮਬੰਦ ਕਰਦੇ ਸੀ। ਲੋਕ ਇਹੋ ਜਿਹੇ ਪੰਜਾਬ ਦਾ ਕੋਈ ਜਿੱਦਾਂ ਆਗੂ ਚਾਹੁੰਦੇ ਆ, ਇਹੋ ਜਿਹਾ ਧਾਰਮਿਕ ਆਗੂ ਵੀ ਹੋਵੇ ਤੇ ਜਿਹੜਾ ਪੰਜਾਬ ਨੂੰ ਅੱਗੇ ਲੈ ਕੇ ਵੀ ਜਾ ਸਕੇ। ਤੇ ਜੇ ਭਾਈ ਰਣਜੀਤ ਸਿੰਘ ਹੁਣਾਂ ਦੇ ਵਿੱਚ ਚਲੋ ਕਹਿੰਦੇ ਆ ਜੀ ਹੋਰ ਕਿਸੇ ਨੇ ਕੀਤਾ ਸਾਨੂੰ ਕਰਨਾ ਪਿਆ, ਤੇ ਅੱਜ ਵੀ ਤਾਂ ਲੋੜ ਹੈਗੀ ਆ, ਹੁਣ ਕਰ ਲੈਣ ਨੀ, ਅੱਜ ਸਾਰਾ ਕੁਛ ਹੀ ਕਰਨ ਵਾਲਾ ਪਿਆ ਕਿ ਹੁਣ ਆਹ ਲੜਨ ਝਗੜਨ ਤੋਂ ਬਿਨਾਂ ਹੋਰ ਕੁਛ ਨੀ ਹੈ। ਜਵਾਨੀ, ਕਿਸਾਨੀ, ਆ ਜਿਹੜੇ ਸਾਰੇ ਮਜ਼ਦੂਰਾਂ ਦੇ ਮਸਲੇ ਆ, ਧਰਮ ਦੇ ਮਸਲੇ, ਬੇਅਦਬੀ ਦਾ ਮਸਲਾ, ਬੰਦੀ ਸਿੰਘਾਂ ਦੀ ਰਿਹਾਈਆਂ ਦੇ ਮਸਲੇ, ਪੰਥ ਚ ਕਹਿੰਦੇ ਮਸਲੇ ਆ, ਪੰਥ ਦੇ ਗੱਲ ਗੁਲਾਮੀ ਪਈ ਆ, ਕਦੇ ਸਾਡਾ ਸਿੱਖ ਰਾਜ ਹੁੰਦਾ ਸੀਗਾ, ਕਦੇ ਅਸੀਂ ਰਾਜ ਭਾਗ ਵਾਲੇ ਸੀ, ਅੱਜ ਕਿਹੜੇ ਹਾਲਾਤਾਂ ਚ ਆ। ਤੁਸੀਂ ਇਸ ਪਾਸੇ ਨੂੰ ਕੌਮ ਨੂੰ ਤੋਰਿਆ ਜਾਵੇ, ਇੱਧਰ ਨੂੰ ਗਵਾਹੀ ਕਰ ਲਓ ਕਿਹੜੇ ਪਾਸੇ ਖਾਨਾ ਜੰਗੀ ਚ ਪਾਇਆ ਹੋਇਆ, ਕਿਹੜੇ ਪਾਸੇ ਸੀਆ ਸੁਨੀ ਦੀ ਲੜਾਈ ਚ ਪਾਇਆ ਹੋਇਆ, ਇਸ ਪਾਸੇ ਮੋੜ ਕੇ ਜਿਹੜਾ ਹੈਗਾ। ਹੁਣ ਉਹ ਬਾਰ ਬਾਰ ਮੀਡੀਆ ਨੂੰ ਵੀ ਢੱਡਰੀਆਂ ਵਾਲੇ ਬਰਸ ਪੰਥ, ਹੁਣ ਜਦੋਂ ਭਾਈ ਹੈ ਹੀ ਢੱਡਰੀਆਂ ਵਾਲਾ ਵਿਵਾਦ ਖੜਾ ਕਰ ਰਿਹਾ ਤਾਂ ਫਿਰ ਮੀਡੀਆ ਨੇ ਵੀ ਤਾਂ ਉਹੀ ਕਹਿਣਾ, ਮੀਡੀਆ ਹੋਰ ਕੀ ਕਹੂਗਾ, ਮੀਡੀਆ ਹੋਰ ਕੀ ਕਹੂਗਾ। ਇਸ ਕਰਕੇ ਮੈਂ ਜਿਹੜਾ ਹੈਗਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਅੱਜ ਵੀ ਅਪੀਲ ਕਰਨੀ ਚਾਹੁੰਦਾ ਕਿ ਆਓ, ਮੁੜਨਾ ਚਾਹੀਦਾ। ਜਰੂਰੀ ਨੀ ਵੀ ਮਸੀਹਾਂ ਨੂੰ ਪੱਥਰ ਚੱਟ ਕੇ ਮੁੜਨਾ, ਠੀਕ ਹੈ, ਆਪਾਂ ਨੂੰ ਇਸ ਰਾਹ ਤੇ ਤੁਰਨਾ ਚਾਹੀਦਾ ਵਾ। ਜਿਹੜੀਆਂ ਤੁਸੀਂ ਗੱਲਾਂ ਦੂਜੇ ਸਾਧੂਆਂ ਨੂੰ ਕਹਿੰਦੇ ਆ ਕਿ ਉਹਨਾਂ ਨੇ ਇਸ ਤਰ੍ਹਾਂ ਜੀ ਇਸ ਤਰ੍ਹਾਂ, ਤੁਹਾਡਾ ਵੀ ਸਭ ਨੂੰ ਆਦਰ ਸਰ ਪਰਮੇਸ਼ਰ ਦੁਆਰ, ਫਿਰ ਉਹ ਚੈਲ ਕੋਠੀ ਜਿਹੜੀ ਸਿਮਲੇ ਤੋਂ ਉੱਪਰ ਘਰ ਸੀਗੇ, ਫਿਰ ਵਿਦੇਸ਼ਾਂ ਦੇ ਵਿੱਚ ਸਾਰਾ ਕੁਝ ਜਾਣਾ ਹੋਣਾ, ਸਭ ਕਾਸੇ ਦੀਆਂ ਨਹੀਂ, ਚਲੋ ਦੱਬਣ ਦੁੱਬਣ ਦੀ ਕਿਹੜੀ ਗੱਲ ਆ, ਉਹ ਲਾਈਵ ਜਦੋਂ ਕਦੇ ਬੈਠਾਂਗੇ ਨਾ ਉਦੋਂ ਆਪਾਂ ਜਿਹੜੀਆਂ ਗੱਲਾਂ ਨੇ, ਭਾਈ ਰਣਜੀਤ ਸਿੰਘ ਮੇਰੇ ਨਾਲ ਬੈਠੇ ਹੁਣ ਤੇ ਆਪਾਂ ਪੰਥ ਦੀ ਗੱਲ ਕਰਾਂਗੇ, ਕੌਮ ਦੀ ਗੱਲ ਕਰਾਂਗੇ, ਜਿੱਥੇ ਉਹ ਦੂਜਿਆਂ ਦੀ ਉੱਥੇ ਆਪਾਂ ਇਹ ਵੀ ਗੱਲਾਂ ਕਰ ਲਾਂਗੇ ਸਾਰੀਆਂ, ਬੈਠ ਕੇ ਚਾਹੁੰਦੇ ਹੱਲ ਆ। ਇੰਗਲੈਂਡ ਦੀਆਂ ਜੇ ਜਥੇਬੰਦੀਆਂ ਨੇ ਪਾਬੰਦੀ ਲਾਈ ਆ, ਇਹ ਵੀ ਪਾਬੰਦੀ ਖੁੱਲ ਜੇ ਉਹ ਗੁਰੂ ਗ੍ਰੰਥ ਪੰਥ ਨੂੰ ਸਮਰਥ, ਇੱਥੇ ਸਾਰੇ ਆ ਜਿੰਨੇ ਅੱਜ ਪਾਬੰਦੀਆਂ ਲਾਉਣ ਵਾਲੇ, ਮੈਂ ਸਮਝਦਾ ਇਹ ਸਾਰੇ ਸੁਣਨ ਵਾਲੇ ਹੁੰਦੇ ਸੀਗੇ, ਤੇ ਇਹ ਸਾਰੇ ਜਿੰਨੀਆਂ ਜਥੇਬੰਦੀਆਂ ਵੀ ਸਹਿਯੋਗ ਕਰਨ ਪੰਥ ਦਾ ਪ੍ਰਚਾਰ ਪ੍ਰਸਾਰ ਹੋਵੇ, ਇਸ ਤਰ੍ਹਾਂ ਦੇ ਜਿਹੜੇ ਹਾਲਾਤ ਆ ਇਹ ਨਾ ਪੈਦਾ ਹੋਣ। ਹੁਣ ਰਣਜੀਤ ਸਿੰਘ ਨੂੰ ਖੁਦ ਸਮਝ ਲੈਣੀ ਚਾਹੀਦੀ ਆ, ਜਿਹੜੇ ਉਹਨੂੰ ਦੀਵਾਨ ਸੁਣਨ ਵਾਸਤੇ ਤਾਂ ਹਜ਼ਾਰਾਂ ਸੀ, ਅੱਜ ਉਹਦੇ ਹੱਕ ਚ ਮੁਜ਼ਾਹਰੇ, ਚਾਹੇ ਉਹ ਇੰਗਲੈਂਡ ਚ ਵੀ ਹੁਣ ਅੱਜ ਕੀਤਾ ਕਿਸੇ ਨੇ, ਉਹਦੇ ਜਿਹੜਾ ਸ਼ਾਇਦ ਉਹਨੇ, ਤੇ ਉਹ ਕਹਿੰਦੇ ਆ 100 ਬੰਦਾ ਨੀ ਖੜਾ ਹੋਇਆ, ਤੇ ਜਿਹੜੇ ਏਡੇ ਏਡੇ ਵੱਡੇ ਇਕੱਠ ਸੀਗੇ, ਅੱਜ ਜਾਂ ਤਾਂ ਉਹ ਕਦੇ 10,000 ਬੰਦਾ ਖੜਾ ਕਰੇ ਅੱਜ ਇਸ ਕੰਮ ਵਾਸਤੇ ਵੀ, ਹਾਂ ਭਾਈ ਰਣਜੀਤ ਸਿੰਘ 10-10, 20-20 ਬੰਦੇ ਰਹਿ ਗਏ, ਸੰਗਤ ਕੀਰਤਨ ਸੁਣਨ ਆਉਂਦੀ, ਸੰਗਤ ਆ ਕੋਈ ਥੋੜੀ ਹੈ, ਉਹ ਜਿਹੜੀ ਸੰਗਤ ਮੈਂ ਵੀ ਕਹੂੰਗਾ, ਕੋਈ ਉਹਨਾਂ ਨੂੰ ਭੇਡਾਂ ਨਾ ਕਹੇ, ਠੀਕ ਹੈ, ਉਹ ਗੁਰੂ ਕੀ ਸੰਗਤ ਆ। ਅੱਜ ਉਹ ਪਹਿਲਾਂ ਬਾਬੇ ਮਾਨ ਸਿੰਘ ਨੂੰ ਸੁਣਦੀ ਰਹੀ ਆ, ਬਾਬੇ ਦਰਸ਼ਨ ਸਿੰਘ ਢੱਕੀ ਵਾਲਿਆਂ ਨੂੰ ਸੁਣਦੀ ਰਹੀ, ਬਾਬੇ ਦਲੇਰ ਸਿੰਘ ਨੂੰ ਸੁਣਦੀ, ਉਹੀ ਸਾਡੇ ਦੀਵਾਨਾਂ ਚ ਵੀ ਸੰਗਤ ਉਹੀ ਹੁੰਦੀ ਆ,
ਉਧਰ ਇਲਾਕੇ ਜਦੋਂ ਦੀਵਾਨ ਲਾਈ ਦੇ ਉਹੀ ਸੁਣਨ ਵਾਲੇ ਹੁੰਦੇ ਆ, ਉਹੀ ਅੱਜ ਉਹਨਾਂ ਨੂੰ ਸੁਣ ਰਹੇ ਆ। ਸੋ ਸੰਗਤ ਗੁਰੂ ਕੀ ਆ, ਸੰਗਤ ਦਾ ਕੁਝ ਨੀ, ਬਸ ਸੰਗਤ ਨੂੰ ਇਹੀ ਬੇਨਤੀ ਆ ਕਿ ਜਿਹੜੀ ਗਲਤ ਗੱਲ ਆ ਉਹਨੂੰ ਸਪੋਰਟ ਨਾ ਕੀਤੀ ਜਾਵੇ, ਜਿਹੜੇ ਸਹੀ ਪਾਸੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲ, ਦਰਬਾਰ ਸਾਹਿਬ ਵੱਲ ਨੂੰ ਭਾਈ ਰਣਜੀਤ ਸਿੰਘ, ਮੈਂ ਤਾਂ ਪਹਿਲਾਂ ਵੀ ਕਿਹਾ ਸੀ ਵੀ ਭਾਈ ਰਣਜੀਤ ਸਿੰਘ ਦਰਬਾਰ ਸਾਹਿਬ ਜਾ ਕੇ ਮੱਥਾ ਟੇਕੇ, ਅਕਾਲਤਾ ਸਾਹਿਬ ਤੇ ਮੱਥਾ ਟੇਕੇ, ਅੱਧਾ ਮਸਲਾ ਤੇ ਉਦਣ ਹੱਲ ਹੋਣ ਦੇ ਰਾਹ ਤੇ ਤੁਰ ਪੈਣਾ। ਉਹ ਕਦੇ ਦਰਬਾਰ ਸਾਹਿਬ ਹੀ ਨੀ ਮੱਥਾ ਟੇਕਣ ਗਏ ਦੇਖੇ, ਕਦੇ ਅਕਾਲ ਤਖ਼ਤ ਸਾਹਿਬ ਤੇ ਨੀ ਮੱਥਾ, ਜਿੱਥੇ ਗੈਰ ਸਿੱਖ ਵੀ ਆ ਕੇ ਮੱਥਾ ਟੇਕਦੇ ਆ, ਤੇ ਜਿਹੜਾ ਆਪਣੇ ਆਪ ਨੂੰ ਕਹਿੰਦਾ ਮੈਂ ਸੱਚਾ ਸਿੱਖ ਆ, ਉਹ ਅਕਾਲ ਤਖ਼ਤ ਸਾਹਿਬ ਹਰਿਮੰਦਰ ਸਾਹਿਬ ਨਾਲੇ ਨਿਤ ਅਰਦਾਸ ਚ ਸਿੱਖਾਂ ਨੂੰ ਜਿਹੜਾ ਦਰਬਾਰ ਸਾਹਿਬ ਦੇ ਦਰਸ਼ਨ ਇਸ਼ਨਾਨ ਰੋਜ਼ ਮੰਗੇ ਜਾਂਦੇ ਆ, ਉਹਦੇ ਤੋਂ ਵੀ ਦੂਰ ਆ। ਫਿਰ ਆਪਾਂ ਕਿਹੜੀ ਮਰਜ਼ਾਦਾ, ਕਿਹੜੇ ਅਕਾਲਤ ਸਾਹਿਬ ਦੀ ਗੱਲ ਕਰਦੇ, ਕਿਸ ਜਗ੍ਹਾ ਦੀ ਗੱਲ, ਕਿਹੜੀ ਸਿੱਖੀ ਦੀ ਗੱਲ ਕਰਦੇ ਆ। ਸੋ ਇਸ ਕਰਕੇ ਮੈਂ ਅਪੀਲ ਇਹੀ ਕਰਨੀ ਚਾਹੁੰਦਾ ਕਿ ਆਪਾਂ ਨੂੰ ਇਸ ਰਾਹ ਤੇ ਆ ਕੇ ਤੇ ਜਿਹੜਾ ਹੈਗਾ, ਤੇ ਦੂਸਰਾ ਮੈਂ ਜਿਹੜੇ ਪਹਿਲਾਂ ਕਹਿ ਚੁੱਕਿਆ ਮੇਰਾ ਚੈਲੰਜ ਕਬੂਲ ਕਰਨ, ਜੇ ਪੰਥ ਚ ਦੁਖਦਾ ਬਲਜੀਤ ਸਿੰਘ ਦਾਦੂ ਵਾਲ ਕਰਕੇ ਆ, ਮੇਰੇ ਨਾਲ ਚੱਲਣ, ਮੈਂ ਅਕਾਲ ਤਖ਼ਤ ਸਾਹਿਬ ਤੇ ਜਾ ਕੇ ਆਪਣਾ ਅਸਤੀਫਾ ਰੱਖਦਾ, ਭਾਈ ਰਣਜੀਤ ਸਿੰਘ ਸਾਰੀਆਂ ਗੱਲਾਂ ਰੱਖਦੇ, ਪੰਥ ਦਾ ਪ੍ਰਚਾਰ ਕਰੇ, ਆਪਾਂ ਪ੍ਰਚਾਰ ਕਰੀਏ। ਬਹੁਤ ਬਹੁਤ ਧੰਨਵਾਦ ਜੀ। ਪਰ ਇੱਕ ਸਵਾਲ ਤੁਹਾਨੂੰ ਨਹੀਂ ਸੀ ਜਨਾਲਾ ਸਾਹਿਬ ਲਈ ਯਾਰ, ਜਿਹੜੀ ਉਹਨਾਂ ਨੇ ਕਿਹਾ ਜੀ ਮੈਂ ਹੁਣ ਜਿਹੜੀਆਂ ਟੀਵੀ ਵਾਲੀਆਂ ਗੱਡੀਆਂ ਲੈ ਕੇ, ਟੀਵੀ ਲੈ ਕੇ ਉਹਨਾਂ ਦੇ ਘਰਾਂ ਮੋਹਰੇ, ਤੇ ਨਾਲ ਉਹਨਾਂ ਨੇ ਕਿਹਾ ਵੀ ਜੇ ਅਸੀਂ 50,000 ਬੰਦਾ ਲੈ ਕੇ ਅਜਨਾਲਿਆ ਤੇਰੇ, ਮਤਲਬ ਲਵ ਜਿੱਦਾਂ ਦੇ ਆ ਜੋ ਉਹਨਾਂ ਦੇ, ਮੈਂ ਨੀ ਇਹ ਕਹਿ ਰਿਹਾ ਕਿ ਜੇ ਅਜਨਾਲਿਆ ਤੇਰੇ ਘਰ ਦੇ ਮੋਹਰ ਜੇ ਜਾਂ ਉੱਥੇ ਅੱਜ ਗਏ, ਫਿਰ ਤੂੰ ਕੀ ਕਰੂੰਗਾ। ਦੇਖੋ ਮੈਂ ਸਮਝਿਆ ਵੀ ਹੋਮੇ ਦੀਆਂ ਗੱਲਾਂ ਹੀ ਨੇ ਨਾ ਹੰਕਾਰ ਦੀਆਂ, ਇਸ ਗੱਲ ਨੂੰ ਵੀ ਏਦਾਂ ਕਰਾਂਗੇ ਅਸੀਂ ਟੀਵੀ ਵੈਨਾਂ ਲੈ ਕੇ ਜਾਵਾਂਗੇ ਉੱਥੇ, ਗਿਆਨੀ ਹਰਪ੍ਰੀਤ ਸਿੰਘ ਕੋਲੇ, ਗਿਆਨੀ ਅਜਨਾਲਾ ਸਾਹਿਬ ਕੋਲੇ ਲੈ ਕੇ ਜਾਵਾਂਗੇ। ਤੇ ਜਿਹੜਾ ਬੰਦਾ ਕਹਿ ਰਿਹਾ ਇਸ ਗੱਲ ਨੂੰ ਨਿਬੇੜਨ ਵਾਸਤੇ ਵੀ ਆਪਾਂ ਬਹਿ ਲਈਏ ਘੰਟਾ, ਆਪਾਂ ਉਹੀ ਹੱਲ ਕੱਢ ਲੈਣਾ, ਉਧਰ ਨੂੰ ਕਿਉਂ ਨੀ ਆ? ਇਹੀ ਤਾਂ ਹੁਣ ਲੋਕ ਇਹ ਲੋਕਾਂ ਦੇ ਮੂਹਰੇ ਸਵਾਲ ਆਏ ਇੱਕ ਵੀ ਬਲਜੀਤ ਸਿੰਘ ਦਾਦੂ ਵਾਲ ਇਸ ਮਸਲੇ ਦਾ ਹੱਲ ਕਹਿੰਦੇ ਇੱਕ ਘੰਟੇ ਚ ਆਪਾਂ ਕੱਢ ਲਾਂਗੇ ਬਹਿ ਕੇ ਦੋਨੇ ਜਾਣੇ, ਠੀਕ ਹੈ ਆਪਾਂ ਟੀਵੀ ਤੇ ਬਹਿਣਾ, ਟੀਵੀ ਤੇ ਮੈਂ ਤਾਂ ਕਹਿੰਦਾ ਅੰਦਰ ਬਹਿ ਜਾਈਏ, ਨੇ ਅੰਦਰ ਨੇ ਟੀਵੀ ਤੇ ਬੈਠ ਲਈਏ, ਚੱਲਦੇ ਤੂੰ ਟੀਵੀ ਤੇ ਬਹਿਣਾ ਚਾਹੁੰਦਾ ਵੀ ਲਾਈਵ ਸਾਰੀ ਦੁਨੀਆ ਦੇ, ਹਾਂ ਲਾਈਵ ਹੀ ਬਹਿ ਕੇ ਆਪਾਂ ਹੱਲ ਕੱਢ ਲਈਏ, ਨਾ ਕਿਤੇ ਆਪਾਂ ਨੂੰ ਇੰਨਾ ਭੇਜਣ ਦੀ ਲੋੜ ਪਵੇ ਗਿਆਨੀ ਹਰਪ੍ਰੀਤ ਸਿੰਘ ਕੋਲੇ, ਨਾ ਜਿਹਦਾ ਅਜਨਾਲ ਸਾਹਿਬ ਕੋਲੇ, ਕਿਤੇ ਵੀ ਸਾਨੂੰ ਭੇਜਣ ਦੀ ਲੋੜ ਹੀ ਨਾ ਪਵੇ, ਆਪਾਂ ਬੈਠ ਕੇ ਉਹਨਾਂ ਦਾ ਵੀ ਕਿਹੜਾ ਕੋਈ ਨਿੱਜੀ ਮਕਸਦ ਆ ਇਹਦੇ ਵਿੱਚ, ਗੱਲ ਤਾਂ ਗੁਰੂ ਦੀ ਗੱਲ ਵਾਸਤੇ ਆਪਾਂ ਸਾਰੇ ਆ, ਠੀਕ ਹੈ ਸਾਰੇ ਜਿੰਨੇ ਆ, ਜੇ ਉਹਨਾਂ ਨੇ ਵੀ ਜਿਸ ਕਿਸੇ ਨੇ ਸ਼ਿਕਾਇਤ ਕੀਤੀ ਆ ਤਾਂ ਕਮੇਟੀ ਬਣੀ ਆ, ਹੁਣ ਇਹਦਾ ਹੀ ਸ਼ਿਕਾਇਤ ਆ, ਹੁਣ ਮੈਂ ਤਾਂ ਕਹੂੰਗਾ ਵੀ ਜਿਹੜਾ ਕੀਰਤਨ ਕਰਾਇਆ ਉਹਨਾਂ ਦੀ ਸ਼ਿਕਾਇਤ ਕਰਨ, ਵੀ ਕੀਰਤਨ ਦੀ ਹਜ਼ੂਰੀ ਚ ਗਾਣਾ ਗਵਾਇਆ ਉੱਥੇ ਅਕਾਲ ਤਖ਼ਤ ਸਾਹਿਬ ਤੇ ਸ਼ਿਕਾਇਤ ਕਰਨ, ਠੀਕ ਹੈ ਜਥੇਦਾਰ ਸਾਹਿਬ ਕੋਲੇ, ਤਾਂ ਉਹਦਾ ਵੀ ਹੱਲ ਹੋਣਾ ਚਾਹੀਦਾ, ਜਾਂ ਉਹਨਾਂ ਨੂੰ ਵੀ ਜਿਹੜਾ ਹੈਗਾ ਬਿਨਾਂ ਸ਼ਰਤ ਪੰਥ ਕੋਲੋਂ ਮੁਆਫੀ ਮੰਗਣੀ ਚਾਹੀਦੀ ਇਸ ਗੱਲ ਤੇ। ਅਸੀਂ ਦੇਖੋ ਉਹਨਾਂ ਦਾ ਇੰਨਾ ਵੱਡਾ, ਅਸੀਂ ਉਦੋਂ ਉਸ ਟਾਈਮ ਤੇ ਸਪੋਰਟ ਕੀਤੀ ਹੈ, ਪਰ ਅਸੀਂ ਇਸ ਗੱਲ ਤੋਂ ਨਿਰਾਸ਼ ਹਾਂ ਵੀ ਜਿਹੜੀ ਗੱਲ ਅਸੀਂ ਬਦਲਣਾ ਚਾਹੁੰਦੇ ਕਿਉਂ ਨੀ ਬਦਲਦੇ, ਉਹ ਚੀਜ਼ ਨੂੰ ਬਦਲੋ, ਉਸ ਚੀਜ਼ ਨੂੰ ਇਹਨਾਂ ਗੱਲਾਂ ਤੋਂ ਨਾ ਜਾਓ, ਕੀ ਕੱਢਣਾ ਇਹਨਾਂ ਗੱਲਾਂ ਚੋਂ ਤੁਸੀਂ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਜਿੱਦਾਂ ਗਾਣੇ ਗਵਾ ਕੇ ਅਮਲੀਆਂ ਦੇ ਕੀ ਸਿੱਧ ਕਰਨਾ ਚਾਹੁੰਦੇ ਆ ਤੁਸੀਂ, ਠੀਕ ਹੈ ਜੀ ਆਪਣੇ ਜਿਹੜਾ ਇਹੋ ਇੱਕ ਬੰਦਾ ਸਾਰਿਆਂ ਨੂੰ, ਹੁਣ ਇਹ ਜਿਹੜੀ ਗੱਲ ਆ ਸਾਰੇ ਸੰਤਾਂ ਸਾਧੂਆਂ ਸਾਰੀ ਸੰਪਰਦਾ ਦੇ ਅਸਰ ਪਾਉਂਦੀਆਂ, ਇਹੋ ਜੀ ਗੱਲ ਜਿਹੜੀ ਆ ਕਰਦਾ ਇੱਕ ਕਰਦਾ ਇੱਕ ਭਰਦੇ ਸਾਰੇ ਆ, ਇਸ ਕਾਰਨ ਕਰਕੇ ਉਹਨਾਂ ਨੂੰ ਇਸ ਗੱਲ ਤੋਂ ਜਿਹੜਾ ਹੈਗਾ ਗੁਰੇਜ਼। ਤੇ ਮੈਂ ਭਾਈ ਰਣਜੀਤ ਸਿੰਘ ਨੂੰ ਇੱਕ ਹੋਰ ਸਲਾਹ ਦੇਣੀ ਚਾਹੁੰਦਾ, ਜਿਵੇਂ ਅੱਜ ਉਹਨਾਂ ਦੀਆਂ ਕੁਝ ਉਹਨਾਂ ਬੰਦਿਆਂ ਨਾਲ ਫੋਟੋਆਂ ਨਸ਼ਰ ਹੋਈਆਂ ਨੇ ਜਿਹੜੀਆਂ ਹਰਗੀਆਂ ਸਨ ਪੰਥ ਦੇ ਖਿਲਾਫ, ਜਾਂ ਪੰਥ ਚੋਂ ਸ਼ਾਇਦ ਖਾਰਜ ਵੀ ਨੇ ਅਕਾਲਤਖ਼ਤ ਸਾਹਿਬ ਤੋਂ ਕੀਤੇ ਹੋਏ, ਇਹਨਾਂ ਲੋਕਾਂ ਦੇ ਢਹਿ ਚੜ ਕੇ ਜਿਵੇਂ ਪਹਿਲਾਂ ਆਪ ਹੀ ਕਿਹਾ ਕਿ ਮੈਂ ਇਹਨਾਂ ਨੂੰ ਸੁਣ ਕੇ ਬਦਲਿਆ, ਅੱਜ ਮੇਰੇ ਨਾਲ ਨੀ ਖੜ ਰਹੇ, ਇਹਨਾਂ ਗੱਲਾਂ ਨੂੰ ਛੱਡ ਕੇ ਕੋਈ ਖੜਨ ਖੁੜਨ ਵਾਲੀ ਗੱਲ ਜਿਹੜੀ ਆ, ਖੜਦੇ ਮਰਦ ਹੀ ਹੁੰਦੇ ਆ, ਐਵੇਂ ਨੀ ਹਰੇਕ ਨੀ ਖੜਦਾ ਹੁੰਦਾ, ਤੈਨੂੰ ਇਹੋ ਜਿਹੀ ਉੱਠੀ ਜਿਹੜੀ ਕਹਿੰਦੇ ਪੁੱਠ ਦੇ ਕੇ ਗਲਤ ਤੇ ਇਸ ਰਾਹ ਤੇ ਪਾ ਕੇ,
ਫਿਰ ਕਹਿੰਦੇ ਚੜ ਜਾ ਬੱਚਾ ਸੂਲੀ ਤੇ ਰਾਮ ਭਲੀ ਕਰੇਗਾ। ਵੀ ਉਹ ਗੱਲ ਆ ਵੀ ਤੈਨੂੰ ਸੂਲੀ ਚੜਾ ਕੇ ਮੁੜ ਕੇ ਤੈਨੂੰ ਕਹਿਣਾ ਰਾਮ ਭਲੀ ਕਰੇਗਾ, ਫਿਰ ਨੀ ਆਉਣਾ। ਇਸ ਕਰਕੇ ਸਮਝਣ ਦੀ ਲੋੜ ਆ, ਆਪਾਂ ਗੁਰੂ ਗ੍ਰੰਥ ਪੰਥ ਨੂੰ ਸੁਣ ਕੇ, ਗੁਰੂ ਗ੍ਰੰਥ ਪੰਥ ਨੂੰ ਪੜ੍ਹ ਕੇ, ਗੁਰੂ ਗ੍ਰੰਥ ਪੰਥ ਨੂੰ ਵਿਚਾਰ ਕੇ ਤੇ ਆਪਾਂ ਇਸ ਰਾਹ ਤੇ ਤੁਰੀਏ। ਐਵੇਂ ਬੰਦਿਆਂ ਪਿੱਛੇ ਲੱਗ ਕੇ ਭਟਕਣਾ ਨੀ ਚਾਹੀਦਾ, ਜਾਂ ਜਿਹੜੀਆਂ ਸਿੱਖ ਵਿਰੋਧੀ ਤਾਕਤਾਂ ਨੇ ਏਜੰਸੀਆਂ ਉਹਨਾਂ ਪਿੱਛੇ ਲੱਗ ਕੇ ਭਟਕਣਾ ਨੀ ਚਾਹੀਦਾ। ਬਹੁਤ ਬਹੁਤ ਧੰਨਵਾਦ ਜੀ, ਹਾਲੇ ਤੁਸੀਂ ਇੱਥੇ ਹੀ ਮੇਰੇ ਘਰ 2 ਹਫ਼ਤੇ ਤੇ ਕੋਈ ਵੀ ਗੱਲ ਹੋਈ ਆਵਾਜ਼ੇ ਕੌਮ ਤੇ ਅਸੀਂ ਇੱਕਦਮ ਜ਼ਰੂਰ ਫਿਰ ਵੀ ਤੁਹਾਡਾ ਹਾਜ਼ਰ ਹਾਂ ਜੀ, ਹਰ ਸਮੇਂ ਸੰਗਤਾਂ ਦੀ ਸੇਵਾ ਚ ਤੁਹਾਡੇ ਚਾਹੀਦੇ। ਤੇ ਫਿਰ ਵੀ ਕੋਈ ਗੱਲ ਲਾਸਟ ਦੇ ਵਿੱਚ ਤੁਸੀਂ ਕਹਿਣੀ ਹੋਵੇ, ਕਿਉਂਕਿ ਇਹੋ ਜਿਹੇ ਮਸਲਿਆਂ ਨੂੰ ਅਖੀਰ ਤੇ ਬਹਿਣਾ ਹੀ ਪੈਣਾ, ਭਾਵੇਂ ਮੁਲਕਾਂ ਦੇ ਜੰਗ ਹੋਣ, ਫਿਰ ਵੀ ਬਹਿ ਕੇ ਗੱਲ। ਮੈਂ ਤਾਂ ਇਹੀ ਬੇਨਤੀ ਕਰਨੀ ਚਾਹੁੰਦਾ ਸਿੱਖ ਸੰਗਤਾਂ ਦੇ ਚਰਨਾਂ ਦੇ ਵਿੱਚ, ਅਸੀਂ ਸੰਗਤਾਂ ਦੇ ਚਰਨ ਧੂੜ ਆ, ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਭੀ ਗਤ ਪਾਹੇ। ਸੰਗਤਾਂ ਨੂੰ ਵੀ ਪ੍ਰੇਰਨਾ ਕਰਨੀ ਚਾਹੀਦੀ ਆ ਵੀ ਭਾਈ ਰਣਜੀਤ ਸਿੰਘ ਨੂੰ ਇਸ ਰਾਹ ਤੇ ਨਹੀਂ ਤੁਰਨਾ ਚਾਹੀਦਾ, ਬੈਠ ਕੇ ਮਸਲੇ ਦਾ ਹੱਲ ਕਰ ਲੈਣਾ ਚਾਹੀਦਾ। ਜਿਹੜੇ ਅੱਜ ਇਹੋ ਜਿਹੀਆਂ ਗਲਤ ਪੋਸਟਾਂ ਪਾ ਕੇ ਜੀ ਰਣਜੀਤ ਸਿੰਘ ਨੀ ਬੈਠੂਗਾ ਜੀ, ਨਹੀਂ ਐ ਕਰੂ, ਮੈਂ ਸਮਝਦਾ ਵੀ ਉਹ ਗੁਮਰਾਹ ਕਰਨ ਵਾਲੇ, ਵਧਾਉਣ ਵਾਲੇ ਆ ਲੜਾਈ ਨੂੰ, ਝਗੜੇ ਨੂੰ। ਇਸ ਕਰਕੇ ਬੈਠ ਕੇ ਪ੍ਰੇਮ ਦੇ ਨਾਲ ਸਾਰਾ ਜਿਹੜਾ ਹੱਲ ਆ ਉਹ ਕਰਨਾ ਚਾਹੀਦਾ, ਸੰਗਤਾਂ ਨੂੰ ਵੀ ਇਹਦੇ ਚ ਆਪਣਾ ਬਣਦਾ ਰੋਲ ਅਦਾ ਕਰਨਾ ਚਾਹੀਦਾ। ਬਹੁਤ ਬਹੁਤ ਮਿਹਰਬਾਨੀ ਜੀ। ਦਰਸ਼ਕੋ ਇਹ ਸਨ ਸਿੰਘ ਸਾਹਿਬ ਭਾਈ ਬਲਜੀਤ ਸਿੰਘ ਜੀ ਦਾਦੂ ਸਾਹਿਬ ਵਾਲੇ, ਜਿਨ੍ਹਾਂ ਨੂੰ ਸਰਬੱਤ ਖਾਲਸਾ ਵੱਲੋਂ ਦਮਦਮਾ ਸਾਹਿਬ ਦੇ ਜਥੇਦਾਰ ਚੁਣਿਆ ਹੋਇਆ, ਤੇ ਧਰਮ ਪ੍ਰਚਾਰ ਦੇ ਖੇਤਰ ਦੇ ਵਿੱਚ ਬਹੁਤ ਇਹਨਾਂ ਨੇ ਜਿਹੜਾ ਯੋਗਦਾਨ ਪਾਇਆ ਤੇ ਪਾ ਰਿਹਾ ਹੈ। ਅੱਜ ਵੀ ਇੱਕ ਜਿਹੜੀ ਇਹਨਾਂ ਨੇ ਬਹੁਤ ਪੰਥਕ ਏਕਤਾ ਨੂੰ ਲੈ ਕੇ ਬਹੁਤ ਵੱਡਾ ਐਲਾਨ ਕੀਤਾ ਆ, ਤੇ ਅਸੀਂ ਵੀ ਇਹ ਚਾਹਾਂਗੇ ਕਿ ਇਹ ਜਿਹੜੀ ਆਵਾਜ਼ ਆ ਪਹੁੰਚਦੀ ਦੀ, ਕਿਉਂਕਿ ਭਾਈ ਰਣਜੀਤ ਸਿੰਘ ਤੱਕ ਹਰ ਮੀਡੀਆ ਦੀ ਗੱਲ ਪਹੁੰਚਦੀ ਹੈ, ਇਹ ਵੀ ਜ਼ਰੂਰ ਪਹੁੰਚੇਗੀ। ਸੋ ਇਹ ਤੇ ਜ਼ਰੂਰ ਸਰਕਾਰ ਨੇ ਤੇ ਜ਼ਰੂਰ ਜੋ ਇਹਨਾਂ ਨੇ ਐਲਾਨ ਕੀਤਾ, ਜੇ ਉਹ ਕਹਿੰਦੇ ਆ ਵੀ ਇਹਨਾਂ ਨੇ ਫੁੱਟ ਪਾਈ ਹੈ ਤੇ ਜ਼ਰੂਰ ਇਹਦਾ ਹੱਲ ਵੀ ਮੇਰੇ ਇੰਟਰਵਿਊ ਦਾ ਖਾਸ ਕਰਕੇ ਸੁਣਦੇ ਆ ਨਾਲੇ। ਹਾਂਜੀ, ਤੁਹਾਡੀ ਤੇ ਕਿਤੇ ਵੀ ਹੋਵੇ ਜੀ ਉਹ ਸੁਣਦੇ ਹੀ ਆ। ਸੋ ਬਹੁਤ ਬਹੁਤ ਧੰਨਵਾਦ ਜੀ, ਵਾਹਿਗੁਰੂ ਜੀ ਕੀ ਫਤਿਹ।